ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਆਪਣੀ ਆਰਤੀ ਤੁਹਾਡੇ ਲੈ ਕੇ ਹੈਗੀ ਆ ਕਿਸਮਤ ਕਰਮਾ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕਾਰਡ ਤੁਹਾਡੇ ਪੱਤੇ ਦੇਖੂੰਗੀ, ਤੁਹਾਨੂੰ ਸਾਰਿਆਂ ਨੂੰ ਦੱਸੂੰਗੀ ਕਿ ਕਿਸ ਤਰ੍ਹਾਂ ਕਿੰਨੀ ਜਲਦੀ ਤੁਸੀਂ ਆਪਣੀ ਲਾਈਫ 'ਚ ਖੁਦ ਇੰਪਰੂਵਮੈਂਟ ਜਾਂ ਸਹੀ ਸਟਰੋਂਗ ਪੋਜ਼ਿਟਿਵ ਐਨਰਜੀ ਲੈ ਕੇ ਆ ਸਕਦੇ ਹਾਂ। ਯਾਦ ਰੱਖਣਾ, ਜੇ ਤੁਸੀਂ ਆਪਣੇ ਬਾਰੇ 'ਚ ਕੋਈ ਵੀ ਗੱਲ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹਾਂ, ਦੈਨ ਡੈਫੀਨੇਟਲੀ ਗਿਵ ਮੀ ਅ ਕਾਲ ਸਟ੍ਰੇਟ ਅਵੇ 090 ਨੰਬਰ 'ਤੇ ਫੋਨ ਕਰ ਸਕਦੇ ਹਾਂ। ਜਿੱਦਾਂ ਹੀ ਤੁਸੀਂ ਇਸ ਨੰਬਰ 'ਤੇ ਫੋਨ ਕਰਾਂਗੇ, ਤੁਹਾਡੀ ਕੋਲ ਡਾਇਰੈਕਟ ਸਟੂਡੀਓ ਚੱਲ ਜਾਣੀ ਹੈਗੀ ਹੈ। ਐਂਡ ਆਈਲ ਡੂ ਮਾਈ ਐਬਸੋਲਿਊਟ ਬੈਸਟ ਟੂ ਹੈਲਪ ਯੂ ਇਨ ਐਵਰੀ ਵੇ ਪੋਸੀਬਲ। ਪਰ ਯਾਦ ਰੱਖਣਾ ਕਿ ਮੈਂ ਤੁਹਾਡੀ ਮਦਦ ਤੁਹਾਡੀ ਹੈਲਪ ਤਾਂ ਹੀ ਕਰ ਸਕਦੀ ਹੈਗੀ ਹਾਂ ਇਫ ਯੂ ਕਮਿਊਨੀਕੇਟ ਵਿਦ ਮੀ, ਜਦ ਤੱਕ ਤੁਸੀਂ ਮੈਨੂੰ ਕਹਿੰਦੇ ਨਹੀਂ ਦੱਸਦੇ ਨਹੀਂ ਹੈਗੇ ਕਿ ਆਪ ਜੀ ਇੱਥੇ ਆਹ ਉਲਝਣ ਆ ਜਾਂ ਇੱਥੇ ਆਹ ਪ੍ਰੋਬਲਮ ਆ, ਉਦੋਂ ਤੱਕ ਕੁਛ ਨਹੀਂ ਹੋ ਸਕਦਾ ਹੈਗਾ। ਇਸ 090 ਨੰਬਰ ਦਾ ਈਨੀ ਟੂ ਕੋਲ ਜੇ ਤੁਸੀਂ ਲਾਈਵ ਸਟੂਡੀਓ 'ਚ ਮੈਂ ਹੁਣੀ ਐਸੀ ਵੇਲੇ ਗੱਲ ਕਰਨਾ ਚਾਹੁੰਦੇ ਹੈਗੇ ਹਾਂ। ਐਂਡ ਆਈ ਡੂ ਮਾਈ ਐਬਸੋਲਿਊਟ ਬੈਸਟ ਟੂ ਹੈਲਪ ਯੂ ਇਨ ਐਵਰੀ ਵੇ ਪੋਸੀਬਲ। ਯਾਦ ਰੱਖਣਾ, ਲਾਈਵ ਸ਼ੋਅ ਦੇ ਵਿੱਚ ਆਈ ਕੈਨ ਡੂ ਫੋਰ ਯੂ ਇਜ਼ ਅ ਸਨੈਪਸ਼ੋਟ ਰੀਡਿੰਗ। ਸਨੈਪਸ਼ੋਟ ਰੀਡਿੰਗ ਦਾ ਮਤਲਬ ਇਹ ਹੈਗਾ ਕਿ ਜਿਹੜਾ ਵੀ ਤੁਹਾਡਾ ਕੋਈ ਇੱਕ ਖਾਸ ਸਵਾਲ ਹੈਗਾ ਆ, ਉਹਦੇ ਬਾਰੇ 'ਚ ਅਸੀਂ ਇਨਵੈਸਟੀਗੇਟ ਕਰ ਸਕਦੇ ਹਾਂ, ਉਹਦੇ ਬਾਰੇ ਅਸੀਂ ਚੈੱਕ ਕਰ ਸਕਦੇ ਹਾਂ, ਦੇਖ ਸਕਦੇ ਹਾਂ, ਅਤੇ ਜੋ ਵੀ ਤੁਹਾਡੇ ਕਾਰਡ ਦੇ ਵਿੱਚ ਨਜ਼ਰ ਆਉਂਦਾ ਹੈਗਾ ਆ, ਆਈਲ ਡੈਫੀਨੇਟਲੀ ਸ਼ੇਅਰ ਦਾ ਇਨਫੋਰਮੇਸ਼ਨ ਵਿਦ ਯੂ। ਨਾਓ ਜੇ ਤੁਸੀਂ ਡੀਟੇਲ ਰੀਡਿੰਗ ਲੈਣਾ ਚਾਹੁੰਦੇ ਹਾਂ, ਕਿਸੇ ਵੀ ਚੀਜ਼ ਦੇ ਬਾਰੇ ਜ਼ਿਆਦਾ ਇਨ ਡੈਪਥ ਜਾਣਾ ਚਾਹੁੰਦੇ ਹੈਗੇ ਹਾਂ, ਬਹੁਤ ਜ਼ਿਆਦਾ ਗਹਿਰਾਈ 'ਚ ਜਾਣਾ ਚਾਹੁੰਦੇ ਹਾਂ, ਦੈਨ ਓਬਵੀਅਸਲੀ ਆਈਲ ਹੈਵ ਟੂ ਡੂ ਅ ਮੱਚ ਮੋਰ ਡੀਟੇਲ ਰੀਡਿੰਗ। ਫੋਰ ਡੀਟੇਲ ਰੀਡਿੰਗ ਡੈਫੀਨੇਟਲੀ ਤੁਸੀਂ ਆ ਜਿਹੜਾ 02008 ਨੰਬਰ ਹੈਗਾ ਆ, ਇਸ ਨੰਬਰ ਨੂੰ ਨੋਟ ਕਰ ਲਓ, ਲਿਖ ਲਓ। ਐਸੇ ਨੰਬਰ ਦੇ ਉੱਤੇ ਤੁਸੀਂ ਸਾਨੂੰ ਚਾਹੇ ਅੱਜ ਮਿਸਡ ਕਾਲ ਦੇ ਦਿਓ, ਐਂਡ ਵੀ ਵਿਲ ਕਾਲ ਯੂ ਬੈਕ ਟੁਮਾਰੋ ਮੋਰਨਿੰਗ। ਸੋ ਡੂ ਬੇਅਰ ਦਿਸ ਇਨ ਮਾਈਂਡ, ਐਸ ਨੰਬਰ 'ਤੇ ਤੁਸੀਂ ਸਾਨੂੰ ਮਿਸਡ ਕਾਲ ਦੇਣੀ ਹੈਗੀ ਹੈ, ਐਂਡ ਵੀ ਵਿਲ ਕਾਲ ਯੂ ਬੈਕ ਟੁਮਾਰੋ ਮੋਰਨਿੰਗ। ਜਿੰਨੀ ਵੀ ਸਾਡੇ ਕੋਲੋਂ ਹੋ ਸਕੇ ਤੁਹਾਡੀ ਮਦਦ ਜਾਂ ਤੁਹਾਡੀ ਹੈਲਪ ਆਪਾਂ ਜ਼ਰੂਰ ਕਰਾਂਗੇ। ਪਰ ਰਿਮੈਂਬਰ ਵਨ ਥਿੰਗ, ਆਈ ਕੈਨ ਓਨਲੀ ਹੈਲਪ ਯੂ ਇਫ ਯੂ ਕਮਿਊਨੀਕੇਟ ਵਿਦ ਮੀ। ਜਦ ਤੱਕ ਤੁਸੀਂ ਮੈਨੂੰ ਕਹਿੰਦੇ ਨਹੀਂ ਜਾਂ ਦੱਸਦੇ ਨਹੀਂ ਹੈਗੇ ਕਿ ਆਰਤੀ ਜੀ ਇੱਥੇ ਆਹ ਪ੍ਰੋਬਲਮ ਆ ਜਾਂ ਇੱਥੇ ਆਹ ਉਲਝਣ ਆ, ਉਦੋਂ ਤੱਕ ਕੁਛ ਨਹੀਂ ਹੋ ਸਕਦਾ ਹੈਗਾ। ਇਸ ਯੋਰ ਲਾਈਫ, ਇਸ ਯੋਰ ਐਨਰਜੀ, ਐਂਡ ਇਸ ਅਪ ਟੂ ਯੂ ਟੂ ਮੇਕ ਇਟ ਸਟਰੋਂਗ। ਜੇ ਤੁਸੀਂ ਕਿਸੇ ਵੀ ਚੀਜ਼ ਦੇ ਬਾਰੇ 'ਚ ਅਨਸ਼ੋਰ ਜਾਂ ਅਨਸਰਟਨ ਹੈਗੇ ਆ, ਦੈਨ ਡੈਫੀਨੇਟਲੀ ਗਿਵ ਮੀ ਅ ਕਾਲ, ਗੈਟ ਇਨ ਟੱਚ ਵਿਦ ਮੀ, ਐਂਡ ਮਾਈ ਐਬਸੋਲਿਊਟ ਬੈਸਟ ਹੈਲਪ ਯੂ ਇਨ ਐਵਰੀ ਵੇ ਪੋਸੀਬਲ। ਪਰ ਯਾਦ ਰੱਖਣਾ ਕਿ ਮੈਂ ਤੁਹਾਡੀ ਮਦਦ ਜਾਂ ਤੁਹਾਡੀ ਹੈਲਪ ਤਾਂ ਹੀ ਕਰ ਸਕਦੀ ਹੈਗੀ ਹਾਂ ਇਫ ਯੂ ਕਮਿਊਨੀਕੇਟ ਵਿਦ ਮੀ। ਜਦ ਤੱਕ ਤੁਸੀਂ ਮੈਨੂੰ ਦੱਸਦੇ ਨਹੀਂ ਜਾਂ ਕਹਿੰਦੇ ਨਹੀਂ ਹੈਗੇ, ਉਦੋਂ ਤੱਕ ਕੁਛ ਨਹੀਂ ਹੋ ਸਕਦਾ ਹੈਗਾ। ਇਸ ਯੋਰ ਲਾਈਫ, ਇਸ ਯੋਰ ਐਨਰਜੀ, ਐਂਡ ਇਸ ਅਪ ਟੂ ਯੂ ਟੂ ਮੇਕ ਇਟ ਸਟਰੋਂਗ। ਜੇ ਤੁਸੀਂ ਕਿਸੇ ਵੀ ਚੀਜ਼ ਦੇ ਬਾਰੇ 'ਚ ਅਨਸ਼ੋਰ ਜਾਂ ਅਨਸਰਟਨ ਹੈਗੇ ਆ, ਯੂ ਨੀਡ ਟੂ ਫਾਇੰਡ ਆਊਟ ਐਗਜੈਕਟਲੀ ਵਾਟਸ ਕਮਿੰਗ ਔਨ। ਜੇ ਕੋਈ ਪ੍ਰੋਬਲਮ ਹੈਗੀ ਆ, ਕੋਈ ਉਲਝਣ ਹੈਗੀ ਆ, ਉਹਦਾ ਜਲਦੀ ਤੋਂ ਜਲਦੀ ਸੋਲੂਸ਼ਨ ਲੱਭੋ ਅਤੇ ਉਹਦੇ ਬਾਰੇ 'ਚ ਕੁਛ ਕਰੋ, ਕਿਉਂਕਿ ਜੇ ਤੁਸੀਂ ਕੁਛ ਕਰੋਗੇ ਨਹੀਂ, ਕੁਛ ਹੋਊਗਾ ਨਹੀਂ, ਐਂਡ ਨਥਿੰਗ ਵਿਲ ਐਵਰ ਚੇਂਜ। ਸੋ ਜੇ ਤੁਸੀਂ ਚਾਹੁੰਦੇ ਕਿ ਤੁਹਾਡੀ ਜ਼ਿੰਦਗੀ 'ਚ ਕੋਈ ਇੰਪਰੂਵਮੈਂਟ ਆਵੇ ਜਾਂ ਕੋਈ ਪੋਜ਼ਿਟਿਵ ਐਨਰਜੀ ਆਵੇ, ਦੈਨ ਓਬਵੀਅਸਲੀ ਤੁਸੀਂ ਆਪਣੇ ਵੱਲੋਂ ਸਹੀ ਟਾਈਮ 'ਤੇ ਸਹੀ ਸਟੈਪ ਲਓ, ਐਂਡ ਦੈਟਸ ਗੋਇੰਗ ਟੂ ਹੈਲਪ ਯੂ ਦ ਬੈਸਟ ਵੇ। ਚਲੋ ਸਿੱਧਾ ਚੱਲਦੇ ਹੈਗੇ ਅਸੀਂ ਆਪਣੇ ਅੱਜ ਦੇ ਪਹਿਲੇ ਲੱਕੀ ਕਾਲਰ ਦੇ ਕੋਲ। ਹੈਲੋ ਜੀ। Hello, I just want to read about my health. Okay, unfortunately in this show we're not allowed to speak about health. No, so we're not, if there's one thing we're not allowed to speak about. So what I would recommend is definitely if you've got any health issues, definitely speak to your GP. Secondly, if you did one, do feel that maybe it's got connected something connected with your spiritual energy, then what you can do is you can definitely speak to me off air about it. And if you give us a missed call on the 0208 number, and then we can take it forward from there. Yeah, thank you so much. God bless you. This is a live and interactive show. Because of the nature of the show, there are certain things which we have to abide by. Quite a few times now people have called, especially within the last month or so, requesting about their health. They wanted to have a reading about their health or information about their health. Now, we're not allowed to give that information in this show. We're not allowed to share that information. So, ਜੇ ਕੋਈ ਇਹੋ ਜਿਹੀ ਗੱਲ ਹੈਗੀ ਆ ਜੇ ਤੁਸੀਂ ਆਪਣੀ ਸਿਹਤ ਦੇ ਵਿੱਚ ਕੋਈ ਸਵਾਲ ਪੁੱਛਣਾ ਆ, ਬੈਟਰ ਆ ਕਿ ਸਭ ਤੋਂ ਪਹਿਲੀ ਚੀਜ਼ ਤਾਂ ਓਬਵੀਅਸਲੀ ਗੋ ਟੂ ਯੂਰ GP। ਅਤੇ ਜੇ ਤੁਹਾਨੂੰ ਇਹਦਾ ਲੱਗਦਾ ਕਿ ਕੋਈ ਕਨੈਕਸ਼ਨ, ਕੋਈ ਲਿੰਕ ਸ਼ਾਇਦ ਤੁਹਾਡੀ ਸਪਿਰਿਚੁਅਲ ਐਨਰਜੀ ਦੇ ਨਾਲ ਹੈਗਾ ਆ, ਦੈਨ ਇਜ਼ ਬੈਸਟ ਟੂ ਸਪੀਕ ਟੂ ਮੀ ਆਫ ਏ। ਦੂਸਰੀ ਗੱਲ ਯਾਦ ਰੱਖਣਾ ਬਹੁਤ ਜ਼ਰੂਰੀ ਹੈਗੀ ਆ ਕਿ ਯੂ ਨੀਡ ਟੂ ਬੀ ਓਵਰ 18 ਟੂ ਕਾਲ ਇਨ ਐਸ ਵੈਲ। ਕਿਉਂਕਿ ਆ ਪਿਛਲੇ ਕੁਛ ਮਹੀਨੇ ਦੇ ਵਿੱਚ ਕੁਛ ਇੱਦਾਂ ਦੇ ਅਟੈਂਪਟਸ ਵੀ ਹੋਏ ਹੈਗੇ ਆ ਵੇ ਯੂ ਨੀਡ ਟੂ ਰਿਮੈਂਬਰ ਦੈਟ ਯੂ ਨੀਡ ਟੂ ਬੀ ਓਵਰ 18, ਦੈਨ ਆਈ ਕੈਨ ਡੂ ਯੂਰ ਰੀਡਿੰਗ ਫੋਰ ਯੂ, ਰੀਡ ਯੂਰ ਕਾਰਡਸ ਫੋਰ ਯੂ। So either to see kya rakhna hai ga ya, what you can do also is that you could ask a parent or guardian to call in, and then I'll do my best to help you that way as well. So e do cheezan da tusi bahut zyada khyal rakhna hai ga ya, taahi tusi notice kita hoga ki screen de thalle vi bilkul you know at the bottom of the screen tusi notice karange ki scroll likhe aa reha ya, te ode vich vi eh cheezan likhiyan hoyiyan hagiyan ya. So please do bear this in mind. ਬਾਕੀ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਜਦੋਂ ਵੀ ਸਾਡੀ ਜ਼ਿੰਦਗੀ 'ਚ ਕੋਈ ਵੀ ਕਠਿਨਾਈ ਆਉਂਦੀ ਹੈ, ਕੋਈ ਵੀ ਮੁਸ਼ਕਿਲ ਜਾਂ ਕੋਈ ਪ੍ਰੋਬਲਮ ਆਉਂਦੀ ਹੈਗੀ ਆ, ਦੈਨ ਵੀ ਨੀਡ ਟ੍ਰਾਈ ਟੂ ਫਾਇੰਡ ਅ ਰਾਈਟ ਸੋਲੂਸ਼ਨ ਟੂ ਦੈਟ। ਜਦੋਂ ਅਸੀਂ ਆਪਣੇ ਵੱਲੋਂ ਕਿਸੇ ਟ੍ਰਬਲ 'ਚ ਹੁੰਦੇ, ਕਿਸੇ ਮੈਸ ਦੇ ਵਿੱਚ, ਸੇ ਫੋਰ ਐਗਜ਼ਾਮਪਲ ਸਟਕ ਇਨ ਸਮ ਸੋਰਟ ਆਫ ਮੈਸ, ਤੁਸੀਂ ਕਿਸੇ ਟ੍ਰਬਲ ਦੇ ਵਿੱਚ ਆ,
The biggest mistake that people make is not going to the right professional of the right field. ਇਹ ਸਭ ਤੋਂ ਵੱਡੀ ਗਲਤੀ, ਸਭ ਤੋਂ ਵੱਡੀ ਮਿਸਟੇਕ ਆ ਜਿਹੜੀ ਲੋਕੀ ਕਰਦੇ ਹੈਗੇ ਆ। ਜੇ ਤੁਸੀਂ ਪਹਿਲਾਂ ਤੋਂ ਹੀ ਰਾਈਟ ਫੀਲਡ ਦੇ ਰਾਈਟ ਪ੍ਰੋਫੈਸ਼ਨਲ ਦੇ ਕੋਲ ਚਲੇ ਜਾਓ, ਦੈਨ ਯੂ ਹੈਵ ਨਥਿੰਗ ਟੂ ਵਰੀ ਅਬਾਊਟ। ਯੂਨੇ ਸੋ ਐਸ ਚੀਜ਼ ਦਾ ਤੁਸੀਂ ਜ਼ਰੂਰ ਖਿਆਲ ਰੱਖਣਾ ਹੈਗਾ ਆ, ਮੇਕ ਸ਼ੋਰ ਦੈਟ ਪਰਸਨ ਇਜ਼ ਕੁਆਲੀਫਾਈਡ ਟੂ ਹੈਲਪ ਯੂ, ਮੇਕ ਸ਼ੋਰ ਦੇ ਐਕਸਪੀਰੀਅੰਸਡ ਟੂ ਹੈਲਪ ਯੂ, ਤੇ ਉਸੇ ਪਰਸਨ ਦੇ ਕੋਲ ਤੁਸੀਂ ਮਦਦ ਜਾਂ ਹੈਲਪ ਲੈਣੀ ਹੈਗੀ ਆ। ਜਦੋਂ ਅਸੀਂ ਰਾਈਟ ਪਰਸਨ ਦੇ ਕੋਲ ਜਾਂਦੇ ਹਾਂ ਰਾਈਟ ਹੈਲਪ ਦੇ ਲਈ, then we can move forward in the right direction. But jab tak assi apne walon sachi imandar koshish nahi karde hai ke apne walon bodh nahi karde hai ke, it's simply not going to happen. So hun tusi decide karo ke actually tusi chahnde ki ha, which sort of energy is it that you want to bring into your life. Je to tusi apni life nu positive banana chahnde ha ya strong banana chahnde hai ke, you can make it happen, but obviously then udhar hi apne walon khud mehnat karni paugi, khud koshish karni paugi, and that's going to help you the best way. ਜਦ ਤੱਕ ਤੁਸੀਂ ਆਪਣੇ ਵੱਲੋਂ ਬੋਧਰ ਨਹੀਂ ਕਰਦੇ ਹੈਗੇ, ਇਟਸ ਨਾਟ ਗੋਇੰਗ ਟੂ ਹੈਪਨ। ਹੁਣ ਤੁਸੀਂ ਡਿਸਾਈਡ ਕਰੋ ਕਿ ਐਕਚੁਅਲੀ ਤੁਸੀਂ ਚਾਹੁੰਦੇ ਕੀ ਹੈਗੇ ਆ। ਇਫ ਯੂ ਵਾਂਟ ਟੂ ਬ੍ਰਿੰਗ ਦ ਰਾਈਟ ਐਨਰਜੀ ਇਨ ਟੂ ਯੋਰ ਲਾਈਫ, ਤੁਸੀਂ ਆਪਣੇ ਵੱਲੋਂ ਮਿਹਨਤ ਕਰੋ, ਕੋਸ਼ਿਸ਼ ਕਰੋ, ਤੇ ਦੇਖੋ ਕਿ ਕੀ ਕੁਛ ਨਹੀਂ ਹੋ ਸਕਦਾ ਹੈਗਾ। ਬਟ ਇਫ ਯੂ ਡੋਨਟ ਬੋਧਰ, ਇਫ ਯੂ ਡੋਨਟ ਟਰਾਈ, ਇਟਸ ਨਾਟ ਗੋਇੰਗ ਟੂ ਹੈਪਨ। ਜੇ ਤੁਸੀਂ ਆਪਣੀ ਲਾਈਫ ਵਿੱਚ ਕੋਈ ਚੇਂਜ ਲੈ ਕੇ ਆਉਣਾ ਚਾਹੁੰਦੇ ਹੈਗੇ, ਯੂ ਹੈਵ ਟੂ ਬੀ ਪ੍ਰੋਐਕਟਿਵ। ਇੱਕ ਬਹੁਤ ਜ਼ਿਆਦਾ ਲੋਕਾਂ ਦੇ ਮਨ ਦੇ ਵਿੱਚ ਗਲਤ ਫਹਿਮੀ ਰਹਿੰਦੀ ਹੈਗੀ ਆ ਕਿ ਜੇ ਅਸੀਂ ਕਿਸੇ ਚੀਜ਼ ਦੇ ਬਾਰੇ ਚ ਸੋਚੀ ਜਾਈਏ ਕਿ ਸਿਰਫ ਸੋਚਣ ਦੇ ਨਾਲ ਉਹ ਪ੍ਰੋਬਲਮ ਦੂਰ ਹੋ ਜੂਗੀ, ਇਟ ਡਜ਼ਨਟ ਵਰਕ ਲਾਈਕ ਦੈਟ। ਮੇਰੇ ਸਾਹਮਣੇ ਰੀਸੈਂਟਲੀ ਇੱਕ ਇੱਦਾਂ ਕੇਸ ਆ, ਇੱਕ ਜੈਂਟਲਮੈਨ, ਐਂਡ ਇਟਸ ਲਿਟਰਲੀ ਬੀਨ ਅਬਾਊਟ 35-36 ਈਅਰਸ ਆਫ ਹਿਸ ਲਾਈਫ, ਕਿ ਜਿੱਥੇ ਉਹ ਸੋਚਦੇ ਰਹੇ ਕਿ ਆਈ ਨੀਡ ਟੂ ਡੂ ਸਮਥਿੰਗ ਅਬਾਊਟ ਦਿਸ ਔਰ ਆਈ ਨੀਡ ਟੂ ਗੈਟ ਹੈਲਪ, ਤੇ ਸਿਰਫ ਉਸ ਚੀਜ਼ ਦੇ ਬਾਰੇ ਚ ਉਹ ਸੋਚਦੇ ਰਹੇ, ਪਰ ਇੰਨੀ ਹਿੰਮਤ ਨਹੀਂ ਕੀਤੀ ਕਿ ਯੂ ਨੋ ਲੈਟ ਮੀ ਟ੍ਰਾਈ ਟੂ ਡੂ ਸਮਥਿੰਗ ਅਬਾਊਟ ਦਿਸ। ਫਿਰ ਰੀਸੈਂਟਲੀ ਜਦੋਂ ਉਹਨਾਂ ਨੇ ਮੇਰਾ ਕੋਈ ਸ਼ੋਅ ਦੇਖਿਆ ਹੋਣਾ ਹੈ, ਉਹਨਾਂ ਨੇ ਡਿਸਾਈਡ ਕੀਤਾ ਕਿ ਮੈਂ ਹੁਣ ਇਸ ਚੀਜ਼ ਨੂੰ ਸੋਰਟ ਆਊਟ ਕਰਾਂ, ਕਿਉਂਕਿ ਹੁਣ ਤਾਂ ਕਾਫੀ ਜ਼ਿਆਦਾ ਟਾਈਮ ਹੋ ਗਿਆ ਆ, ਅਨਲੈਸ ਕਿ ਜੇ ਹੁਣ ਕੋਈ ਸੋਲੂਸ਼ਨ ਉਹਦਾ ਲੱਭ ਸਕਦਾ ਕਿ ਨਹੀਂ। ਬਟ ਦੈਟਸ ਦੀ ਥਿੰਗ, ਯੂ ਡੋਨਟ ਨੀਡ ਟੂ ਸਫਰ ਇਨ ਸਾਇਲੈਂਸ ਫੋਰ ਸੋ ਮੈਨੀ ਈਅਰਸ। ਸਿਰਫ ਸੋਚਣ ਦੇ ਨਾਲ ਜੇ ਸਾਡੀਆਂ ਪ੍ਰੋਬਲਮਾਂ ਦੂਰ ਹੋ ਜਾਂਦੀਆਂ, ਤੇ ਦੁਨੀਆਂ ਦੇ ਵਿੱਚ ਕੋਈ ਮੁਸ਼ਕਿਲ, ਕੋਈ ਪ੍ਰੋਬਲਮ, ਕੋਈ ਮੁਸੀਬਤ ਆਉਂਦੀ ਹੀ ਨਾ। ਵਰੀਇੰਗ ਇਜ਼ ਨੈਵਰ ਗੋਇੰਗ ਟੂ ਹੈਲਪ ਯੂ ਇਨ ਐਨੀ ਵੇ। ਯੂਨੇ ਸਿਰਫ ਵਰੀ ਕਰਨ ਦੇ ਨਾਲ ਸਾਨੂੰ ਕੁਛ ਨਹੀਂ ਮਿਲਦਾ ਹੈਗਾ, ਸਿਰਫ ਸਾਡੇ ਲਾਈਕ ਯੂਨੇ ਵੀ ਲੂਜ਼ ਸਲੀਪ ਓਵਰ ਇਟ, ਅਸੀਂ ਬੇਚੈਨ ਰਹਿੰਦੇ ਹੈਗੇ ਆ, ਇਜ਼ ਨੋਟ ਅ ਗੁੱਡ ਥਿੰਗ। ਇਨਸਟੈਡ ਆਫ ਫੋਕਸਿੰਗ ਔਨ ਯੋਰ ਐਨਰਜੀ, ਆਲ ਆਫ ਯੋਰ ਐਨਰਜੀ ਔਨ ਵਾਟ ਮੇ ਹੈਪਨ ਔਰ ਵਾਟ ਕੁਡ ਹੈਪਨ, ਤੁਸੀਂ ਇਹ ਦੇਖੋ ਕਿ ਤੁਸੀਂ ਆਪਣੇ ਵੱਲੋਂ ਐਕਚੁਅਲੀ ਕਰ ਕੀ ਸਕਦੇ ਹੈਗੇ ਆ। ਲੈਟਸ ਫੋਕਸ ਔਨ ਦ ਫੈਕਟਸ ਆਫ ਦ ਸਿਚੁਏਸ਼ਨ, ਆਹ ਪ੍ਰੋਬਲਮ ਆ, ਇਹਦਾ ਸੋਲੂਸ਼ਨ ਕੀ ਆ। ਵਨਸ ਇੱਕ ਵਾਰੀ ਤੁਸੀਂ ਆਪਣਾ ਸਾਰਾ ਫੋਕਸ ਸੋਲੂਸ਼ਨ ਦੇ ਉੱਤੇ ਪਾ ਦਿੰਦੇ ਹੈਗੇ ਆ, that I'm going to try to focus on a solution for this, fir odena thodi right help hogi. But je tusi worry kari jaoge sirf problem de bare ch sochi jaoge ki hai mena idda kyon hoya, ye mere te idda kyon bitti ya, problem itni baddi kyon ya, any negative kyon ya, then it's just going to stem more fears and more anxiety and more negativity. That's not going to help you. Instead of focusing on the problem, focus on the solutions, and that's going to help you the best way. And jadon vi tusi apne mann de vich sochde hege ki okay, you know what, I want to take maybe a spiritual step, spiritual asi madad layiye, spiritual step layiye, and with this spiritual step maybe I'll be able to sort my life out and make things better. But ek cheez understand karni bahut zaruri hai, this is what I always tell you, you know, many many times, but once you take that spiritual step there's no going back. Kyunki jadon apan spirituality da sahara lende, asi parmatma di sacchi shakti da sahara le rahe hain. It's a very powerful energy source that we're asking for guidance from, we're asking for help from. ਜਦੋਂ ਅਸੀਂ ਪਰਮਾਤਮਾ ਦੀ ਸ਼ਕਤੀ ਦਾ ਸੱਚਾ ਸਹਾਰਾ ਲੈਂਦੇ ਹੈਗੇ ਆ, then we need to have 100% faith. ਜੇ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਨਹੀਂ ਹੈਗਾ, if you haven't got that faith, if it's not 100%, it's not going to help you. ਜੇ ਤੁਸੀਂ ਆਪਣੇ ਆਪ ਨੂੰ ਝੂਠਾ ਮੁੱਠਾ ਸਮਝਾਉਂਦੇ ਹੈਗੇ ਆ, ਔਰ ਯੂ ਕਲੇਮ ਐਂਡ ਯੂ ਸੇ ਕਿ ਨਹੀਂ ਆਰਤੀ ਜੀ, ਆਈ ਟਰਸਟ ਇਨ ਗੋਡ 100%, ਆਈ ਹੈਵ ਕੰਪਲੀਟ ਫੇਥ ਇਨ ਦ ਸਪਿਰਚੁਅਲ ਪਾਥ ਦੈਟ ਆਮ ਟੇਕਿੰਗ, ਐਂਡ ਆਈ ਨੋ ਆਲ ਗਿਵ, ਯੂ ਨੋ, ਆਲ ਗਿਵ ਇਟ ਮਾਈ ਬੈਸਟ ਸ਼ੋਟ, ਐਂਡ ਦੈਨ ਈਵਨ ਦੈਨ ਯੂ ਟਰਾਈ ਫਰੋਮ ਯੋਰ ਬੈਸਟ, ਯੂ ਫਰੋਮ ਯੋਰ ਸਾਈਡ ਯੂ ਟਰਾਈ ਯੋਰ ਬੈਸਟ, ਫੇਰ ਤਾਂ ਤੁਹਾਡੀ ਲਾਈਫ ਦੇ ਵਿੱਚ ਰਾਈਟ ਐਨਰਜੀ ਆ ਸਕਦੀ ਆ। ਪਰ ਜੇ ਤੁਸੀਂ ਸੋਚਦੇ ਹੈਗੇ ਆ, ਲੈਟ ਮੀ ਜਸਟ ਟੇਕ ਅ ਸ਼ੋਰਟਕਟ ਹੇਅਰ, ਲੈਟ ਮੀ ਜਸਟ ਮਿਸ ਅ ਰੈਮੇਡੀ ਦੇਅਰ, ਔਰ ਲੈਟ ਮੀ ਜਸਟ ਯੂ ਨੋ ਮਿਸ ਅ ਫਿਊ ਡੇਜ਼ ਹੇਅਰ ਔਰ ਮਿਸ ਅ ਫਿਊ ਡੇਜ਼ ਦੇਅਰ, ਜਾਂ ਤੁਸੀਂ ਆਪਣੇ ਕੋਈ ਉਪਾਅ ਜਾਂ ਕੋਈ ਰੈਮੇਡੀ ਪ੍ਰੋਪਰਲੀ ਨਹੀਂ ਕਰਦੇ ਹੈਗੇ, ਦੈਨ ਇਟਸ ਨੋਟ ਗੋਇੰਗ ਟੂ ਹੈਲਪ ਯੂ। ਯੂ ਨੀ, ਬਿਕੋਜ਼ ਜਦੋਂ ਤੁਸੀਂ ਸਪਿਰਚੁਅਲਿਟੀ ਦਾ ਸਹਾਰਾ ਲੈਂਦੇ ਹੈਗੇ ਆ, ਯੂ ਨੀਡ ਟੂ ਫੋਲੋ ਇਟ ਥੋਰਲੀ, ਯੂ ਨੀਡ ਟੂ ਫੋਲੋ ਇਟ ਐਗਜ਼ੈਕਟਲੀ ਦ ਰਾਈਟ ਵੇ, and with spiritual remedies, the most important thing is that people tend to forget is ke jere spiritual disciplines ne, they are just equally as important as the remedies, if not more. So jere spiritual niyama
ਸਪਿਰਚੁਅਲ ਰੈਮੇਡੀਜ਼ ਦੇ ਨਾਲ ਉਹ ਰੱਖਣੇ ਵੀ ਜ਼ਰੂਰੀ ਆ। ਜੇ ਤੁਹਾਡਾ ਕੋਈ ਸਪਿਰਚੁਅਲ ਨੇਮ ਇਹੋ ਜਿਹਾ ਹੈਗਾ ਹੈ ਕਿ ਜਿੱਦਾਂ ਫੋਰ ਇਗਜ਼ਾਮਪਲ ਤੁਹਾਡੇ 'ਤੇ ਕੋਈ ਰਿਸਟ੍ਰਿਕਸ਼ਨ ਆ, ਸੇ ਫੋਰ ਇਗਜ਼ਾਮਪਲ ਕੋਈ ਸਪਿਰਚੁਅਲ ਨੇਮ ਇੱਦਾਂ ਹੈਗਾ ਕਿ ਯੂ ਨੋਟ ਅਲਾਊਡ ਟੂ ਹੈਵ ਨੋਨ ਵੈਜ ਵਾਈਲ ਯੂ ਡੂਇੰਗ ਅ ਸਰਟਨ ਰੈਮੇਡੀ, ਦੈਨ ਡੋਨਟ ਡੂ ਦੈਟ। ਇਫ ਯੂ ਬ੍ਰੇਕ ਦੈਟ ਡਿਸਿਪਲਿਨ ਇਟਸ ਗੋਇੰਗ ਟੂ ਹੈਵ ਕੰਸੀਕਵੈਂਸਿਸ, ਉਹਦਾ ਤੁਹਾਡੇ ਉਪਾਅ ਦੇ ਉੱਤੇ, ਰੈਮੇਡੀ ਦੇ ਉੱਤੇ ਡੈਫੀਨੇਟਲੀ ਅਸਰ ਪਊਗਾ। ਯੂਨੋ ਕਿੰਨੀ ਵਾਰੀ ਲੋਕ ਸੋਚਦੇ ਹੈਗੇ ਕਿ ਨਹੀਂ ਨਹੀਂ ਛੋਟੀ ਜਿਹੀ ਪ੍ਰੋਬਲਮ ਦਾ ਕੀ ਅਸਰ ਪੈ ਜਾਣਾ ਹੈਗਾ ਆ, ਛੋਟੀ ਜਿਹੀ ਜੇ ਸਾਡੇ ਕੋਲੋਂ ਨਿੱਕੀ ਜਿਹੀ ਕੋਈ ਮਿਸਟੇਕ ਹੋ ਗਈ ਆ ਜਾਂ ਨਿੱਕੀ ਜਿਹੀ ਗਲਤੀ ਹੋ ਗਈ ਆ ਜਾਂ ਇੱਕ ਵਾਰੀ ਗਲਤੀ ਹੋ ਗਈ ਆ, ਉਹਦਾ ਕੋਈ ਬਹੁਤ ਵੱਡਾ ਅਸਰ ਤਾਂ ਪੈ ਨਹੀਂ ਸਕਦਾ ਹੈਗਾ। ਯੂ ਨੋ ਗਿਵਨ ਯੂ ਦਿਸ ਐਗਜ਼ਾਮਪਲ ਬਿਫੋਰ, ਮੈਂ ਪਹਿਲਾਂ ਵੀ ਤੁਹਾਨੂੰ ਇਹ ਐਗਜ਼ਾਮਪਲ ਦਿੱਤਾ ਹੋਇਆ, ਹੁਣ ਵੀ ਦਊਂਗੀ ਕਿ ਤੁਸੀਂ ਕੋਈ ਬਹੁਤ ਵੱਡਾ, ਤੁਸੀਂ ਕੋਈ ਲੈ ਲਓ ਕੋਈ ਕੰਟੇਨਰ, ਉਹਦੇ ਵਿੱਚ ਦੁੱਧ ਪਾਇਆ ਹੋਇਆ ਆ, ਉਹ 'ਚ ਤੁਸੀਂ ਇੱਕ ਬੂੰਦ ਤੁਸੀਂ ਸਿਰਕੇ ਦਾ ਪਾ ਦਿਓ ਜਾਂ ਇੱਕ ਬੂੰਦ ਤੁਸੀਂ ਲੈਮਨ ਦਾ, ਨਿੰਬੂ ਦਾ ਤੁਸੀਂ ਪਾ ਦਿਓ, ਕੀ ਹੋਊਗਾ? ਦੁੱਧ ਫੱਟ ਹੀ ਜਾਊਗਾ ਨਾ। ਸੋ ਜੇ ਤੁਹਾਨੂੰ ਪਤਾ ਹੈ ਕਿ ਇੱਕ ਸਟੈਪ ਲੈਣ ਦੇ ਨਾਲ ਤੁਹਾਨੂੰ ਲੱਗਦਾ ਕਿ ਕੁਛ ਨਹੀਂ ਹੋ ਸਕਦਾ, ਬਹੁਤ ਕੁਛ ਹੋ ਸਕਦਾ ਹੈ। It's really important to keep the disciplines the right way. It's really important to follow the remedies the right way. Because that once you take that spiritual step or once you take that spiritual path, what you are accepting and applying in your life is that 100% responsibility of your future you're taking upon yourself. ਸਾਡੇ ਲਾਈਫ ਦੇ ਵਿੱਚ ਕੋਈ ਵੀ ਸਾਨੂੰ ਦੁੱਖ ਦਿੰਦਾ ਆ, ਕੋਈ ਸਾਨੂੰ ਤਕਲੀਫ ਦਿੰਦਾ ਹੈਗਾ ਆ, ਕੋਈ ਤੁਹਾਨੂੰ ਯੂਨੋ ਹਾਨੀ ਪਹੁੰਚਾਉਂਦਾ, ਨੁਕਸਾਨ ਪਹੁੰਚਾਉਂਦਾ ਆ, ਕੋਈ ਤੁਹਾਨੂੰ ਦੁਖੀ ਕਰਦਾ ਆ, ਜਾਂ ਕੋਈ ਤੁਹਾਡੀ ਲਾਈਫ ਦੇ ਵਿੱਚ ਕੋਈ ਪ੍ਰੋਬਲਮਾਂ ਲੈ ਕੇ ਆਉਂਦਾ ਹੈਗਾ ਆ, ਹੋ ਸਕਦਾ ਕਿ ਜਿਹੜੀਆਂ ਵੀ ਉਹ ਪ੍ਰੋਬਲਮਾਂ ਹੈਗੀਆਂ ਜਾਂ ਮੁਸੀਬਤਾਂ ਹੈਗੀਆਂ ਜਾਂ ਕਠਿਨਾਈਆਂ ਹੈਗੀਆਂ ਆ, ਉਹ ਤੁਹਾਡੀ ਗਲਤੀ ਨਹੀਂ ਹੈਗੀ, ਤੁਹਾਡੀ ਫੋਲਟ ਨਹੀਂ ਹੈਗੀ ਕਿ ਤੁਹਾਡੇ ਨਾਲ ਇੱਦਾਂ ਹੋਇਆ ਆ। ਦੇਖੇ ਆਲ ਦੋਜ਼ ਵੂਨਡਸ ਦੈਟ ਯੂ ਆਰ ਸਫਰਿੰਗ, ਦੇ ਨੋਟ ਯੂਅਰ ਫਾਲਟ, ਉਹ ਤੁਹਾਡੀ ਗਲਤੀ ਦੇ ਨਾਲ ਜਾਂ ਤੁਹਾਡੀ ਵਜ੍ਹਾ ਦੇ ਨਾਲ ਨਹੀਂ ਹੋਏ ਹੈਗੇ। But healing those wounds is 100% your responsibility. Apne je koi thanu bina thalle nu takka marda hai ga, sanu zameen te sitda hai ga ya, oh thodi galti nahi hai gi, kyunki jinna ne thanu takka mare, jinna ne thanu zameen te sitya ya, oh ohna di fault aa ki tusi gir gaye, par apne aap nu wapas chukna oh thodi responsibility aa, oh vi 100%. So tusi apne parmatma de utte tusi 100% vishwas rakho. ਆਪਣੇ ਪਰਮਾਤਮਾ ਦੇ ਉੱਤੇ ਤੁਸੀਂ ਜਦੋਂ 100% ਵਿਸ਼ਵਾਸ ਰੱਖਦੇ ਆ, ਆਪਣੇ ਆਪ ਹੀ ਤੁਹਾਡੇ ਅੰਦਰ ਹਿੰਮਤ ਬਣਦੀ ਆ, ਹਿੰਮਤ ਸਾਨੂੰ ਮਿਲਦੀ ਹੈਗੀ ਕਿ ਪਰਮਾਤਮਾ ਤੂੰ ਆਪਣੀ ਸ਼ਕਤੀ ਦਾ ਮੈਨੂੰ ਸਹਾਰਾ ਦੇ, ਤੇ ਜਦੋਂ ਆਪਾਂ ਪਰਮਾਤਮਾ ਦੀ ਸੱਚੀ ਸ਼ਕਤੀ ਦਾ ਸਹਾਰਾ ਲੈ ਕੇ ਫਿਰ ਅਸੀਂ ਉੱਠਦੇ ਹਾਂ ਵਾਪਸ, ਦੈਨ ਉਹਦੇ ਨਾਲ ਅਸੀਂ ਹਿੰਮਤ ਕਰਕੇ ਸਟੈਪ ਬਾਏ ਸਟੈਪ ਅਸੀਂ ਆਪਣੀ ਲਾਈਫ ਨੂੰ ਇੰਪਰੂਵ ਕਰਦੇ ਰਹਿੰਦੇ ਹਾਂ, ਅੱਗੇ ਵੱਧਦੇ ਰਹਿੰਦੇ ਹੈਗੇ ਹਾਂ। ਫਿਰ ਤੁਸੀਂ ਆਪਣੇ ਆਪ ਨੂੰ ਇੰਨਾ ਸਟਰੋਂਗ ਬਣਾ ਲਓ, ਇੰਨਾ ਮਜ਼ਬੂਤ ਬਣਾ ਲਓ ਕਿ ਕੋਈ ਹੋਰ ਫਿਰ ਤੁਹਾਨੂੰ ਦੁਆਰ ਤੇ ਥੱਲੇ ਨੂੰ ਸਿੱਟਣ ਦੀ ਕੋਸ਼ਿਸ਼ ਨਾ ਕਰ ਸਕੇ। ਪਰ ਨੋਰਮਲੀ ਇਨਸਾਨ ਆ, ਇਨਸਾਨ ਆਪਾਂ ਆਪਣੀ ਗਲਤੀਆਂ ਤੋਂ ਹੀ ਸਿੱਖਦੇ ਹੈਗੇ ਹਾਂ। ਸੋ ਇਨ ਲਾਈਫ ਵੀ ਹੈਵ ਲੋਡਸ ਆਫ ਲਾਈਫ ਲੈਸਨਸ ਦੈਟ ਵੀ ਟੈਂਡ ਟੂ ਕੀਪ ਕਮਿੰਗ ਅਕ੍ਰੋਸ। ਇੱਦਾਂ ਮੇਰੇ ਕੋਲ ਰੀਸੈਂਟਲੀ ਇੱਕ ਕੇਸ ਆਇਆ ਸੀਗਾ, ਯੰਗ ਲੇਡੀ, ਮੈਨੂੰ ਕਹਿੰਦੇ ਕਿ ਹਰਤੀ ਜੀ ਮੇਰੇ ਨਾਲ ਬਾਰ ਬਾਰ ਸੇਮ ਪੈਟਰਨ ਆਈ ਜਾਂਦਾ ਹੈਗਾ, ਬਾਰ ਬਾਰ ਸਿਮਿਲਰ ਇਸ਼ੂਜ ਮੇਰੇ ਨਾਲ ਆਈ ਜਾਂਦੀਆਂ ਹੈਗੀਆਂ ਆ, ਕਿ ਜਦੋਂ ਕੋਈ ਫਰੈਂਡ ਬਣਾਉਂਦੀ ਹੈਗੀ ਆ, ਯੂ ਨੋ ਸ਼ੀ ਗੈਟਸ ਸਟੈਬਡ ਇਨ ਦ ਬੈਕ, ਉਹਨਾਂ ਨੂੰ ਧੋਖਾ ਮਿਲਦਾ ਹੈਗਾ ਆ, ਹਮੇਸ਼ਾ ਲੋਕ ਉਹਨਾਂ ਦੇ ਖਿਲਾਫ ਹੋ ਜਾਂਦੇ ਹੈਗੇ ਆ, ਤੇ ਕਹਿੰਦੇ ਮੇਰੇ ਨਾਲ ਬਾਰ ਬਾਰ ਇਹ ਪੈਟਰਨ ਕਿਉਂ ਹੋਈ ਜਾਂਦਾ ਹੈਗਾ। That was one of her life's lessons that she needed to learn. And until she didn't learn that life's lesson, it was only going to repeat. So, as she's about to sochna, bahut zaruri hai gaya. Socho idhar thoda se seedha chalte hain apne agle caller ke call. Hello, ji. Hello. Hello, Hanji. How can I help you? Hi. Basically, my son's 16 now, and obviously we're just waiting for his GCSE results. But he's trying to find a job, like just a part-time one. And I just wondered if you'll find anything. Okay, let's have a look. He's trying really hard, but he's received nothing back. Okay then. And so has he not been to an interview as yet? Has he not been what, sorry? To an interview as yet. No, because he fills up the applications and everything, but he has never received anything back. Okay, all right, then let's have a look. Keep focusing on this for me. Just I'm going to stop on the first card and we'll take it forward from there. Thank you. Okay, thank you. Stop. Perfect. That's the first card. And once again for the second card, please. Stop. Okay, that's great. And once again for your third card, please. Stop. Okay, that's great. These are the three cards. What I'm going to do is just take out a few extra cards as well so we can check in a bit more detail. Let's have a look. Ooh, which sort of jobs is he applying for? Just kind of retail, like a part-time, like in Aldi, Argos, stuff like that.
To be honest, the way that his cards are coming out, you know, one thing that he does need to do is maybe look at the way that he's completing his application forms. There seems to be some sort of a error that's going on, or in his forms, okay. or in the way that he's applying. So it sounds really strange. It might even be something technical. You know, sometimes when, say, for example, you fill a whole form online and you forget to press the submit button, or you forget to accept the terms and conditions and then submit it, because then we can't submit the form. It's almost like there seems to be some sort of a technical error that it's almost like that information is not really going forward, which is not a right thing. So definitely I would say when he does complete the form, especially if he's doing something online, like if he's emailing somebody a CV or if he's completing something online, then just double check everything. Also go through his CV again. The way that the energy of the cards are at the moment, that obviously, you know, even in the real world, that there's a lot of, I would say, competition out there. Generally this time of year, everybody's fighting over those maybe weekend jobs or part-time jobs. So at the moment, one thing that he does need to focus on is making sure that he brushes up his CV. That's really important. The pay is not as important as yet, so make sure that he doesn't make that a priority. The most important thing for him right now is the experience that he gets. You know, and that should help him in a much more stronger way. But definitely look into the technical side of things, make sure that he's... Secondly, what I would say, revisit his CV. That should help him in a positive way. If he does sort his CV out, then there's no doubt that he'll get anything. You know, I've got no doubt about that whatsoever. He should be able to get into something part time, or maybe like a few hours every other day. He should be able to get something like that. But he does need to update his CV. So I'm not sure which way that he's written his CV, or how he's like the pattern or the format that he's used for his CV. The one thing that is coming up in his cards very strongly is that, you know, some people write down their address right at the top, or some people would write down their name right at the top, or maybe the position that they're applying for right at the top. For him, it's really important to write down his contact number right at the top. First line of the CV is, it needs to be his contact number first, and then the rest of the details, and then hopefully that will help him in a much more positive way. And also the way that his energy is at the moment, it seems to be imbalanced. So one thing I would recommend for him is that when he does write down his CV, make sure that the way that it's written down is balanced on the paper, because sometimes there's certain formats you can use where there's more text on the left hand side of the page or more text on the right hand side of the page. But for him, it's best to have it centered, so there's more of a balanced energy in his CV. And then that should hopefully help him in a much more positive way. I mean, if he wants to, what he can do, even after our conversation today, just to email me a copy of his CV. I can have a look at it. And if there's any changes that he needs to make, I could let him know. And hopefully that would help him in a positive way. But once he's made these changes, just a few adaptations here and there, double check the technical kind of side of things if he's applying online. There's no doubt whatsoever that he should get something very, very soon, hopefully even within the next 2 weeks or so. You know, but ideally it shouldn't even take that long. It should be something that should happen quite fast. Okay. You know, so that should definitely help. God bless you. Thank you. Bye-bye. Thank you. You know, like sometimes it's like a simple step that we need to take. It doesn't have to be something too complicated or kuch bahut mushkil hai, bahut aukha nahi hunda hai. Sometimes it's like a very simple step that we need to take. And by taking that simple step or making a slight change, ohde na bahut bada fark penda saadi zindagi de vich. You know, so jay assi chahunde hai ki saadi life de vich saadi energy right hove, sometimes it's literally like just a slight turn of an angle, or making sure that we just mildly maybe change something. Ohde na vi saadi zindagi de vich bahut bada fark penda hai, and it brings improvement and changes in our lives, and positive changes in our lives. Jay assi chahunde hai ki saadi zindagi de vich saadi taqdeer de vich positive changes on, then obviously we'll need to put in the right effort at the right time. Sab to badi mushkil lokan di life de vich odo aunde hai ki when you don't put the right effort at the right time. Mehnat ta thanu karni paugi. Once you are ready and prepared to take 100% responsibility for all of your actions, then you should come to me.
ਕਿਉਂਕਿ ਜਦੋਂ ਅਸੀਂ ਸਪਿਰਚੁਅਲਿਟੀ ਦਾ ਸਹਾਰਾ ਲੈਂਦੇ ਹੈਗੇ ਆ, ਉਹਦੇ ਵਿੱਚ ਅਸੀਂ ਇਹ ਐਕਸੈਪਟ ਕਰਦੇ ਆ ਕਿ ਜਿਹੜੇ ਵੀ ਅਸੀਂ ਕਰਮ ਕਰਦੇ ਆ ਉਹਦੇ ਨਾਲ ਅਸੀਂ ਆਪਣੀ ਕਿਸਮਤ ਬਣਾਉਂਦੇ ਆ, ਤੇ ਜਿਹੜੇ ਵੀ ਤੁਸੀਂ ਕਰਮ ਕਰੋਗੇ ਉਹਦੇ ਨਾਲ ਫਿਰ ਤੁਹਾਡੀ ਕਿਸਮਤ ਬਣ ਜੂਗੀ। ਜੇ ਤੁਸੀਂ ਆਪਣੀ ਤਕਦੀਰ ਨੂੰ, ਆਪਣੀ ਕਿਸਮਤ ਨੂੰ ਚਮਕਾਉਣਾ ਚਾਹੁੰਦੇ ਆ, ਪੋਜ਼ਿਟਿਵ ਬਣਾਉਣਾ ਚਾਹੁੰਦੇ ਹੈਗੇ ਆ, ਪੁੱਟ ਇਨ ਦ ਰਾਈਟ ਐਫਰਟ, ਤੁਸੀਂ ਆਪਣੇ ਵੱਲੋਂ ਮਿਹਨਤ ਕਰੋ, ਕੋਸ਼ਿਸ਼ ਕਰੋ, ਤੇ ਦੇਖੋ ਕਿ ਕੀ ਕੁਛ ਨਹੀਂ ਹੋ ਸਕਦਾ ਹੈਗਾ। ਬਟ ਇਫ ਯੂ ਡੋਨਟ ਬਾਦਰ, ਇਫ ਯੂ ਡੋਨਟ ਟ੍ਰਾਈ, ਫਿਰ ਕੁਛ ਨਹੀਂ ਹੋਣਾ ਹੈਗਾ। ਜਿਹਨੇ ਸਿਰ ਜੇ ਅਸੀਂ ਚਾਹੁੰਦੇ ਕਿ ਸਾਡੀ ਲਾਈਫ ਵਿੱਚ ਰਾਈਟ ਨਹੀਂ, ਜੇ ਤੁਹਾਨੂੰ ਤੁਹਾਡੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਵੱਲੋਂ ਸਹੀ ਸਟੈਪ ਲਓ ਵੀ। ਐਂਡ ਦੈਟਸ ਵਨ ਵੈਰੀ ਵੈਰੀ ਇੰਪੋਰਟੈਂਟ ਥਿੰਗ ਟੂ ਰਿਮੈਂਬਰ। ਕਿੰਨੀ ਵਾਰੀ ਮੇਰੇ ਸਾਹਮਣੇ ਇਹੋ ਜਿਹੇ ਕੇਸ ਹੁੰਦੇ ਕਿ ਜਿੱਥੇ ਲੋਕ ਮੈਨੂੰ ਕਹਿੰਦੇ ਕਿ ਆਰਤੀ ਜੀ ਤੁਸੀਂ ਸਾਡੀ ਰੀਡਿੰਗ ਸਾਡੇ ਲਈ ਕਰਤੀ ਹੈਗੀ ਹੈ, ਉਪਾਅ ਤਾਂ ਤੁਸੀਂ ਸਾਨੂੰ ਦੱਸਦੇ ਆ, ਪਰ ਅਸੀਂ ਕੋਈ ਉਪਾਅ ਨਹੀਂ ਕਰਨਾ, ਸਾਰੇ ਉਪਾਅ ਤੁਸੀਂ ਖੁਦ ਕਰ ਲਓ ਤੇ ਬਸ ਸਾਡੀ ਲਾਈਫ ਠੀਕ ਹੋ ਜਾਵੇ। ਇਟ ਡਜ਼ਨਟ ਵਰਕ ਲਾਈਕ ਦੈਟ। ਦੇਰ ਇਜ਼ ਨੋ ਮੈਜਿਕ ਵਾਂਡ, ਦੇਰ ਇਜ਼ ਨੋ ਮੈਜਿਕ ਪਿਲ ਦੈਟ ਯੂ ਕੈਨ ਟੇਕ ਕਿ ਜਿਹਦੇ ਨਾਲ ਸਾਰੀਆਂ ਪ੍ਰੋਬਲਮਾਂ ਦੂਰ ਹੋ ਜਾਵੇ। ਇਫ ਦੇ ਵਰ ਸੱਚ ਅ ਥਿੰਗ, ਆਈ ਵੁੱਡ ਹੈਵ ਕ੍ਰੀਏਟਿਡ ਵਰਲਡ ਪੀਸ ਬਾਈ ਨਾਓ, ਆਈ ਪ੍ਰੋਮਿਸ ਯੂ। ਕਿਨੇ ਪਰ ਇਦਾਂ ਪੋਸੀਬਲ ਨਹੀਂ ਹੈਗਾ। Why? Because each individual is responsible for their own karma. ਇਹਦਾ ਮਤਲਬ ਕਿ ਹਰ ਇੱਕ ਇਨਸਾਨ ਆਪਣੀ ਕਿਸਮਤ ਨੂੰ ਆਪਣੇ ਕਰਮਾਂ ਦੇ ਨਾਲ ਖੁਦ ਬਦਲਦਾ ਆ। ਤੁਹਾਡੀ ਤਕਦੀਰ ਤੁਹਾਡੀ ਆਪਣੀ ਮੁੱਠੀ 'ਚ, ਤੁਸੀਂ ਖੁਦ ਡਿਸਾਈਡ ਕਰਦੇ ਹੋ ਕਿ ਤੁਸੀਂ ਆਪਣੀ ਲਾਈਫ ਨੂੰ ਕਿਸ ਡਾਇਰੈਕਸ਼ਨ ਦੇ ਵਿੱਚ ਅੱਗੇ ਲੈ ਕੇ ਜਾਣਾ ਹੈਗਾ ਹੈ। ਜਿੱਦਾਂ ਦੇ ਤੁਸੀਂ ਕਰਮ ਕਰਾਂਗੇ ਉਹੋ ਜਿਹੀ ਤੁਹਾਡੀ ਕਿਸਮਤ ਬਣ ਜਾਣੀ ਹੈਗੀ ਆ। ਪਰ ਜੇ ਤੁਸੀਂ ਚਾਹੁੰਦੇ ਕਿ ਤੁਹਾਡੀ ਲਾਈਫ ਦੇ ਵਿੱਚ ਰਾਈਟ ਐਨਰਜੀ ਆਵੇ, ਫਿਰ ਤੁਹਾਡੀ ਮਿਹਨਤ ਵੀ ਸਹੀ ਹੋਣੀ ਚਾਹੀਦੀ ਹੈਗੀ ਆ। ਜਦੋਂ ਤੁਸੀਂ ਮਿਹਨਤ ਕਰਦੇ ਆ, ਕਰਮ ਕਰਦੇ ਆ, ਤੁਹਾਡੀ ਨੀਯਤ ਵੀ ਸੱਚੀ ਹੋਣੀ ਚਾਹੀਦੀ ਆ। ਜੇ ਤੁਹਾਡੀ ਨੀਯਤ ਸੱਚੀ ਨਹੀਂ ਹੈਗੀ, ਚਾਹੇ ਤੁਸੀਂ ਕਰਮ ਜੋ ਵੀ ਕਰੋ, ਪਰਮਾਤਮਾ ਤੇ ਕੋਈ ਚੀਜ਼ ਛੁਪੀ ਨਹੀਂ ਹੋਈ ਹੈਗੀ। ਜੇ ਤੁਸੀਂ ਇਸ ਨੀਤੀ ਨਾਲ ਤੁਸੀਂ ਕਿਸੇ ਨੂੰ ਜਿਹੜਾ ਦਾਨ ਵੀ ਕਰਦੇ ਆ ਕਿ ਉਹ ਮੈਂ ਫਲਾਣੇ ਨੂੰ ਦਿੱਤਾ, ਹੁਣ ਪਰਮਾਤਮਾ ਮੈਨੂੰ 10 ਗੁਣਾ ਜ਼ਿਆਦਾ ਵਾਪਸ ਦਊਗਾ, then that's wrong, because then you're doing accounts, you're not actually giving. ਜਦੋਂ ਫਿਰ ਤੁਸੀਂ ਹਿਸਾਬ ਕਿਤਾਬ ਦਾ ਕਰਨ ਲੱਗੇ, accounts ਕਰਨ ਲੱਗੇ, then that's different field altogether. That's not good karma. ਜਦੋਂ ਤੁਸੀਂ ਕਰਮ ਆਪਣੇ ਸਹੀ ਕਰਦੇ ਹੈਗੇ ਆ, that means ਕਿ ਜੇ ਪਰਮਾਤਮਾ ਨੇ ਤੁਹਾਨੂੰ ਕੁਛ ਦਿੱਤਾ ਆ ਐਂਡ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੈਗੇ ਆ ਕਿ ਪਰਮਾਤਮਾ ਨੇ ਤੁਹਾਨੂੰ ਇਸ ਕਾਬਿਲ ਬਣਾਇਆ ਕਿ ਸ਼ਾਇਦ ਤੁਸੀਂ ਕਿਸੇ ਦੀ ਹੈਲਪ ਕਰ ਸਕੋ ਜਾਂ ਥੋੜੀ ਬਹੁਤ ਮਦਦ ਕਰ ਸਕੋ, ਤੇ ਤੁਸੀਂ ਕਰ ਦਿਓ ਤੇ ਉਹਦੇ ਬਾਰੇ ਫਿਰ ਭੁੱਲ ਜਾਓ। ਇਹ ਨਹੀਂ ਕਹਿਣਾ ਹੈਗਾ ਕਿ ਮੇਰਾ ਨਾਮ ਵੱਡੇ ਵੱਡੇ ਅੱਖਰਾਂ ਦੇ ਵਿੱਚ ਤੁਸੀਂ ਇੱਥੇ ਲਿਖੋ, ਜਾਂ ਮੇਰੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੀ ਫੋਟੋ ਆਉਣੀ ਚਾਹੀਦੀ ਹੈਗੀ ਆ, ਜਾਂ ਤੁਸੀਂ ਮੈਨੂੰ ਇਹਦੇ ਲਈ ਕੋਈ ਅਵਾਰਡ ਦਿਓ, ਜਾਂ ਮੈਨੂੰ ਇਹਦੇ ਲਈ ਕੋਈ ਸਰਟੀਫਿਕੇਟ ਦਿਓ। ਇਟ ਦੇ ਸ਼ੁਡਨਟ ਬੀ ਐਨੀਥਿੰਗ ਦੈਟ ਯੂ ਆਸਕਿੰਗ ਫੋਰ, ਲਾਈਕ ਇਟ ਸ਼ੁਡਨਟ ਬੀ ਸਿਚੁਏਸ਼ਨ ਵੇਅਰ ਯੂ ਆਸਕਿੰਗ ਫੋਰ ਸਮਥਿੰਗ ਇਨ ਰਿਟਰਨ। ਇਫ ਯੂ ਗਿਵ, ਜਸਟ ਗਿਵ ਬਿਕੋਜ਼ ਗੋਡਸ ਗਿਵਨ ਯੂ ਦ ਚਾਂਸ ਔਰ ਦ ਓਪਰਚੁਨਿਟੀ ਟੂ ਗਿਵ। ਜਦੋਂ ਅਸੀਂ ਆਪਣੀ ਲਾਈਫ ਦੇ ਵਿੱਚ ਕੋਈ ਵੀ ਸਟੈਪ ਲੈਂਦੇ ਹੈਗੇ ਆ, ਜਦੋਂ ਅਸੀਂ ਆਪਣੀ ਸੋਚ ਨੂੰ ਅਸੀਂ ਪੋਜ਼ਿਟਿਵ ਰੱਖ ਕੇ ਫਿਰ ਉਹ ਸਟੈਪ ਲੈਂਦੇ ਆ, ਉਹਦੀ ਐਨਰਜੀ ਆਟੋਮੈਟਿਕਲੀ ਸਾਡੇ ਲਈ ਸਟਰੋਂਗ ਬਣ ਜਾਂਦੀ ਆ, ਪੋਜ਼ਿਟਿਵ ਬਣ ਜਾਂਦੀ ਆ ਆਟੋਮੈਟਿਕਲੀ। ਉਹ ਜਿਹੜੇ ਵੀ ਅਸੀਂ ਕੋਈ ਆਪਣੇ ਵੱਲੋਂ ਅੱਛੇ ਕਰਮ ਕਰਦੇ ਆ, ਉਹ 10 ਗੁਣਾ ਨਹੀਂ ਪਰ ਕਈ ਗੁਣਾ ਵੱਧ ਕੇ ਆਪਣੇ ਆਪ ਹੀ ਸਾਡੇ ਸਾਹਮਣੇ ਆ ਜਾਂਦੀ ਆ ਉਹ ਰਾਈਟ ਐਨਰਜੀ। ਤੁਹਾਨੂੰ ਕੁਛ ਕਹਿਣ ਦੀ, ਕੁਛ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ, ਬਿਕੋਜ਼ ਦੈਟਸ ਦ ਵੇ ਦ ਯੂਨੀਵਰਸਲ ਐਨਰਜੀ ਵਰਕਸ। ਹੁਣ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੀ ਲਾਈਫ ਦੇ ਵਿੱਚ ਪੋਜ਼ਿਟਿਵ ਐਨਰਜੀ ਆਵੇ, ਸਟਰੋਂਗ ਐਨਰਜੀ ਆਵੇ, ਯੂ ਕੈਨ ਡੈਫੀਨੇਟਲੀ ਮੇਕ ਇਟ ਹੈਪਨ। ਪਰ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਤਾਂ ਕਰੋ, ਟਰਾਈ ਤਾਂ ਕਰੋ, ਪਰ ਜੇ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਨਹੀਂ ਕਰਾਂਗੇ ਜਾਂ ਟਰਾਈ ਨਹੀਂ ਕਰਾਂਗੇ, ਇਟ ਸਿੰਪਲੀ ਨੋਟ ਗੋਇੰਗ ਟੂ ਹੈਪਨ। ਦ ਮੋਮੈਂਟ ਦੈਟ ਯੂ ਡਿਸਾਈਡ, ਜਿਸ ਸੈਕਿੰਡ ਤੇ, ਜਿਸ ਮੋਮੈਂਟ ਤੇ ਤੁਸੀਂ ਡਿਸਾਈਡ ਕਰਦੇ ਆ ਕਿ ਹਾਂ ਹੁਣ ਮੈਂ ਆਪਣੀ ਲਾਈਫ ਨੂੰ ਪੋਜ਼ਿਟਿਵ ਬਣਾਉਣਾ ਆ ਜਾਂ ਸਟਰੋਂਗ ਬਣਾਉਣਾ ਹੈਗਾ ਆ, ਫਰੋਮ ਦੈਟ ਮੋਮੈਂਟ ਆਨਵਰਡਸ ਤੁਸੀਂ ਆਪਣੀ ਲਾਈਫ ਨੂੰ ਟਰਨ ਅਰਾਊਂਡ ਜਾਂ ਚੇਂਜ ਕਰਨਾ ਸ਼ੁਰੂ ਕਰ ਸਕਦੇ ਹੈਗੇ ਆ। ਪਰ ਜੇ ਤੁਸੀਂ ਆਪਣੇ ਵੱਲੋਂ ਬੋਦਰ ਨਹੀਂ ਕਰਾਂਗੇ, ਟਰਾਈ ਨਹੀਂ ਕਰਾਂਗੇ, ਇਟਸ ਨੋਟ ਗੋਇੰਗ ਟੂ ਹੈਪਨ। ਹੁਣ ਤੁਸੀਂ ਡਿਸਾਈਡ ਕਰੋ ਕਿ ਤੁਸੀਂ ਆਪਣੀ ਲਾਈਫ ਨੂੰ ਕਿਸ ਡਾਇਰੈਕਸ਼ਨ ਦੇ ਵਿੱਚ ਅੱਗੇ ਲੈ ਕੇ ਜਾਣਾ ਆ, ਕਿਸ ਤਰ੍ਹਾਂ ਦੀ ਐਨਰਜੀ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣੀ ਹੈਗੀ ਆ, ਐਂਡ ਦੈਟਸ ਦ ਸੋਰਟ ਆਫ ਐਨਰਜੀ ਦੈਟ ਵਿਲ ਕਮ। ਪਰ ਜੇ ਤੁਸੀਂ ਆਪਣੇ ਵੱਲੋਂ ਮਿਹਨਤ ਕਰਨ ਦੇ ਲਈ ਤਿਆਰ ਆ, ਕੋਸ਼ਿਸ਼ ਕਰਨ ਦੇ ਲਈ ਤਿਆਰ ਆ, ਐਂਡ ਯੂ ਵਿਲਿੰਗ ਟੂ ਅੰਡਰਸਟੈਂਡ ਦੈਟ 100% ਰਿਸਪੋਂਸਿਬਿਲਿਟੀ ਫੋਲਸ ਔਨ ਯੋਰ ਸ਼ੋਲਡਰਸ, ਦੈਨ ਡੈਫੀਨੇਟਲੀ ਗੈਟ ਇਨ ਟੱਚ ਵਿਦ ਮੀ ਐਂਡ ਆਈਲ ਡੂ ਮਾਈ ਬੈਸਟ ਟੂ ਹੈਲਪ ਯੂ। ਯਾਦ ਰੱਖਣਾ ਕਿ ਆਈ ਕੈਨ ਓਨਲੀ ਸ਼ੋ ਯੂ ਦ ਪਾਥ, ਆਈ ਕੈਨ ਸ਼ੋ ਯੂ ਦ ਵੇ, ਬਟ ਆਈ ਕਾਂਟ ਵਾਕ ਦੈਟ ਪਾਥ ਫੋਰ ਯੂ। ਆਪਣੇ ਵੱਲੋਂ ਜਿੰਨੀ ਕੁ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ, ਜਿੰਨੀ ਕੁ ਹੈਲਪ ਕਰ ਸਕਦੀ ਹਾਂ, ਮੈਂ ਜ਼ਰੂਰ ਕਰੂੰਗੀ। ਪਰ ਰਿਮੈਂਬਰ, ਦ ਮੈਜੋਰਿਟੀ ਆਫ ਦ ਐਫਰਟ ਐਂਡ ਦ ਹਾਰਡ ਵਰਕ ਯੂ ਵਿਲ ਹੈਵ ਟੂ ਡੂ। ਤੁਹਾਨੂੰ ਵੀ ਆਪਣੇ ਵੱਲੋਂ ਸਹੀ ਸਟੈਪ ਲੈਣੇ ਪਊਗੇ, ਸਹੀ ਕੋਸ਼ਿਸ਼ ਕਰਨੀ ਪਊਗੀ, ਆਪਣੀ ਕਿਸਮਤ ਨੂੰ, ਤਕਦੀਰ ਨੂੰ ਬਦਲਣ ਦੇ ਲਈ ਤੁਹਾਨੂੰ ਸਹੀ ਕਰਮ ਕਰਨੇ ਪਊਗੇ, ਐਂਡ ਦੈਟਸ ਗੋਇੰਗ ਟੂ ਹੈਲਪ ਯੂ ਦ ਬੈਸਟ ਵੇ। ਜੇ ਤੁਸੀਂ ਸਹੀ ਕਰਮ ਨਹੀਂ ਕਰਾਂਗੇ, ਤੁਹਾਡੀ ਕਿਸਮਤ ਨਹੀਂ ਬਦਲੂਗੀ। ਹੁਣ ਤੁਸੀਂ ਡਿਸਾਈਡ ਕਰੋ ਕਿ ਐਕਚੁਅਲੀ ਤੁਸੀਂ ਚਾਹੁੰਦੇ ਕੀ ਆ। ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਆਪਣੀ ਕਿਸਮਤ ਨੂੰ ਬਦਲਣਾ ਆ, ਸਹੀ ਕਰਮ ਕਰੋ। ਦ ਮੋਮੈਂਟ ਯੂ ਚੇਂਜ ਯੋਰ ਐਕਸ਼ਨਸ,
ਤੁਸੀਂ ਆਪਣੀ ਫਿਊਚਰ ਦੀ ਜਿਹੜੀ ਲਾਈਫ ਆ ਯੂ ਪੇਵਿੰਗ ਦ ਵੇ ਫਾਰ ਅ ਬੈਟਰ ਫਿਊਚਰ ਫਾਰ ਯੋਰਸੈਲਫ ਤੁਸੀਂ ਆਪਣੇ ਫਿਊਚਰ ਨੂੰ ਬਦਲਣਾ ਸ਼ੁਰੂ ਕਰ ਦਾਂਗੇ ਜੇ ਤੁਸੀਂ ਅੱਜ ਤੋਂ ਹੀ ਤੁਸੀਂ ਉਹ ਰਾਈਟ ਸਟੈਪ ਲੈਣੇ ਸ਼ੁਰੂ ਕਰ ਦਾਂਗੇ ਯੂ ਵਰਕਿੰਗ ਟੂਵਰਡਸ ਯੂ ਨੋ ਦ ਰਾਈਟ ਪਾਥ ਐਂਡ ਯੂ ਫੋਕਸ ਦ ਰਾਈਟ ਵੇ ਤੁਸੀਂ ਆਪਣੇ ਆਪਣੀ ਆਪਣੀ ਮੰਜ਼ਿਲ ਦੇ ਹੋਰ ਜ਼ਿਆਦਾ ਕੋਲ ਹੋਈ ਜਾਓਗੇ ਕਿਉਂਕਿ ਜੇ ਤੁਸੀਂ ਰਸਤਾ ਹੀ ਸਹੀ ਫੜ ਲਿਆ ਹੈਗਾ ਆ ਫਿਰ ਤੁਸੀਂ ਆਪਣੀ ਸਹੀ ਮੰਜ਼ਿਲ ਤੇ ਕਿੱਦਾਂ ਨਹੀਂ ਪਹੁੰਚਾਂਗੇ ਪਰ ਜੇ ਤੁਹਾਡਾ ਰਸਤਾ ਗਲਤ ਆ ਕੁਛ ਵੀ ਹੋ ਜਾਵੇ ਤੁਸੀਂ ਆਪਣੀ ਸਹੀ ਮੰਜ਼ਿਲ ਤੇ ਕਦੇ ਨਹੀਂ ਪਹੁੰਚਾਂਗੇ ਜੇ ਰਸਤਾ ਗਲਤ ਆ ਤੁਸੀਂ ਉਹੀ ਘੁੰਮਣ ਕੇ ਰੇਂਜ ਫਸੇ ਰਹੋਗੇ ਯੂ ਜਸਟ ਕੀਪ ਟੇਕਿੰਗ ਸਰਕਲਸ ਦੇ ਯੂ ਕੀਪ ਰਿਪੀਟਿੰਗ ਦ ਸੇਮ ਮਿਸਟੇਕਸ ਇਨ ਯੋਰ ਲਾਈਫ ਐਂਡ ਯੂ ਵਿਲ ਨੈਵਰ ਲਰਨ ਦੈਟ ਲੈਸਨ ਜਦ ਤੱਕ ਤੁਸੀਂ ਆਪਣੀ ਲਾਈਫ ਦਾ ਉਹ ਲੈਸਨ ਲਰਨ ਨਹੀਂ ਕਰਦੇ ਇਟਸ ਗੋਇੰਗ ਟੂ ਜਸਟ ਰਿਪੀਟ ਇਟਸੈਲਫ ਇਟ ਮਾਈਟ ਬੀ ਅ ਡਿਫਰੈਂਟ ਪਰਸਨ ਅ ਡਿਫਰੈਂਟ ਨੇਮ ਬਟ ਸਿਚੁਏਸ਼ਨ ਸਿਮਿਲਰ ਹੋ ਜਾਣੀ ਹੈਗੀ ਆ ਤੁਸੀਂ ਕੀ ਕਰਾਂਗੇ Until you don't learn what life is trying to teach you, you'll stay stuck in that zone. The jay tusi chande ki tusi to stuck nahi hona hai ga, you want to evolve your spiritual energy, then you need to learn from that lesson and move forward, break free from that cycle. So jay tusi bhi notice kar rahe hai ki kinne saalan to ya kinne time to thodi life de vich same tarah de patterns, similar patterns bar bar repeat ho rahe hai. It's almost like you're going around and around on the same roundabout again. So just same patterns thodi life de vich bar bar repeat ho rahe hai. For example, ke thonu duniya to dhokhe bar bar mili jande hege ya. Tusi chahe thode friends aa, colleagues aa, rishtedar aa, koi vi aa, tusi notice karde hege ya ke sare thonu use karan di koshish karde hege ya ya thode kol kuch na kuch lain di koshish karde hai. Once they've got what they wanted, they push you aside. They forget about you. Je thode naal vi edan di kuch similar patterns bar bar ho rahe hege ya. Life's trying to teach you something. Learn from that life lesson and move forward. ਇੱਦਾਂ ਦੀ ਸਿਚੁਏਸ਼ਨ ਜੇ ਤੁਹਾਡੀ ਲਾਈਫ 'ਚ ਬਾਰ ਬਾਰ ਆਏਗੀ ਤਾਂ ਮਤਲਬ ਕਿਤੇ ਨਾ ਕਿਤੇ ਕੁਛ ਰੋਂਗ ਹੈਗਾ ਯੂ ਨੀਡ ਟੂ ਬ੍ਰੇਕ ਫਰੀ ਫਰੋਮ ਦੈਟ ਪੈਟਰਨ ਜੇ ਤੁਸੀਂ ਨੋਟਿਸ ਕਰਦੇ ਫੋਰ ਐਗਜ਼ਾਮਪਲ ਤੁਸੀਂ ਮਿਹਨਤੀ ਹੈ ਤੁਸੀਂ ਆਪਣਾ ਕੰਮ ਕਰਦੇ ਹੈਗੇ ਐਂਡ ਯੂ ਪੁਟ ਇਨ ਸੋ ਮੱਚ ਐਫਰਟ ਸੋ ਮੱਚ ਹਾਰਡ ਵਰਕ ਕਿ ਜਿਹਨਾਂ ਤੁਸੀਂ ਸੋਚਦੇ ਕਿ ਅਸੀਂ ਆਪਣੀ ਲਾਈਫ ਨੂੰ ਸਕਸੈਸਫੁਲ ਬਣਾਈਏ ਤੇ ਤੁਸੀਂ ਜਦੋਂ ਤੁਹਾਡੇ ਕੋਲ ਥੋੜ੍ਹੀ ਜਿਹੀ ਸਕਸੈਸ ਆਉਣੀ ਸ਼ੁਰੂ ਹੋ ਜਾਂਦੀ ਹੈ ਕੁਛ ਨਾ ਕੁਛ ਇੱਦਾਂ ਦਾ ਹੋ ਜਾਂਦਾ ਹੈ ਕਿ ਤੁਸੀਂ ਫੇਰ ਥੱਲੇ ਨੂੰ ਗਿਰ ਜਾਂਦੇ ਆ ਫੇਰ ਲਾਈਫ ਸਟਕ ਹੋ ਜਾਂਦੀ ਆ ਐਂਡ ਯੂ ਆਰ ਨੋਟ ਏਬਲ ਟੂ ਮੂਵ ਫੋਰਵਰਡ ਫੇਰ ਥੋੜ੍ਹੀ ਦੇਰ ਬਾਅਦ ਤੁਸੀਂ ਸਟਰਗਲ ਕਰ ਕਰਕੇ ਫੇਰ ਤੁਸੀਂ ਥੋੜ੍ਹੀ ਜਿਹੀ ਸਕਸੈਸ ਲੈ ਕੇ ਆਉਂਦੇ ਆ ਐਂਡ ਸਮਥਿੰਗ ਹੈਪਨਸ ਐਂਡ ਯੂ ਫਾਲ ਡਾਊਨ ਅਗੇਨ ਜੇ ਤੁਹਾਡੀ ਲਾਈਫ ਦੇ ਵਿੱਚ ਏਦਾਂ ਦਾ ਵੀ ਪੈਟਰਨ ਆਈ ਜਾਂਦਾ ਹੈਗਾ ਵੀ ਯੋਰ ਸਕਸੈਸ ਇਜ਼ ਬੀਇੰਗ ਬਲੌਕਡ ਔਰ ਟ੍ਰੈਪਡ ਕਿ ਜਿੱਥੇ ਤੁਹਾਡੀ ਐਨਰਜੀ ਥੋੜ੍ਹੀ ਜਿਹੀ ਸਟੱਕ ਹੈਗੀ ਆ ਐਂਡ ਯੂ ਆਰ ਨੋਟ ਸ਼ੋਰ ਕਿ ਆਪਾਂ ਅੱਗੇ ਕਿਉਂ ਨਹੀਂ ਵੱਧ ਰਹੇ ਹੈਗੇ ਆ ਲਾਈਫ ਦੇ ਵਿੱਚ ਕੁਛ ਸਹੀ ਹੋ ਕਿਉਂ ਨਹੀਂ ਰਿਹਾ ਹੈਗਾ ਦੈਨ ਰਾਦਰ ਦੈਨ ਵਰੀਇੰਗ ਅਬਾਊਟ ਇਟ ਜਸਟ ਡੂ ਸਮਥਿੰਗ ਅਬਾਊਟ ਇਟ ਲੈਟਸ ਫਾਈਂਡ ਆਊਟ ਕਿ ਉਹ ਪੈਟਰਨ ਕੀ ਆ ਵਾਈ ਇਜ਼ ਇਟ ਦੇਅਰ ਐਂਡ ਦੈਨ ਲੈਟਸ ਫਾਈਂਡ ਆਊਟ ਅ ਸੋਲੂਸ਼ਨ ਕਿਉਂਕਿ ਓਬਵੀਅਸਲੀ ਜੇ ਕੋਈ ਨੈਗੇਟਿਵਿਟੀ ਉੱਥੇ ਹੈਗੀ ਆ ਕੋਈ ਬੰਦਿਸ਼ ਜਾਂ ਕੋਈ ਰੁਕਾਵਟ ਉੱਥੇ ਹੈਗੀ ਆ ਯੂ ਨੀਡ ਟੂ ਸੋਲਵ ਇਟ ਯੂ ਨੀਡ ਟੂ ਮੇਕ ਸ਼ੋਰ ਕਿ ਉਹਦਾ ਤੁਸੀਂ ਕੁਛ ਨਾ ਕੁਛ ਸੋਲੂਸ਼ਨ ਲੱਭੋ ਇਫ ਯੂ ਡੋਂਟ ਫਾਈਂਡ ਦ ਰਾਈਟ ਸੋਲੂਸ਼ਨ ਇਟਸ ਨੋਟ ਗੋਇੰਗ ਟੂ ਗੈਟ ਬੈਟਰ ਬਾਈ ਇਟਸੈਲਫ ਆਪਣੇ ਆਪ ਥੋੜ੍ਹੀ ਨਾ ਠੀਕ ਹੋ ਜਾਣਾ ਹੈਗਾ ਆ ਸੋ ਉਹਨੂੰ ਠੀਕ ਕਰਨ ਦੇ ਲਈ ਤੁਹਾਨੂੰ ਆਪਣੇ ਵੱਲੋਂ ਸਹੀ ਸਟੈਪ ਲੈਣੇ ਪਊਗੇ ਇਹ ਦੇਖਣਾ ਪਊਗਾ ਕਿ ਇਹ ਪ੍ਰੋਬਲਮ ਕਿਉਂ ਆ ਜੇ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਹੈਗੀ ਯੂ ਨੀਡ ਟੂ ਆਸਕ ਯੂਰਸੈਲਫ ਵਾਈ ਵਾਈ ਆਰ ਵੀ ਨੋਟ ਏਬਲ ਟੂ ਮੇਕ ਐਨੀ ਸੇਵਿੰਗਸ ਐਂਡ ਐਵਰੀਬਾਡੀ ਐਲਸ ਇਜ਼ ਏਬਲ ਟੂ ਮੇਕ ਸੇਵਿੰਗਸ ਵਾਈ ਕਾਂਟ ਵੀ ਸੇਵ ਐਨੀ ਮਨੀ ਵੇਅਰ ਇਜ਼ ਦ ਪ੍ਰੋਬਲਮ ਵਾਟਸ ਗੋਇੰਗ ਔਨ ਯੂ ਨੋ ਇਜ਼ ਇਟ ਮੇ ਬੀ ਯੋਰ ਅਕਾਊਂਟਸ ਤੁਹਾਨੂੰ ਬਜਟ ਨਹੀਂ ਕਰਨਾ ਆਉਂਦਾ ਪ੍ਰੋਪਰਲੀ ਤੁਹਾਨੂੰ ਆਪਣਾ ਘਰ ਨਹੀਂ ਚਲਾਉਣਾ ਆਉਂਦਾ ਪ੍ਰੋਪਰਲੀ ਪਰ ਜੇ ਤੁਹਾਨੂੰ ਇਹ ਲੱਗਦਾ ਕਿ ਨਹੀਂ ਅਸੀਂ ਕੋਈ ਫਜ਼ੂਲ ਖਰਚੀ ਨਹੀਂ ਕਰਦੇ ਅਸੀਂ ਆਪਣਾ ਘਰ ਪ੍ਰੋਪਰਲੀ ਚਲਾ ਰਹੇ ਹਾਂ ਤਾਂ ਵੀ ਕੋਈ ਨਾ ਕੋਈ ਤੰਗੀ ਰਹਿੰਦੀ ਆ ਅਸੀਂ ਕਿਤੇ ਨਾ ਕਿਤੇ ਸਟੱਕ ਰਹਿੰਦੇ ਹੈਗੇ ਹਾਂ ਦੈਨ ਯੂ ਨੀਡ ਟੂ ਫਿਗਰ ਆਊਟ ਵਾਟਸ ਗੋਇੰਗ ਔਨ Once you know exactly what's going on or what's happening, fairy apa us cheez aur sahi solution lab sakde hai. But until you don't bother, until you don't try, it's simply not going to happen. Yaad rakhna Hindi, Punjabi, Urdu ya English, whichever language you feel comfortable in, that's the language I will speak to you in. And jinni vi mere kol ho sake, cards de hisab naal, patte de hisab naal, thodi madad, thodi help main zarur karungi. But remember one thing, I can only help you if you communicate with me. Jab tak tusi mainu dasde nahi hege ya kende nahi hege ki aarti ji itthe aha problem aayi itthe aha uljhna, odon tak kuch nahi ho sakda hega. It's your life, it's your energy, and it's up to you to make it strong. ਜੇ ਤੁਸੀਂ ਕਿਸੇ ਵੀ ਚੀਜ਼ ਦੇ ਬਾਰੇ ਚ ਅਨਸ਼ੋਰ ਜਾਂ ਅਨਸਰਟਨ ਹੈਗੇ ਆ ਸਿੰਪਲੀ ਗਿਵ ਮੀ ਅ ਕਾਲ ਸਟ੍ਰੇਟ ਅਵੇ ਅੱਜ ਦਾ ਸ਼ੋਅ ਲਾਈਵ ਸ਼ੋਅ ਆ ਇਸ ਲਾਈਵ ਐਂਡ ਇੰਟਰੈਕਟਿਵ ਸ਼ੋਅ ਅੰਟਿਲ 2 ਪੀਐਮ ਟੂਡੇ 2 ਵਜੇ ਤੋਂ ਪਹਿਲਾਂ ਮੈਨੂੰ ਫੋਨ ਕਰ ਲਓ ਉਨੀ ਮੇਰੇ ਨਾਲ ਗੱਲ ਕਰ ਲਓ ਫੇਰ ਨਾ ਕਹੀਓ ਕਿ ਆਰਤੀ ਜੀ ਮੌਕਾ ਨਹੀਂ ਮਿਲਿਆ ਜਾਂ ਚਾਂਸ ਨਹੀਂ ਮਿਲਿਆ ਹੈਗਾ ਨੋ ਐਕਸਕਿਊਜ਼ ਵਟਸਐਵਰ ਜਦ ਤੱਕ ਤੁਸੀਂ ਮੈਨੂੰ ਦੱਸਦੇ ਨਹੀਂ ਹੈਗੇ ਜਦ ਤੱਕ ਤੁਸੀਂ ਮੈਨੂੰ ਕਹਿੰਦੇ ਨਹੀਂ ਹੈਗੇ ਕਿ ਆਰਤੀ ਜੀ ਇੱਥੇ ਆਹ ਪ੍ਰੋਬਲਮ ਆਈ ਆਹ ਉਲਝਣ ਆ ਉਦੋਂ ਤੱਕ ਕੁਛ ਨਹੀਂ ਹੋ ਸਕਦਾ ਹੈਗਾ ਫੋਰ ਦੋਜ਼ ਆਫ ਯੂ ਹੂ ਹੈਵ ਸੈਂਟ ਮੀ ਸਮ ਈਮੇਲਸ ਔਰ ਸਮ ਫੀਡਬੈਕ ਵੀ ਆਰ ਟ੍ਰਾਈਂਗ ਟੂ ਗੋ ਥਰੂ ਯੂਰ ਫੀਡਬੈਕ ਐਸ ਫਾਸਟ ਐਸ ਵੀ ਕੈਨ
And je tusi email paunde hege ya yaad rakhna ke it can take me a bit of time to respond or reply to the emails, it's only because it gets super busy and there's literally there's millions of you and there's only one of me. So obviously I do try to do my best to make sure that we look after your confidentiality. So I try my best to reply to the emails as fast as I can, but do bear with me. Chalo hun assi jaane chote je break te vlog. Tired of always running out of data? Don't worry, we've got you covered. With Leica Mobile's UK Plan Ultra, you get a phone-busting 15 gigabytes of data, unlimited UK minutes and texts, and 100 international minutes for just £12 for 30 days. That's a limited-time offer of over 50% off when bought online with a new SIM order. That's big data and big value. Visit leicamobile.co.uk today to see the full offer. Terms and conditions apply. For days, little Usman waited to be fed. His mum did all she could, but there was just not enough food. Weak and exhausted, he waited for someone to take away his aching hunger, for someone to save his life. Usman isn't alone. Right now, many more terribly malnourished children are waiting for help. Sick with hunger, they're waiting for someone to save them. Save the Children know they can't wait much longer, so we're doing all we can. Getting sick, malnourished babies to hospital. Getting them to the doctors who can save their lives. But to survive, these children need you. Please call 0800 038 1435 and give just £2 a month now. You can make sure vulnerable babies get the care they urgently need. You can make sure they get nourishing emergency food. And with regular checkups, you can make sure sick and hungry children don't have to wait to get help. Please don't wait. Call Save the Children on 0800 038 1435 and give just £2 a month. Because right now, hungry children are waiting for someone to save them. Thank you. हिस्टन हाइड वेस्ट लंदन के सबसे शानदार होटल्स में से एक विद 303 एयर कंडीशन रूम्स एंड स्वीट्स वन ऑफ द लार्जेस्ट बैंक्वेट स्पेसेस इन लंदन मीटिंग रूम फॉर अप टू 1200 पीपल कॉन्फ्रेंसेस म्यूजिकल फंक्शन वेडिंग्स या कोई भी गैदरिंग मनपसंद भोजन शानदार आयोजन और बेहतरीन वेन्यू 400 गाड़ियों की पार्किंग के साथ हिस्टन हाइड For bookings, call 0208-572-1818. जीवन का सार सत्संग गीता मनीषी स्वामी ज्ञान नंद जी महाराज की प्रेरणा से हिंदू काउंसिल यूके गवर्नमेंट ऑफ हरियाणा कुरुक्षेत्र डेवलपमेंट बोर्ड और जियो गीता आपको सादर निमंत्रित करते हैं आइए शामिल होइए लंदन में आयोजित इंटरनेशनल गीता महोत्सव में International Gita Seminar on 10th August at Logan Hall, University College London from 11:30. Gita Yagna and Gita Sadbhavna Yatra on 11th August at Sri Ram Mandir, South Hall from 9:30. Let's celebrate International Gita Mahotsav at London. जामवंत के बचन सुहाए सुने हनुमंत हृदय अति भाए तब लग मोहि परखे हो तुम भाई सहि दुख तंग मूल पलियावर रामचंद्र पद जय शरण हे जय सिया राम शंकर हरि ओ प्यारे दोस्तों सत श्री अकाल तुसी देख रहे हो किस्मत कर्मा आरती के साथ Now
ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਬੜੀ ਪਸੰਦ ਆਇਆ ਹੋਗਾ। ਲਾਈਕ ਟੂ ਰਿਮਾਈਂਡ ਐਵਰੀਬਾਡੀ ਕਿ ਜੇ ਤੁਸੀਂ ਹਜੇ ਵੀ ਲਾਈਵ ਇੰਟਰੈਕਟਿਵ ਸ਼ੋਅ 'ਚ ਹਿੱਸਾ ਲੈਣਾ ਚਾਹੁੰਦੇ ਹੈਗੇ ਆ, ਦੈਨ ਡੈਫੀਨੇਟਲੀ ਡੂ ਗੈਟ ਇਨ ਟੱਚ ਵਿਦ ਮੀ ਸਟ੍ਰੇਟ ਅਵੇ। ਸਕਰੀਨ ਦੇ ਥੱਲੇ ਨੰਬਰ ਲਿਖੇ ਆ ਰਹੇ ਨੇ, ਐਸੀ ਨੰਬਰ ਦੇ ਜ਼ਰੀਏ ਮੇਰੇ ਨਾਲ ਜੁੜ ਸਕਦੇ ਹੈਗੇ ਆ। 090 ਇਜ਼ ਦਾ ਨੰਬਰ ਟੂ ਕੋਲ ਜੇ ਤੁਸੀਂ ਅੱਜ ਦੇ ਲਾਈਵ ਇੰਟਰੈਕਟਿਵ ਸ਼ੋਅ 'ਚ ਹਿੱਸਾ ਲੈਣਾ ਚਾਹੁੰਦੇ ਹੈਗੇ ਆ। ਜੇ ਕਿਸੇ ਵੀ ਰੀਜ਼ਨ ਦੇ ਲਈ ਤੁਸੀਂ ਮੇਰੇ ਨਾਲ ਔਫੇਅਰ ਗੱਲ ਕਰਨਾ ਚਾਹੁੰਦੇ ਆ ਜਾਂ ਪਰਸਨਲੀ ਮਿਲਣਾ ਚਾਹੁੰਦੇ ਆ, ਦੈਨ ਗਿਵ ਅਸ ਅ ਮਿਸਡ ਕੋਲ। ਅੱਜ ਦਾ ਦਿਨ ਸਾਨੂੰ ਮਿਸਡ ਕੋਲ ਦੇ ਦਿਓ ਔਨ ਦਾ 02 08 ਨੰਬਰ, ਤੇ ਮੇਰੀ ਟੀਮ ਦੇ ਵਿੱਚੋਂ ਕੱਲ੍ਹ ਕੋਈ ਨਾ ਕੋਈ ਤੁਹਾਨੂੰ ਵਾਪਸ ਜ਼ਰੂਰ ਫੋਨ ਕਰ ਲਏਗਾ। ਐਂਡ ਵੀ ਵਿਲ ਡੂ ਆਰ ਐਬਸੋਲੂਟ ਬੈਸਟ ਟੂ ਹੈਲਪ ਯੂ ਇਨ ਐਵਰੀ ਵੇ ਪੋਸੀਬਲ। ਜਿੰਨੀ ਵੀ ਸਾਡੇ ਕੋਲ ਹੋ ਸਕੇ ਤੁਹਾਡੀ ਮਦਦ, ਤੁਹਾਡੀ ਹੈਲਪ ਜ਼ਰੂਰ ਕਰਾਂਗੇ। ਐਂਡ ਵਿਲ ਡੂ ਆਰ ਬੈਸਟ ਟੂ ਹੈਲਪ ਯੂ ਇਨ ਐਵਰੀ ਵੇ ਵੀ ਕੈਨ। ਪਰ ਯਾਦ ਰੱਖਣਾ ਕਿ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਜੇ ਤੁਸੀਂ ਆਪਣੀ ਜ਼ਿੰਦਗੀ 'ਚ ਕੋਈ ਇੰਪਰੂਵਮੈਂਟ ਜਾਂ ਕੋਈ ਪੋਜ਼ਿਟਿਵ ਐਨਰਜੀ ਲੈ ਕੇ ਆਉਣਾ ਚਾਹੁੰਦੇ ਹੈਗੇ ਆ, ਸੱਚੀ ਆਪਣੇ ਵੱਲੋਂ ਸਹੀ ਮਿਹਨਤ ਕਰੋ, ਸਹੀ ਕੋਸ਼ਿਸ਼ ਕਰੋ, ਐਂਡ ਦੈਟਸ ਗੋਇੰਗ ਟੂ ਹੈਲਪ ਯੂ ਮੂਵ ਫੋਰਵਰਡ ਇਨ ਦਾ ਰਾਈਟ ਡਾਇਰੈਕਸ਼ਨ। ਪਰ ਜੇ ਤੁਸੀਂ ਆਪਣੇ ਵੱਲੋਂ ਬੋਦਰ ਨਹੀਂ ਕਰਦੇ ਹੈਗੇ, ਟਰਾਈ ਨਹੀਂ ਕਰਦੇ ਹੈਗੇ, ਇਟ ਸਿੰਪਲੀ ਨੋਟ ਗੋਇੰਗ ਟੂ ਹੈਪਨ। ਨਾ ਯੂ ਡਿਸਾਈਡ ਐਗਜੈਕਟਲੀ ਵਟ ਇਜ਼ ਯੂ ਵਾਂਟ ਟੂ ਡੂ। ਜੇ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨਾ ਚਾਹੁੰਦੇ ਆ, ਪੋਜ਼ਿਟਿਵ ਬਣਾਉਣਾ ਚਾਹੁੰਦੇ ਆ, ਦੈਨ ਬੀ ਪ੍ਰਿਪੇਅਰਡ। ਦੈਨ ਵਟ ਯੂ ਨੀਡ ਟੂ ਡੂ ਇਜ਼ ਟੇਕ ਦ ਰਾਈਟ ਐਕਸ਼ਨ। ਜੇ ਤੁਸੀਂ ਆਪਣੀ ਲਾਈਫ ਨੂੰ ਇੰਪਰੂਵ ਕਰਨਾ ਚਾਹੁੰਦੇ ਆ, the right action would be to find a solution. Jay har je tak tuhanu solution nahi milya hega, then you need to ask yourself why you haven't called into the show, why you have not dialed the 0208 number as yet. Kyunki jay tusi sachi chahnde ho ki tuhadi zindagi ch tuhanu kuch solution mile, sirf sochn de naal gall nahi banni hegi, tuhanu ohde layi kuch na kuch karna vi pauga. ਕਰਮ ਕਰਨਾ ਬਹੁਤ ਜ਼ਰੂਰੀ ਹੈਗਾ ਆ। ਜਿੱਦਾਂ ਹੀ ਅਸੀਂ ਆਪਣੇ ਵੱਲੋਂ ਸਹੀ ਕਰਮ ਕਰਦੇ ਹਾਂ, ਅਸੀਂ ਆਪਣੀ ਤਕਦੀਰ ਨੂੰ, ਆਪਣੀ ਕਿਸਮਤ ਨੂੰ ਅਸੀਂ ਜ਼ਰੂਰ ਬਦਲ ਸਕਦੇ ਹੈਗੇ ਹਾਂ। ਵੀ ਕੈਨ ਚੇਂਜ ਆਰ ਹਾਊ ਵਰਲਡ, ਬਟ ਇਟਸ ਅਪ ਟੂ ਅਸ ਟੂ ਟੇਕ ਦ ਫਰਸਟ ਇਨੀਸ਼ੀਅਲ ਸਟੈਪ। ਸਮਟਾਈਮਸ ਇਟ ਕੈਨ ਬੀ ਬਿਟ ਡੋਂਟਿੰਗ। ਕਈ ਵਾਰੀ ਇਨਸਾਨ ਇੰਨੇ ਯੂਜ਼ ਟੂ ਹੋ ਜਾਂਦੇ ਹੈਗੇ ਆਪਣੇ ਲਾਈਫ ਦੇ ਵਿੱਚ, ਜਿਹੜੀ ਸਿਚੁਏਸ਼ਨ ਉਹਨਾਂ ਦੀ ਹੁੰਦੀ ਹੈਗੀ ਆ, ਦੇ ਟੈਂਡ ਟੂ ਐਂਡ ਅਪ ਬੀਇੰਗ ਇਨ ਅ ਬਿਟ ਆਫ ਅ ਕੰਫਰਟ ਜ਼ੋਨ। ਉਹਨਾਂ ਨੂੰ ਪਤਾ ਕਿ ਇਹਨਾਂ ਦੇ ਕੀ ਦੁੱਖ ਆ, ਕੀ ਤਕਲੀਫਾਂ ਹੈਗੀਆਂ ਆ। ਤੇ ਕਿੰਨੀ ਵਾਰੀ ਉਹ ਸੋਚਦਾ ਹੈਗਾ ਕਿ ਅਸੀਂ ਤਾਂ ਹੁਣ ਇਹਨੂੰ ਯੂਜ਼ ਟੂ ਹੋ ਗਏ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ, ਜੇ ਲਾਈਫ ਇੱਦਾਂ ਹੀ ਚੱਲੀ ਜਾਵੇ ਤਾਂ ਵੀ ਠੀਕ ਆ। ਪਰ ਦਿਸ ਥਿੰਗ ਇਜ਼ ਕਿ ਰੱਬ ਨਾ ਕਰੇ, ਪਰ ਜੇ ਕੋਈ ਹੈਵੀ ਨੈਗੇਟਿਵ ਐਨਰਜੀ ਹੈਗੀ ਆ ਤੇ ਉਹਦਾ ਅਸਰ ਤੁਹਾਡੇ ਉੱਤੇ ਆ, ਦੈਨ ਅਨਫੋਰਚੁਨੇਟਲੀ ਆਈ ਹੈਵ ਸੀਨ ਕੇਸਿਸ ਲਾਈਕ ਦਿਸ ਐਜ਼ ਵੈਲ, ਵੇਅਰ ਦੈਟ ਨੈਗੇਟਿਵ ਐਨਰਜੀ ਹੈਜ਼ ਬੀਨ ਟ੍ਰਿਕਲਡ ਡਾਊਨ ਤੇ ਅਗਲੀ ਜਨਰੇਸ਼ਨ ਦੇ ਉੱਤੇ ਵੀ ਉਹਦਾ ਅਸਰ ਪਿਆ ਹੈਗਾ ਆ। ਐਂਡ ਨੋਰਮਲੀ ਜਦੋਂ ਉਹ ਐਨਸੈਸਟਰੀਅਲ ਐਨਰਜੀ ਹੁੰਦੀ ਹੈਗੀ ਇੱਦਾਂ ਦੀ ਕਿ ਜਿਹੜੀ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਦੇ ਉੱਤੇ ਤੋਂ ਤੀਸਰੀ ਜਨਰੇਸ਼ਨ ਦੇ ਉੱਤੇ ਉਹ ਪਈ ਜਾਂਦੀ ਆ, ਉਹਦੇ ਨਾਲ ਕੀ ਹੁੰਦਾ ਹੈਗਾ ਕਿ ਜਿਹੜੀ ਉਹ ਐਨਰਜੀ ਆ ਇਹ ਗੈਟ ਸਟਰੋਂਗ ਆ, ਤੇ ਜਿੱਦਾਂ ਜਿੱਦਾਂ ਉਹ ਹੋਰ ਸਟਰੋਂਗ ਹੋਈ ਜਾਂਦੀ ਆ ਹਰ ਇੱਕ ਜਨਰੇਸ਼ਨ ਦੇ ਨਾਲ, ਇਹ ਨੋਰਮਲੀ ਡਜ਼ਨਟ ਲਾਸਟ ਟੂ ਮੈਨੀ ਜਨਰੇਸ਼ਨਸ ਬਿਕੋਜ਼ ਦੈਨ ਦੇਰ ਇਜ਼ ਨਥਿੰਗ ਲੈਫਟ। ਕਿਉਂਕਿ ਉਹ ਜਿੱਦਾਂ ਨੈਗੇਟਿਵ ਐਨਰਜੀ ਹੈਗੀ ਜਿੱਦਾਂ ਦਾ ਹੋਰ ਸਟਰੋਂਗ ਹੋਈ ਜਾਊਗੀ, ਤੁਹਾਡੀ ਜਿਹੜੀ ਸਾਡੀ ਫੈਮਿਲੀ ਦੀ ਐਨਰਜੀ ਹੈਗੀ ਆ, ਫੈਮਿਲੀ ਟ੍ਰੀ ਸਟਾਰਟ ਸ਼੍ਰਿੰਕਿੰਗ। ਦੈਟਸ ਵਾਟ ਨੈਗੇਟਿਵ ਐਨਰਜੀ ਡਸ, ਇਟ ਡਰੇਨਸ ਆਫ ਦ ਲਾਈਫ ਫੋਰਸ, ਦ ਲਾਈਫ ਐਨਰਜੀ ਦੱਸ ਦੇ। ਸੋ ਉਹ ਤਾਂ ਆਪਣੀ ਨੈਗੇਟਿਵ ਐਨਰਜੀ ਜਿੱਤ ਜਾਂਦੀ ਆ, ਐਂਡ ਦੈਨ ਯੂ ਲੈਫਟ ਵਿਦ ਨਥਿੰਗ। ਸੋ ਆਪਣੀ ਲਾਈਫ ਦੇ ਵਿੱਚ ਨੈਗੇਟਿਵ ਐਨਰਜੀ ਨੂੰ ਜਿੱਤ ਨਾ ਦਿਓ। ਨਿਫ ਇਨ ਦ ਬਟ ਸਟ੍ਰੇਟ ਅਵੇ, ਸੋਟ ਆਊਟ ਸਟ੍ਰੇਟ ਅਵੇ, ਤੇ ਉਹਦੇ ਨਾਲ ਤੁਹਾਡੀ ਬੈਸਟ ਹੈਲਪ ਹੋ ਸਕਦੀ ਆ। And that's going to help you the best way in moving forward in a stronger way. And they recently made a case aaya siga, a young man and a young lady came to see me. They dono pan paraya te mainu kende ki Aarti ji sare show dekhe, and sadi family de vich bahut uljhna chal rahi hai, bahut problems chal rahi hai, and we sanu assi dono ne notice kar rahe hai ki ha there's some sort of a pattern there, but our parents are not willing to admit it. You know, so when I check the energy, we done a spiritual energy reading for them. Sara ko si check kita dekhya te pata lage ki yes, there are some patterns that are there. Kuch cheeza wrong ho rahi hai family de vich, te kuch patterns bar bar repeat ho rahe hai gaya. I could understand and I could see ki ona de parents kyun understand karan di koshish nahi kar rahe sige. Because reading the vichy pata lagya ki they had tried everything under the sun. They've been from pillar to post. Shayad koi idan di jagah hogi ki jehdi unhone chhaddi hogi. They've been everywhere for help, but nothing really happened. So they've given up now. But unhan nu eh cheez pata si ki bachyan nu ki haan sadi family de vichy problem chal rahi hai ki. Now, jadon main unhan di energy check kiti, unhan di reading kiti, pata lagya ki there is some sort of an ancestral bondage there ki jehdi vajah de naal, us bandish di vajah de naal, oh family agge nahi badh pa rahi, agge nahi ja pa rahi hai ki. And it just happened to be ke ona di jehdi grandmother aa, oh itthe holiday de layi aayi si ki, thode time de layi itthe aayi si ki. So then she had her reading done, and she done the remedies that she needed to do, and us remedies naal fir baki di family di kaafi jyada madad hogi. And that's the thing, you know, sometimes it takes a simple step just for the right family member to have the reading, or for us to find the right way forward.
ਸੀ ਨਾ ਐਂਡ ਦੈਟਸ ਦੀ ਥਿੰਗ ਤੁਸੀਂ ਆਪਣੇ ਆਪ ਤੁਸੀਂ ਦੇਖਣਾ ਡਿਸਾਈਡ ਕਰਨਾ ਕਈ ਵਾਰੀ ਪ੍ਰੋਬਲਮ ਇੰਨੀ ਵੀ ਵੱਡੀ ਨਹੀਂ ਹੁੰਦੀ ਹੈਗੀ ਕਿ ਜਿਹਦੇ ਅਸੀਂ ਉਸ ਮੁਸ਼ਕਿਲ ਦਾ ਹੱਲ ਨਾ ਲੱਭ ਸਕੀਏ ਕਿ ਉਹ ਮੁਸੀਬਤ ਇੰਨੀ ਵੀ ਵੱਡੀ ਨਹੀਂ ਹੁੰਦੀ ਹੈਗੀ ਕਿ ਜਿਹਦਾ ਅਸੀਂ ਕੋਈ ਸੋਲੂਸ਼ਨ ਨਾ ਲੱਭ ਸਕੀਏ ਯੂ ਕੈਨ ਐਕਚੁਅਲੀ ਫਾਈਂਡ ਦ ਰਾਈਟ ਸੋਲੂਸ਼ਨ ਬਟ ਯੂ ਹੈਵ ਟੂ ਪੁਟ ਇਨ ਦ ਰਾਈਟ ਐਫਰਟ ਫੋਰ ਇਟ ਤੁਸੀਂ ਮਿਹਨਤ ਕਰਾਂਗੇ ਤਾਂ ਹੀ ਕੁਛ ਨਾ ਕੁਛ ਹੋਊਗਾ ਪਰ ਜੇ ਤੁਸੀਂ ਆਪਣੇ ਵੱਲੋਂ ਬੋਦਰ ਨਹੀਂ ਕਰਾਂਗੇ ਕੁਛ ਨਹੀਂ ਕਰਾਂਗੇ ਹਾਊ ਇਜ਼ ਇਟ ਗੋਇੰਗ ਟੂ ਹੈਪਨ ਜੇ ਤੁਹਾਨੂੰ ਪਤਾ ਹੀ ਨਹੀਂ ਐਂਡ ਯੂ ਪ੍ਰੋਬਬਲੀ ਥਿੰਕਿੰਗ ਦ ਵਰਸ ਔਰ ਫੀਅਰਿੰਗ ਦ ਵਰਸ ਬਿਕੋਜ਼ ਆਫ ਵਾਟ ਸੋ ਮੈਨੀ ਪੀਪਲ ਹੈਵ ਮੇਬੀ ਟੋਲਡ ਯੂ ਇਨ ਦ ਪਾਸਟ ਤੁਹਾਨੂੰ ਕੀ ਪਤਾ ਉਹਨਾਂ ਨੇ ਤੁਹਾਨੂੰ ਸੱਚ ਦੱਸਿਆ ਕਿ ਝੂਠ ਦੱਸਿਆ ਆਲ ਆਫ ਦਿਸ ਪੀਪਲ ਦੈਟ ਯੂਵ ਬੀਨ ਟੂ ਇਨ ਦ ਪਾਸਟ ਵੇਅਰ ਐਵਰ ਯੂਵ ਬੀਨ ਹਾਊ ਮੈਨੀ ਆਫ ਦੈਮ ਆਰ ਐਕਚੁਅਲੀ ਕੁਆਲੀਫਾਈਡ ਹਾਊ ਮੈਨੀ ਆਫ ਦੈਮ ਆਰ ਐਕਚੁਅਲੀ ਐਕਸਪਰਟਸ ਆਫ ਦੇਅਰ ਫੀਲਡ ਯੂ ਨੋ ਹਾਊ ਮੈਨੀ ਆਫ ਦੇਅਰ ਐਨਰਜੀਜ਼ ਐਂਡ ਐਂਟੀਟੀਜ਼ ਨਾਟ ਮੈਨੀ ਆਈ ਕੈਨ ਅਸ਼ੋਰ ਯੂ ਕਿਉਂਕਿ ਇੱਦਾਂ ਦੀ ਕਿੰਨੀ ਡਿਫਰੈਂਟ ਟਾਈਪਸ ਆਫ ਐਨਰਜੀਜ਼ ਹੁੰਦੀਆਂ ਐਂਟੀਟੀਜ਼ ਹੁੰਦੀਆਂ ਹੈਗੀਆਂ ਜਿਹਨਾਂ ਨੂੰ ਅਸੀਂ ਨੈਗੇਟਿਵ ਅਸੀਂ ਕਹਿ ਸਕਦੇ ਹੈਗੇ ਹਾਂ ਬਟ ਐਗਜੈਕਟਲੀ ਵਿਚ ਟਾਈਪ ਆਫ ਨੈਗੇਟਿਵ ਐਨਰਜੀਜ਼ ਔਰ ਐਂਟੀਟੀਜ਼ ਇਜ਼ ਇਟ ਦੈਟ ਦੇ ਆਰ ਅਫੈਕਟਿੰਗ ਯੋਰ ਲਾਈਫ ਐਂਡ ਵਾਟ ਇਜ਼ ਦ ਰੀਜ਼ਨ ਫੋਰ ਦੈਟ ਉਹ ਸਾਡੇ ਲਈ ਦੇਖਣਾ ਜ਼ਰੂਰੀ ਹੈ ਬਟ ਓਬਵੀਅਸਲੀ ਫੋਰ ਦੈਟ ਆਈਲ ਹੈਵ ਟੂ ਡੂ ਅ ਰੀਡਿੰਗ ਵਾਂਸ ਵੀ ਹੈਵ ਡਨ ਦ ਰੀਡਿੰਗ ਇੱਕ ਵਾਰੀ ਮੈਂ ਤੁਹਾਡੀ ਐਨਰਜੀ ਚੈੱਕ ਕਰ ਲਈ ਫਿਰ ਅਸੀਂ ਦੇਖ ਸਕਦੇ ਹਾਂ ਕਿ ਵਾਟ ਦ ਬੈਸਟ ਵੇ ਫੋਰਵਰਡ ਇਜ਼ ਜੇ ਤਾਂ ਤੁਸੀਂ ਚਾਹੁੰਦੇ ਹੈਗੇ ਕਿ ਤੁਹਾਡੀ ਲਾਈਫ ਵਿੱਚ ਇੰਪਰੂਵਮੈਂਟ ਆਵੇ ਜਾਂ ਕੋਈ ਪੋਜ਼ਿਟਿਵ ਐਨਰਜੀ ਆਵੇ ਉਹਦੇ ਲਈ ਤੁਸੀਂ ਆਪਣੇ ਵੱਲੋਂ ਮਿਹਨਤ ਕਰੋ ਕੋਸ਼ਿਸ਼ ਕਰੋ ਤੇ ਦੇਖੋ ਕਿ ਕੁਛ ਨਹੀਂ ਹੋ ਸਕਦਾ ਹੈਗਾ ਪਰ ਜਦ ਤੱਕ ਤੁਸੀਂ ਆਪਣੇ ਵੱਲੋਂ ਬੋਦਰ ਨਹੀਂ ਕਰਦੇ ਹੈਗੇ ਜਾਂ ਟਰਾਈ ਨਹੀਂ ਕਰਦੇ ਹੈਗੇ ਉਦੋਂ ਤੱਕ ਕੁਛ ਨਹੀਂ ਹੋ ਸਕਦਾ ਹੈਗਾ ਇਟਸ ਯੋਰ ਲਾਈਫ ਇਟਸ ਯੋਰ ਐਨਰਜੀ ਐਂਡ ਇਟਸ ਅਪ ਟੂ ਯੂ ਟੂ ਮੇਕ ਇਟ ਸਟਰੋਂਗ ਜੇ ਤੁਸੀਂ ਕਿਸੇ ਵੀ ਚੀਜ਼ ਦੇ ਬਾਰੇ ਚ ਅਨਸ਼ੋਰ ਜਾਂ ਅਨਸਰਟਨ ਹੈਗੇ ਆ ਸਿੰਪਲੀ ਗਿਵ ਮੀ ਅ ਕਾਲ ਗੈਟ ਇਨ ਟੱਚ ਵਿਦ ਮੀ ਆਸਕ ਮੀ ਐਂਡ ਆਈਲ ਡੂ ਮਾਈ ਐਬਸੋਲੂਟ ਬੈਸਟ ਟੂ ਹੈਲਪ ਯੂ ਇਨ ਐਵਰੀ ਵੇ ਦੈਟ ਆਈ ਕੈਨ ਪਰ ਯਾਦ ਰੱਖਣਾ ਕਿ ਮੈਂ ਤੁਹਾਡੀ ਮਦਦ ਤੁਹਾਡੀ ਹੈਲਪ ਮੈਂ ਤਾਂ ਹੀ ਕਰ ਸਕਦੀ ਹੈਗੀ ਇਫ ਯੂ ਕਮਿਊਨੀਕੇਟ ਵਿਦ ਮੀ ਸਕਰੀਨ ਦੇ ਤੁਹਾਡੇ ਨੰਬਰ ਲਿਖੇ ਆ ਰਹੇ ਨੇ ਐਸੀ ਨੰਬਰ ਦੇ ਜ਼ਰੀਏ ਮੈਂ ਜੁੜ ਸਕਦੇ ਹੈਗੇ ਹਾਂ 090 ਨੰਬਰ ਦੈਟ ਯੂ ਨੀਡ ਟੂ ਕਾਲ ਪਰ ਜੇ ਤੁਸੀਂ ਮੇਰੇ ਨਾਲ ਆਫਰ ਗੱਲ ਕਰਨਾ ਚਾਹੁੰਦੇ ਹੈਗੇ ਐਂਡ ਯੂ ਆਰ ਸੀਰੀਅਸ ਅਬਾਊਟ ਟਰਨਿੰਗ ਯੋਰ ਲਾਈਫ ਅਰਾਊਂਡ ਮੇਕਿੰਗ ਥਿੰਗਸ ਪੋਜ਼ਿਟਿਵ ਫੋਰ ਯੋਰਸੈਲਫ ਐਂਡ ਯੂ ਜੈਨੂਇਨਲੀ ਵਾਂਟ ਟੂ ਇੰਪਰੂਵ ਯੋਰ ਐਨਰਜੀ ਦੈਨ 0208 ਨੰਬਰ ਦੇ ਉੱਤੇ ਹੁਣੀ ਮਿਸਡ ਕਾਲ ਦੇ ਦਿਓ ਐਂਡ ਗੈਟ ਇਨ ਟੱਚ ਵਿਦ ਮੀ ਐਂਡ ਆਈਲ ਡੂ ਮਾਈ ਐਬਸੋਲੂਟ ਬੈਸਟ ਟੂ ਹੈਲਪ ਯੂ ਯਾਦ ਰੱਖਣਾ ਕਿ ਵਰੀਇੰਗ ਇਜ਼ ਨਾਟ ਗੋਇੰਗ ਟੂ ਬੀ ਅ ਸੋਲੂਸ਼ਨ ਦੈਟਸ ਨਾਟ ਗੋਇੰਗ ਟੂ ਹੈਲਪ ਯੂ ਡੂ ਐਨੀਥਿੰਗ ਵਟ ਯੂ ਨੀਡ ਟੂ ਡੂ ਇਜ਼ ਐਕਚੁਅਲੀ ਫਾਈਂਡ ਦ ਸੋਲੂਸ਼ਨ ਜੇ ਸੋਲੂਸ਼ਨ ਹਜੇ ਤੱਕ ਨਹੀਂ ਲੱਭਿਆ ਹੈਗਾ then definitely get the right reading and that will help you the best way sab to best cheez hi rahegi give us a missed call straight away so that we can call you back tomorrow morning je tusi private number to call karde hai gian then yaad rakhna ke tusi voicemail bhi chhad sakde ho voicemail te tusi apna sahi number da naam chhad do and we'll do our best to help you bas thonu sanu eh cheez zarur yaad rakhna chahunde hai gian that all the calls that you do make to the number are recorded Okay, so either this is ruh khyal rakhna hai gaya. It's only so that we know who to call back and what time you called and what not. So either this is ruh khyal rakhna hai gaya. Baki any gal this is ruh yaad rakhni hai gaya ki aaj ta show thare samne pure 2 baje tak rahoga UK time de hisab de naal. Je ri vi gal puchni hai gaya huni puch lo fir na kahiyo ki mauka nahi milega ya chance nahi milega. Now kinni wari mere samne edan de case hunde ve people have been suffering with negative energy for many many years. And it's very upsetting. ਕਿਉਂ ਇੰਨੇ ਦੁੱਖ ਸਹਿੰਦੇ ਆ ਇੰਨੀਆਂ ਪ੍ਰੋਬਲਮਾਂ ਸਹਿੰਦੇ ਹੈਗੇ ਆ ਐਂਡ ਦੇ ਡੋਨਟ ਨੋ ਵਾਈ ਯੂ ਨੋ ਐਂਡ ਇਟਸ ਦ ਵਰਸਟ ਥਿੰਗ ਇਜ਼ ਵੈਨ ਇਟ ਟ੍ਰਿਕਲਸ ਡਾਊਨ ਜਦੋਂ ਉਹ ਨੈਗੇਟਿਵ ਐਨਰਜੀ ਵੈਨ ਇਟ ਟ੍ਰਿਕਲਸ ਡਾਊਨ ਟੂ ਦ ਨੈਕਸਟ ਜਨਰੇਸ਼ਨ ਦੈਟਸ ਈਵਨ ਯੂ ਨੋ ਮੋਰ ਹੋਰਰਫਾਈਂਗ ਟੂ ਸੀ ਔਰ ਵਿਟਨੈਸ ਬਿਕੋਜ਼ ਇਟਸ ਨਾਟ ਅ ਨਾਈਸ ਥਿੰਗ ਸੋ ਜੇ ਨੈਕਸਟ ਜਨਰੇਸ਼ਨ ਤੱਕ ਆਉਂਦੀ ਉਹਨਾਂ ਦੀ ਪੜ੍ਹਾਈ ਦੇ ਵਿੱਚ ਰੁਕਾਵਟ ਆਉਂਦੀ ਹੈ ਬੱਚਿਆਂ ਦੇ ਵਿਆਹਾਂ ਦੇ ਵਿੱਚ ਰੁਕਾਵਟ ਆਉਂਦੀ ਹੈਗੀ ਆ ਉਹਨਾਂ ਦੇ ਕਰੀਅਰ ਦੇ ਵਿੱਚ ਰੁਕਾਵਟ ਆਉਂਦੀ ਹੈਗੀ ਆ ਦੈਟਸ ਨਾਟ ਅ ਗੁੱਡ ਥਿੰਗ ਇਹਨਾਂ ਸਿਰ ਜੇ ਅਸੀਂ ਉਹਦਾ ਸੋਲੂਸ਼ਨ ਲੱਭਣਾ ਚਾਹੁੰਦੇ ਹਾਂ ਤਾਂ ਵੀ ਨੀਡ ਟੂ ਫਾਈਂਡ ਆਊਟ ਦ ਰਾਈਟ ਵੇ ਚਲੋ ਸਿੱਧਾ ਚੱਲਦੇ ਸੀ ਆਪਣੇ ਅਗਲੇ ਕਾਲਰ ਦੇ ਕੋਲ ਹੈਲੋ 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 ਹਾਂਜੀ ਹਾਊ ਕੈਨ ਹੈਲਪ ਯੂ ਹੈਲੋ ਆਰਤੀ ਜੀ ਨਮਸਤੇ ਨਮਸਤੇ ਜੀ ਹਾਂਜੀ ਮੈਂ ਆਪਣੇ ਲੜਕੇ ਦੇ ਬਾਰੇ ਪੁੱਛਣਾ ਸੀ ਥੋੜਾ ਹਾਂਜੀ ਜ਼ਰੂਰ ਕੀ ਪੁੱਛਣਾ ਚਾਹੁੰਦੇ ਸੀ ਉਹਦੇ ਬਾਰੇ ਵਿੱਚ ਹਾਂਜੀ ਉਹਦੀ ਇਸ ਵਕਤ ਥੋੜੀ ਹੈਲਥ ਦੀ ਪ੍ਰੋਬਲਮ ਹੈ ਅੱਛਾ ਜੀ ਹਾਂਜੀ ਓਕੇ ਦੇਖੋ ਜਿਹੜੇ ਸ਼ੋਅ ਦੇ ਵਿੱਚ ਸਭ ਤੋਂ ਪਹਿਲੀ ਕਾਲ ਆਈ ਸੀਗੀ ਨਾ ਉਹਨਾਂ ਨੇ ਵੀ ਹੈਲਥ ਦੇ ਬਾਰੇ ਚ ਪੁੱਛਿਆ ਸੀਗਾ ਤੇ ਨਾ ਉਹਨਾਂ ਨੂੰ ਵੀ ਮੈਂ ਇਹੀ ਚੀਜ਼ ਕਹੀ ਸੀ ਜੋ ਮੈਂ ਤੁਹਾਨੂੰ ਕਹੂੰਗੀ ਕਿ ਇਸ ਸ਼ੋਅ ਦੇ ਵਿੱਚ ਸਾਨੂੰ ਹੈਲਥ ਦੇ ਬਾਰੇ ਚ ਗੱਲ ਕਰਨਾ ਮਨਾ ਆ ਜੇ ਕੋਈ ਮੁੰਡੇ ਦੀ ਹੈਲਥ ਦੀ ਪ੍ਰੋਬਲਮ ਹੈਗੀ ਹੈ ਸਭ ਤੋਂ ਪਹਿਲੀ ਚੀਜ਼ ਤਾਂ ਡੈਫੀਨੇਟਲੀ ਡਾਕਟਰ ਦੇ ਕੋਲ ਉਹਨੂੰ ਲੈ ਕੇ ਜਾਓ ਜੀਪੀ ਦੇ ਕੋਲ ਜਾਓ ਜੇ ਤੁਹਾਨੂੰ ਇਹਦਾ ਲੱਗਦਾ ਨਾ ਕਿ ਕੋਈ ਸਪਿਰਿਚੁਅਲ ਐਨਰਜੀ ਨਾਲ ਕੁਝ ਕਨੈਕਟਿਡ ਆ ਫਿਰ ਤੁਸੀਂ ਮੇਰੇ ਨਾਲ ਆਫੇਅਰ ਗੱਲ ਕਰ ਲੈਣਾ ਮੈਂ ਤੇਰੀ ਮਦਦ ਕਰ ਦੂੰਗੀ ਤੇ ਦੂਸਰਾ ਮੈਂ ਉਹਦੀ ਮੈਰਿਜ ਦੇ ਬਾਰੇ ਥੋੜਾ ਲਿਖਿਆ ਹਾਂਜੀ ਜ਼ਰੂਰ ਉਹਦੇ ਮੈਰਿਜ ਦੇ ਬਾਰੇ ਚ ਜ਼ਰੂਰ ਚੈੱਕ ਕਰ ਸਕਦੇ ਹਾਂ ਤੇ ਤਾਂ ਵਿਆਹ ਹੋ ਗਿਆ ਮੁੰਡੇ ਦਾ ਜਾਂ ਕਿਤੇ ਗੱਲ ਚੱਲ ਰਹੀ ਹੈ ਰਿਸ਼ਤੇ ਦੀ ਸੈਪਰੇਟਡ ਹੈ ਉਹਦਾ ਡਿਵੋਰਸ ਹੋ ਗਿਆ ਓਹੋ ਅੱਛਾ ਤੇ ਡਿਵੋਰਸ ਹੋਈ ਨੂੰ ਕਿੰਨਾ ਕੁ ਚਿਰ ਹੋ ਗਿਆ
काफी देर हो गई, एक क्वाइट अ फ्यू इयर्स हो गए ने, 5 7 8 इयर्स। अच्छा जी, 8 साल हो गया। ते हुन दे कोई होर ते नहीं किते रिश्ते दी गल चलदी? नहीं नहीं। ओके नहीं। ते किन्ने साल दा होया हुन? इरा 72 दा बर्थ है। हां जी, 40 45 6 ਮੈਂ ਗਿਆ ਮੈਂ ਹੁਣੀ ਇਹਦੇ ਚੈੱਕ ਕਰਦੀ ਕਿ ਤੁਸੀਂ ਤਾਂ ਕਹਿੰਦਾ ਤੇ ਮੁੰਡਾ ਤੁਹਾਡੇ ਨਾਲ ਹੀ ਰਹਿੰਦਾ ਹੈ ਜੀ? ਹਾਂਜੀ। ਓਕੇ, ਤੇ ਤੁਸੀਂ ਤਾਂ ਕਹਿੰਦਾ ਇਹਦੇ ਬਾਰੇ ਮੈਂ ਹੁਣੀ ਚੈੱਕ ਕਰਦੀ ਹਾਂ ਇਹਦੀ ਮੈਰਿਜ ਦੇ ਬਾਰੇ ਚ, ਰਿਲੇਸ਼ਨਸ਼ਿਪ ਦੇ ਬਾਰੇ ਚ। ਤੁਸੀਂ ਇਹੀ ਗੱਲ ਤੁਸੀਂ ਦੇ ਵਿਆਹ ਦੇ ਬਾਰੇ ਚ ਮਨ ਚ ਰੱਖਣਾ, ਮੈਨੂੰ ਸਟਾਪ ਕਹਿ ਦੇਣਾ, ਮੈਂ ਉਸੇ ਕਾਰ ਤੇ ਰੁਕ ਜਾਊਂਗੀ। ਸ਼ੁਰੂ ਕਰਦੀ ਹਾਂ ਜੀ। ਓਕੇ, ਹਾਂਜੀ। ਅੱਛਾ, ਓਕੇ, ਆਪਣਾ ਪਹਿਲਾ ਕਾਰਡ ਇੱਕ ਵਾਰੀ ਹੋਰ ਕਹਿ ਦੇਣਾ ਪਲੀਜ਼ ਜੀ। ਅੱਛਾ ਜੀ, ਤੇ ਇੱਕ ਵਾਰੀ ਹੋਰ ਕਹਿ ਦੇਣਾ ਪਲੀਜ਼ ਜੀ। ਅੱਛਾ ਜੀ, ਆ ਗਿਆ ਮੇਰੇ 3 ਕਾਰਡ। ਮੈਂ ਤਾਂ ਕਰਦੀ ਕੁਝ ਐਕਸਟਰਾ ਕਾਰਡ ਵੀ ਕਰਦੀ ਕਿ ਥੋੜ੍ਹਾ ਜਿਹਾ ਟੀਚਰ ਜੀ ਨੂੰ ਦੱਸ ਸਕਾਂ ਤੁਹਾਨੂੰ। ਦੇਖੋ, ਜਿਸ ਹਿਸਾਬ ਨਾਲ ਇਹਦੇ ਕਾਰਡਸ ਆਏ ਹੈਗੇ ਆ ਨਾ, ਸਭ ਤੋਂ ਪਹਿਲੀ ਚੀਜ਼ ਤਾਂ ਮੈਂ ਤੁਹਾਨੂੰ ਜ਼ਰੂਰ ਕਹੂੰਗੀ ਕਿ ਜਿਸ ਹਿਸਾਬ ਨਾਲ ਇਹਦੀ ਮੁੰਡੇ ਦੀ ਐਨਰਜੀ ਨਜ਼ਰ ਆ ਰਹੀ ਹੈਗੀ ਆ, ਏਦਾਂ ਹੈ ਕਿ ਜਿੱਦਾਂ ਨਾ ਜਿੱਦਾਂ ਕਿਸੇ ਨੇ ਇਹਦੀ ਕਿਸਮਤ ਨੂੰ ਲੌਕ ਕਰਤਾ ਹੁੰਦਾ ਜਾਂ ਬੰਦ ਕਰਤਾ ਹੁੰਦਾ, ਇਹ ਜਿੱਧਰ ਨੂੰ ਵੀ ਹੱਥ ਪਾਉਂਦਾ ਹੈ, ਲਾਈਕ ਜਿਸ ਚੀਜ਼ ਨੂੰ ਵੀ ਹੱਥ ਪਾਵੇ, ਕੁਛ ਵੀ ਕਰਨਾ ਚਾਹੇ ਨਾ, ਇਹਨੂੰ ਜਿੱਦਾਂ ਪਿੱਛੇ ਨੂੰ ਹੀ ਮੁੜਨਾ ਪੈਂਦਾ, ਇਹਦਾ ਕੰਮ ਹੁੰਦਾ ਹੀ ਨਹੀਂ। ਸਮਝ ਸਕੀ ਇਸ ਚੀਜ਼ ਬੀਨ, ਜਿੱਦਾਂ ਨਾ ਕਿਸੇ ਨੇ ਹੱਥ ਪੈਰ ਬੰਨ ਕੇ ਇਹਨੂੰ ਛੱਡਤਾ ਹੁੰਦਾ, ਸੋ ਇਹ ਆਪਣੇ ਵੱਲੋਂ ਟਰਾਈ ਵੀ ਕਰੇ ਨਾ ਕਿ ਮੈਂ ਕਿਤੋਂ ਵੀ ਮੈਂ ਕੁਛ ਕਰਾਂ, ਚਾਹੇ ਮੈਂ ਹੁਣ ਮੈਂ ਸਰਪ੍ਰਾਈਜ਼ਡ ਨਹੀਂ ਹੈਗੀ ਇਹਦੇ ਕਾਰਡ ਦੇਖ ਕੇ, ਕਿ ਤੁਸੀਂ ਇਹਦੀ ਹੈਲਥ ਦੇ ਬਾਰੇ ਚ ਵੀ ਪਹਿਲਾਂ ਪੁੱਛਿਆ ਸੀਗਾ, ਕਿ ਚਾਹੇ ਇਹਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਐਲੀਮੈਂਟ ਹੋਵੇ, ਚਾਹੇ ਇਹਦੀ ਰਿਲੇਸ਼ਨਸ਼ਿਪ ਹੋਵੇ ਜਾਂ ਇਹਦਾ ਕਰੀਅਰ ਹੋਵੇ, ਕੁਛ ਵੀ ਹੋਵੇ, ਇਹਨੂੰ ਕਿਤੋਂ ਵੀ ਮੁੰਡੇ ਨੂੰ ਚੈਨ ਨਹੀਂ ਹੈਗਾ, ਇਹਦੀ ਸਟੈਬਿਲਿਟੀ ਹੈ ਹੀ ਨਹੀਂ ਲਾਈਫ ਵਿੱਚ, ਬਿਲਕੁਲ ਅੱਜਕੱਲ ਇਦਾਂ ਹੀ ਰਹਿੰਦਾ ਹੈ ਥੋੜਾ, ਸੋ ਉਹ ਚੀਜ਼ ਰਾਈਟ ਨਹੀਂ ਹੈਗੀ। ਦੂਸਰੀ ਚੀਜ਼ ਇਹ ਕਿ ਅਨਫੋਰਚੂਨੇਟਲੀ ਜਿਹੜੀ ਇਹਦੀ ਐਨਰਜੀ ਹੈਗੀ ਇਸ ਵੇਲੇ ਕਾਫੀ ਜ਼ਿਆਦਾ ਸਟਰੋਂਗਲੀ ਨੈਗੇਟਿਵ ਆ, ਇਹਦਾ ਮਤਲਬ ਇਹ ਕਿ ਜਿਹੜਾ ਕੰਮ ਇਹਦੇ ਭਲੇ ਲਈ ਹੋਊਗਾ, ਇਹਦੇ ਅੱਛੇ ਲਈ ਹੋਊਗਾ, ਉਹ ਕੰਮ ਕਰਨ ਨੂੰ ਸ਼ਾਇਦ ਇਹਨੂੰ ਜ਼ਿਆਦਾ ਐਫਰਟ ਪਾਉਣਾ ਪਵੇ, ਜ਼ਿਆਦਾ ਟਾਈਮ ਲੱਗੇ, ਪਰ ਜ਼ਿਆਦਾਤਰ ਇਹ ਓਦਾਂ ਦੇ ਸਟੈਪ ਲੈਣ ਲਊਗਾ ਕਿ ਜਿਹੜੇ ਇਹਦੇ ਲਈ ਇੰਨੇ ਅੱਛੇ ਨਹੀਂ ਹੈਗੇ, ਲੌਂਗ ਟਰਮ ਇਹਨੂੰ ਨੁਕਸਾਨ ਪਹੁੰਚਾ ਸਕਦੇ ਹੈਗੇ ਆ, ਹਾਨੀ ਪਹੁੰਚਾ ਸਕਦੇ ਹੈਗੇ ਆ, ਮੈਂ ਕੁਛ ਕਵਾਂ ਤੇ ਉਹ ਸੁਣਦਾ ਵੀ ਘੱਟ ਹੈ, ਉਹ ਨਹੀਂ, ਉਹ ਇਸ ਵੇਲੇ ਤਾਂ ਉਹਨੇ ਸੁਣਨਾ ਹੀ ਨਹੀਂ, ਇਸ ਵੇਲੇ ਤਾਂ ਉਹਨੂੰ ਜੇ ਤੁਸੀਂ ਕਹੋਗੇ ਨਾ ਉਹਦੇ ਭਲੇ ਦੀ ਕੋਈ ਗੱਲ, ਉਹਨੇ ਕਹਿਣਾ ਕਿ ਤੁਸੀਂ ਮੇਰੇ ਸਭ ਤੋਂ ਵੱਡੇ ਦੁਸ਼ਮਣ ਆ, ਪ੍ਰੋਪਰਲੀ ਗੱਲ ਵੀ ਨੀ ਕਰਨੀ, ਜੇ ਤਾਂ ਜੇ ਪਹਿਲਾਂ ਤਾਂ ਜਾਊਗਾ ਹੀ ਨੀ, ਪਰ ਜੇ ਗਿਆ ਵੀ ਨਾ ਉਹਨੇ ਕੋਈ ਪ੍ਰੋਪਰਲੀ ਗੱਲ ਨੀ ਕਰਨੀ, ਕਿਉਂਕਿ ਉਹਨੂੰ ਤਾਂ ਲੱਗਦਾ ਕਿ ਜੋ ਮੈਂ ਕਰ ਰਿਹਾ ਜਾਂ ਜਿੱਦਾਂ ਕਰ ਰਿਹਾ ਮੈਨੂੰ ਪਤਾ ਮੈਂ ਸਹੀ ਆ, ਉਹ ਚੀਜ਼ ਉਹਦੇ ਵਿੱਚ ਬਹੁਤ ਹੈਗੀ ਆ ਇਸ ਵੇਲੇ, ਜਿੱਥੇ ਜਿਸ ਇਨਸਾਨ ਦੀ ਅਸੀਂ ਕਹਿੰਦੇ ਕਿ ਉਹਦੀ ਈਗੋ ਇਸ ਵੇਲੇ ਬਹੁਤ ਸਟਰੋਂਗ ਆ, ਤੇ ਉਹ ਚ ਮੈਂ ਬਹੁਤ ਬਰੀ ਹੋਈ ਆ, ਪਰ ਉਹ ਮੈਂ ਇੰਨੀ ਚੀਜ਼ਾਂ ਨੂੰ ਕਹੂੰਗੀ ਕਿ ਐਕਚੁਲੀ ਉਹਦੇ ਕੋਲ ਕੋਈ ਹੈ, ਕੋਈ ਚੀਜ਼ ਹੈ ਨਹੀਂ ਕਿ ਜਿਹੜਾ ਜਿਹਦਾ ਬੰਦਾ ਕਹੇ ਕਿ ਮੈਨੂੰ ਇਹਦਾ ਹੰਕਾਰ ਆ ਜਾਂ ਮੈਨੂੰ ਇਹਦਾ ਇਸ ਚੀਜ਼ ਦਾ ਅਭਿਮਾਨ ਆ, ਕੋਈ ਇੱਦਾਂ ਦੀ ਚੀਜ਼ ਉਹਦੇ ਕੋਲ ਹੈ ਨੀ, ਕੋਈ ਉਹਦਾ ਕੁਛ ਹੋ ਤਾਂ ਰਿਹਾ ਨੀ ਹੈਗਾ, ਉਹ ਜਿਹੜਾ ਕਿਉਂਕਿ ਸਾਰਾ ਕੁਛ ਫੇਲ ਹੋਈ ਜਾਂਦਾ ਨਾ, ਉਹ ਫੇਲੀਅਰ ਦੀ ਵਜ੍ਹਾ ਨਾਲ ਜਦੋਂ ਉਹ ਅੰਦਰੋਂ ਇੰਨਾ ਬਹੁਤ ਲੋਅ ਆ, ਤੇ ਆਪਣੇ ਆਪਣੇ ਨੂੰ ਹਰ ਇੱਕ ਚੀਜ਼ ਤੇ ਗੁੱਸਾ ਆਉਂਦਾ ਆ, ਪਰ ਇੱਕ ਵਾਰੀ ਉਹਦੀ ਮੈਂ ਕਹੂੰਗੀ ਉਹਦੀ ਐਨਰਜੀ ਬੈਲੈਂਸ ਹੋ ਗਈ, ਤੇ ਉਹ ਲੱਗਾ ਕਿ ਹਾਂ ਮੇਰੀ ਲਾਈਫ ਮੈਂ ਕੁਛ ਸਕਸੈਸਫੁਲ ਕਰ ਰਿਹਾ ਆ, ਕਿਤੋਂ ਨਾ ਕਿਤੋਂ ਮੈਨੂੰ ਸਕਸੈਸ ਮਿਲੇ, ਫਿਰ ਉਹਨੂੰ ਆਪਣੇ ਆਪ ਨੂੰ ਥੋੜਾ ਜਿਹਾ ਨਾ ਮੈਂ ਕਹੂੰਗੀ ਉਹਦਾ ਧਿਆਨ ਇਸ ਚੀਜ਼ ਵੱਲ ਜਾਊਗਾ ਕਿ ਹਾਂ ਕਿ ਮੈਂ ਹੋਰ ਵੀ ਅੱਗੇ ਜਾ ਕੇ ਨਾ ਆਪਣੀ ਲਾਈਫ ਨੂੰ ਸੁਧਾਰ ਸਕਦਾ, ਪਰ ਨਹੀਂ ਤਾਂ ਜਿਸ ਹਿਸਾਬ ਨਾਲ ਇਹਦੀ ਐਨਰਜੀ ਹੁਣ ਹੈਗੀ ਆ, ਮੈਂ ਤੁਹਾਨੂੰ ਕਹੂੰਗੀ ਕਿ ਇਹ ਹੁਣ ਦੀ ਤਾਂ ਏਦਾਂ ਦੀ ਨਹੀਂ ਹੈਗੀ, ਕਾਫੀ ਚਿਰਾਂ ਤੋਂ ਏਦਾਂ ਦੀ ਹੈਗੀ ਆ, ਤੇ ਕਿਉਂਕਿ ਉਹਦੇ ਵਿੱਚ ਨੈਗੇਟਿਵ ਐਲੀਮੈਂਟ ਵੀ ਨਜ਼ਰ ਆ ਰਿਹਾ ਹੈਗਾ ਆ, ਸੋ ਇਹਦੇ ਨਾਲ ਸਾਨੂੰ ਇਹ ਚੀਜ਼ ਪਤਾ ਲੱਗ ਰਹੀ ਹੈ ਇਹਦੇ ਕਾਰਡਸ ਦੇ ਥਰੂ ਕਿ ਸ਼ਾਇਦ ਇਹਨੇ ਖੁਦ ਕੋਈ ਉਪਾਅ ਦੇ ਨਾਮ ਦੇ ਉੱਤੇ ਜਾਣੇ ਅਣਜਾਣੇ ਦੇ ਵਿੱਚ ਕੋਈ ਏਦਾਂ ਦਾ ਸਟੈਪ ਲੈ ਲਿਆ ਹੋਊਗਾ ਕਿ ਜਿੱਥੇ ਜਾਂ ਤਾਂ ਇਹਨੇ ਆਪਣੇ ਹੱਥਾਂ ਦੇ ਨਾਲ ਕੋਈ ਚੀਜ਼ ਇਹਨੇ ਪਾਣੀ ਚ ਬਹਾਈ ਹੈਗੀ ਆ, ਜਾਂ ਇਹਦੇ ਨਾਮ ਤੇ ਕਿਸੇ ਹੋਰ ਨੇ ਬਹਾਈ ਆ, ਪਰ ਜਿਹਨੇ ਵੀ ਬਹਾਈ ਆ ਉਹਨਾਂ ਦੇ ਕੋਲ ਡੈਫੀਨੇਟਲੀ ਇਹਦਾ ਪਤਾ ਹੋਊਗਾ ਕਿ ਇਹਦਾ ਕਿਸ ਵੇਲੇ ਜਨਮ ਹੋਇਆ ਸੀਗਾ ਜਾਂ ਕਿਹੜੇ ਤਰੀਕ ਨੂੰ ਇਹਦਾ ਜਨਮ ਹੋਇਆ ਸੀਗਾ, ਜਿਹਦਾ ਦੇ ਬਰਥਡੇ ਦਾ ਉਹਨਾਂ ਨੂੰ ਪਤਾ ਹੋਊਗਾ, ਪਰ ਇਹ ਜੇ ਹਾਂ ਜੇ ਉਹਨੇ ਖੁਦ ਨੀ ਸਟੈਪ ਲਿੱਤਾ ਹੈਗਾ, ਫਿਰ ਉਹ ਕਿਸੇ ਐਸੇ ਇਨਸਾਨ ਨੇ ਕੀਤਾ ਕਿ ਜਿਹਨਾਂ ਦੇ ਕੋਲ ਇਹ ਜਾਣਕਾਰੀ ਹੈਗੀ ਇਸ ਚੀਜ਼ਾਂ, ਉਹਨਾਂ ਨੂੰ ਭੇਤ ਹੈਗਾ ਕਿ ਇਹਦਾ ਕਦ ਜਨਮ ਹੋਇਆ ਸੀਗਾ ਜਾਂ ਕਿਹੜੀ ਜਗ੍ਹਾ ਜਨਮ ਹੋਇਆ ਸੀਗਾ,
ਕੋਈ ਉਪਾਅ ਕੀਤਾ ਉਹ ਉਪਾਅ ਸ਼ਾਇਦ ਤੁਹਾਨੂੰ ਹੀ ਕਰਨਾ ਪਊਗਾ। ਇਹ ਸਭ ਤੋਂ ਪਹਿਲੀ ਚੀਜ਼ ਹੈਗੀ ਆ। ਦੂਸਰੀ ਚੀਜ਼ ਇਹ ਹੈ ਕਿ ਤੁਸੀਂ ਇਸ ਵੇਲੇ ਤੁਸੀਂ ਆਪਣੇ ਵੱਲੋਂ ਕੋਈ ਪਾਠ ਕਰਦੇ ਆ? ਮੈਂ ਇਸ ਲਈ ਪਰਮਾਤਮਾ ਦਾ ਨਾਂ ਹੀ ਲੈਂਦੀ ਹਾਂ, ਥੋੜਾ ਮਹਾਮ੍ਰਿਤੰਜੇ ਦਾ ਕੋਈ ਸ਼ਿਵ ਜੀ ਦਾ ਥੋੜਾ ਜਿਹਾ ਨਾਮ ਲੈ ਲਿਆ। ਓਕੇ, ਤੇ ਜਿਹੜੇ ਤੁਸੀਂ ਹਜੇ ਮਹਾਮ੍ਰਿਤੰਜੇ ਦਾ ਜਾਪ ਕਰਦੇ ਹੈਗੇ ਆ, ਇਹ ਤੁਸੀਂ ਰੋਜ਼ ਕਰਦੇ ਆ ਜਾਂ ਸਿਰਫ ਤੁਸੀਂ ਮੰਡੇ ਦੀ ਮੰਡੇ ਕਰਦੇ ਆ? ਕਾਫੀ ਹੈਲਪ ਹੁੰਦੀ ਹੈਗੀ ਆ, ਪਰ ਮੈਂ ਇੰਨੀ ਚੀਜ਼ ਤੁਹਾਨੂੰ ਜ਼ਰੂਰ ਕਹੂੰਗੀ ਕਿ ਜੇ ਤੁਸੀਂ ਆਪਣੇ ਵੱਲੋਂ ਕਰ ਸਕਦੇ ਹੈਗੇ ਆ, ਕਿਉਂਕਿ ਹੁਣ ਜੇ ਤੁਸੀਂ ਆਪਣੇ ਵੱਲੋਂ ਇਹ ਮੁੰਡੇ ਦੇ ਲਈ ਤੁਸੀਂ ਕੋਈ ਪ੍ਰੇ ਕਰਦੇ ਆ, ਕੋਈ ਪਾਠ ਕਰਦੇ ਆ, ਹੋ ਸਕਦਾ ਕਿ ਜਿਹੜੀ ਵੀ ਉਹ ਨੈਗੇਟਿਵ ਐਨਰਜੀ ਹੈ ਨਾ, ਉਹ ਤੁਹਾਡੇ ਉੱਤੇ ਵੀ ਹਾਵੀ ਹੋਣ ਦੀ ਕੋਸ਼ਿਸ਼ ਕਰੇ। ਉਹਦੇ ਨਾਲ ਏਦਾਂ ਹੁੰਦਾ ਕਿ ਜਿਸ ਵੇਲੇ ਤੁਸੀਂ ਪਾਠ ਕਰਦੇ ਆ, ਤੁਹਾਡੇ ਕੋਲ ਠੀਕ ਤਰ੍ਹਾਂ ਬੈਠ ਨਹੀਂ ਹੁੰਦਾ ਹੈਗਾ, ਉਸ ਵੇਲੇ ਬੋਡੀ ਚ ਜ਼ਿਆਦਾ ਪੇਨ ਹੁੰਦੀ ਆ, ਜਾਂ ਉਬਾਸੀਆਂ ਆਉਂਦੀਆਂ, ਜਾਂ ਨੀਂਦ ਆਉਂਦੀ ਆ, ਪਰ ਉਹ ਜਿਹੜੀ ਨੈਗੇਟਿਵ ਨੇ ਤੁਹਾਨੂੰ ਪਿੱਛੇ ਨੂੰ ਖਿੱਚਦੀ ਆ। ਦੂਸਰੀ ਚੀਜ਼ ਉਹ ਤੁਹਾਨੂੰ ਕਰੇ, ਉਹ ਤੁਹਾਨੂੰ ਦੁਖੀ ਕਰਨ ਦੀ ਕੋਸ਼ਿਸ਼ ਕਰੂਗੀ, ਜੇ ਤੁਹਾਨੂੰ ਦੁੱਖ ਕੇ ਤਾਂ ਕਿ ਤੁਸੀਂ ਹਟ ਜਾਓ ਜਾਂ ਤੁਸੀਂ ਇਹਦੀ ਹੈਲਪ ਨਾ ਕਰ ਸਕੋ। ਸਭ ਤੋਂ ਪਹਿਲੀ ਚੀਜ਼ ਮੈਂ ਤੁਹਾਨੂੰ ਇਹ ਜ਼ਰੂਰ ਰੈਕਮੈਂਡ ਕਰੂੰਗੀ ਕਿ ਜੇ ਤੁਸੀਂ ਕਰ ਸਕਦੇ ਹੈਗੇ ਆ, ਆਪਣੇ ਪਰਸ ਦੇ ਵਿੱਚ ਜਾਂ ਵਾਲਿਟ ਦੇ ਵਿੱਚ ਨਾ ਤੁਸੀਂ ਪੀਲੇ ਰੰਗ ਦਾ ਕੋਈ ਕੱਪੜਾ ਰੱਖੋ। ਇਹ ਜ਼ਰੂਰੀ ਨਹੀਂ ਕਿ ਉਹ ਚੋਰਸ ਪੀਸ ਹੀ ਹੋਵੇ ਪੀਲੇ ਰੰਗ ਦਾ ਕੋਈ ਕੱਪੜੇ ਦਾ, ਅੱਛਾ ਕੋਈ ਛੋਟਾ ਜਿਹਾ ਕੋਈ ਰੁਮਾਲ ਹੋਵੇ ਜਾਂ ਕੋਈ ਛੋਟਾ ਜਿਹਾ ਕੋਈ ਪੀਸ ਹੋਵੇ ਜਾਂ ਕੋਈ ਧਾਗਾ ਹੀ ਹੋਵੇ, ਹਨਾ। ਓਕੇ ਜੀ, ਮੈਂ ਕਰਾਂਗੀ। ਹਾਂ, ਉਹ ਯੈਲੋ ਤੁਸੀਂ ਰੱਖਣਾ ਥਰਸਡੇ ਵਾਲੇ ਦਿਨ। ਸੋ ਜਿਹੜਾ ਹੁਣ ਆਉਣਾ ਹੈਗਾ ਨਾ ਥਰਸਡੇ, ਤੁਸੀਂ ਚਾਹੇ ਉਸ ਦਿਨ ਤੋਂ ਤੁਸੀਂ ਰੱਖ ਲਈ ਹੋ। ਦੂਸਰੀ ਚੀਜ਼ ਮੈਂ ਤੁਹਾਨੂੰ ਕਹੂੰਗੀ, ਕਿਉਂਕਿ ਇਹ ਪ੍ਰੋਬਲਮ ਇਹਦੀ ਲਾਈਫ ਦੇ ਵਿੱਚ 3 ਮਹੀਨੇ ਤਾਂ ਓਬਵੀਅਸਲੀ ਤਾਂ ਕਈ ਜ਼ਿਆਦਾ ਹੋ ਗਏ, ਕਿੰਨੇ ਸਾਲ ਹੋ ਗਏ ਆ, ਜਿਹੜੀ ਰੀਡਿੰਗ ਦੀ ਇਹਨੂੰ ਲੋੜ ਹੋਊਗੀ, ਅਸੀਂ ਨੂੰ ਕਹਿੰਦੇ ਹਾਂ ਸਪਿਰਿਚੁਅਲ ਐਨਰਜੀ ਰੀਡਿੰਗ। ਉਹਦੇ ਲਈ ਤੁਸੀਂ ਚਾਹੇ ਹੁਣ ਹੀ ਆ ਜਿਹੜਾ 0208 ਨੰਬਰ ਹੈ ਤੇ ਹੁਣ ਹੀ ਮਿਸਡ ਕਾਲ ਦੇ ਦਿਓ ਸਾਨੂੰ। ਜਦੋਂ ਮੈਂ ਇਹਦੀ ਡੀਟੇਲ ਰੀਡਿੰਗ ਕਰੂੰਗੀ, ਸਾਨੂੰ ਪਤਾ ਲੱਗ ਜਾਊਗਾ ਕਿ ਇਹਦੇ ਲਈ ਐਗਜੈਕਟਲੀ ਤੁਸੀਂ ਕਿਹੜੇ ਸਟੈਪ ਲੈ ਸਕਦੇ ਆ, ਕੀ ਕਰ ਸਕਦੇ ਆ ਕਿ ਜਿਹਦੇ ਨਾਲ ਹੈਲਪ ਹੋ ਸਕੇ। ਪਰ ਜੇ ਤੁਸੀਂ ਆਪਣੇ ਵੱਲੋਂ ਇਹਦੇ ਲਈ ਸਟੈਪ ਲਓਗੇ ਤਾਂ ਹੀ ਕੁਛ ਬਣ ਸਕੂਗਾ। ਜੇ ਅਸੀਂ ਕਹੀ ਕਿ ਮੁੰਡਾ ਖੁਦ ਕੁਛ ਕਰੂਗਾ, ਫਿਰ ਤਾਂ ਉਹਦੇ ਚਾਂਸਿਸ ਨਹੀਂ ਹੈਗੇ। ਪਰ ਚਾਂਸ ਇਹਦਾ ਇਹ ਹੈਗਾ ਕਿ ਜੇ ਸ਼ਾਇਦ ਤੁਸੀਂ ਇਹਦੇ ਬਿਹਾਫ ਤੇ ਕੁਛ ਕਰ ਸਕੋ। ਉਹਦੇ ਲਈ ਜਦੋਂ ਹੁਣ ਅਸੀਂ ਇਹਦੀ ਡੀਟੇਲ ਰੀਡਿੰਗ ਕਰਾਂਗੇ ਆਪਾਂ, ਫਿਰ ਗੱਲ ਕਰਾਂਗੇ, ਫਿਰ ਜਦੋਂ ਪਤਾ ਲੱਗ ਜੂ ਕਿ ਐਗਜੈਕਟਲੀ ਪ੍ਰੋਬਲਮ ਕਿੱਥੋਂ ਆਈ ਆ, ਕਿਹਨੇ ਪਾਈ ਆ, ਕਿਉਂ ਆਈ ਆ, ਜਾਂ ਕਿੱਦਾਂ ਆਈ ਆ, ਫਿਰ ਆਪਾਂ ਉਹਦਾ ਸਹੀ ਅਸੀਂ ਦੇਖ ਸਕਦੇ ਕਿ ਇਹਦਾ ਸਹੀ ਸੋਲੂਸ਼ਨ ਕੀ ਹੋ ਸਕਦਾ ਹੈਗਾ ਆ। ਓਕੇ ਜੀ, ਥੈਂਕ ਯੂ ਸੋ ਮਚ, ਗੋਡ ਬਲੈਸ ਯੂ। ਓਕੇ ਜੀ, ਬਾਏ। ਤੇ ਹਾਂ, ਪਰਮਾਤਮਾ ਕਰੇ ਕਿ ਸਾਰਿਆਂ ਦੀ ਲਾਈਫ 'ਚ ਪੋਜ਼ਿਟਿਵ ਐਨਰਜੀ ਆਵੇ। ਓਬਵੀਅਸਲੀ ਇਫ ਯੂ ਆਰ ਸਫਰਿੰਗ, ਤੇ ਸਫਰ ਤੁਸੀਂ ਕਰ ਰਹੇ ਹੈਗੇ ਆ, ਤੇ ਇੰਨੀ ਦੇਰ ਵੇਟ ਨਾ ਕਰੋ। ਡੋਂਟ ਵੇਟ ਇਨ ਟੂ ਦਾ ਲਾਸਟ ਮਿੰਟ। ਇਹ ਨਾ ਸੋਚਣਾ ਕਿ ਅਸੀਂ ਲਾਸਟ ਮਿੰਟ ਤੱਕ ਅਸੀਂ ਆਰਤੀ ਨੂੰ ਫੋਨ ਕਰ ਲਾਂਗੇ ਜਾਂ ਅਸੀਂ ਆਰਤੀ ਨਾਲ ਗੱਲ ਕਰ ਲਾਂਗੇ, ਸਾਡੀ ਲਾਈਫ ਠੀਕ ਹੋ ਜੂਗੀ। ਇਟ ਡਜ਼ਨਟ ਵਰਕ ਲਾਈਕ ਦੈਟ। ਥਰਡਲੀ ਇੰਪੋਰਟੈਂਟ ਹੈ ਕਿ ਜਲਦੀ ਤੋਂ ਜਲਦੀ ਸਹੀ ਹੈਲਪ ਲੈ ਲਓ, ਡੋਂਟ ਲੀਵ ਇਟ ਟੂ ਲੇਟ। ਹੁਣ ਜਿੱਦਾਂ ਹੁਣ ਇਹਨਾਂ ਦੀ ਰੀਡਿੰਗ ਮੈਂ ਕੀਤੀ, ਇਹਨਾਂ ਦੇ ਇਹਨੇ ਮੁੰਡੇ ਦੀ ਲਾਈਫ ਵਿੱਚ ਇਹ ਪ੍ਰੋਬਲਮ ਆ ਕਿੰਨੇ ਸਾਲਾਂ ਤੋਂ ਹੀ ਆ, ਇਟਸ ਬੀਨ ਇਅਰਸ ਦੈਟ ਇਸ ਗੋਇੰਗ ਔਨ ਫੋਰ। ਸੋ ਜੇ ਇੰਨੇ ਸਾਲ ਹੋ ਗਏ ਆ, ਦੈਨ ਤੁਹਾਨੂੰ ਪਹਿਲਾਂ ਤੋਂ ਹੀ ਸਹੀ ਸਟੈਪ ਲੈ ਲੈਣਾ ਚਾਹੀਦਾ ਹੈਗਾ। ਐਂਡ ਜੇ ਤੁਹਾਨੂੰ ਪਤਾ ਹੈ ਕਿ ਬਾਈ ਮਿਸਟੇਕ ਜਾਣੇ ਅਣਜਾਣੇ ਦੇ ਵਿੱਚ ਜੇ ਤੁਹਾਡੇ ਕੋਲੋਂ ਕਿਸੇ ਸ਼ੈਤਾਨੀ ਸ਼ਕਤੀ ਦਾ ਸਹਾਰਾ ਲੈ ਹੋ ਗਿਆ, ਜਾਂ ਜਾਣੇ ਅਣਜਾਣੇ ਦੇ ਵਿੱਚ ਤੁਸੀਂ ਕੋਈ ਮੈਲੀ ਵਿਦਿਆ ਦਾ ਸਹਾਰਾ ਲੈ ਲਿਆ ਆ, ਦੈਨ It's never too late to to walk away from that negative element or negative energy. Tusi us negativity to tusi apna pichha chura sakde hage, but just don't leave it too late. So je tusi chahnde hage ki tere ghar parivar de vich koi vi edan di negative energy da ya entity da koi asar na hove, te tusi apne vallo make sure karna hai ki pehla to hi tusi koi edan da step nahi lena ya kuch eho je nahi karna hega ਕਿ ਜਿੱਥੇ ਤੁਸੀਂ ਨੈਗੇਟਿਵ ਐਨਰਜੀ ਦਾ ਸਹਾਰਾ ਲੈ ਰਹੇ ਆ। ਉਪਾਅ ਦੇ ਨਾਮ ਦੇ ਉੱਤੇ ਤੁਸੀਂ ਨਾ ਹੀ ਕੋਈ ਚੀਜ਼ ਪਾਣੀ ਚ ਬਹਾਨੀ ਹੈਗੀ ਆ, ਨਾ ਹੀ ਕੋਈ ਚੀਜ਼ ਮਿੱਟੀ ਚ ਦੱਬਣੀ ਹੈਗੀ ਆ।
ਉਪਾਅ ਦੇ ਨਾਮ ਦੇ ਉੱਤੇ ਤੁਸੀਂ ਆਪਣੇ ਵੱਲੋਂ ਮੇਕ ਸ਼ੋਰ ਕਰਨਾ ਹੈਗਾ ਕਿ ਤੁਸੀਂ ਕਿਸੇ ਕਿਸਮ ਦੀ ਕੋਈ ਤੰਤਰ ਵਿਦਿਆ ਜਾਂ ਮੈਰੀ ਵਿਦਿਆ ਦਾ ਸਹਾਰਾ ਨਹੀਂ ਲੈਣਾ ਹੈਗਾ, ਕਿਉਂਕਿ ਜਦੋਂ ਤੁਸੀਂ ਉਪਾਅ ਦੇ ਨਾਮ ਦੇ ਉੱਤੇ ਏਦਾਂ ਦੇ ਰੋਂਗ ਸਟੈਪ ਲੈਂਦੇ ਹੈਗੇ ਆ, ਪੁੱਠੇ ਸਿੱਧੇ ਸਟੈਪ ਲੈਂਦੇ ਹੈਗੇ ਆ, ਦੈਨ ਯੂ ਗੈਟ ਸਟਕ ਇਨ ਟੂ ਅ ਬਿਗਰ ਮੈਸ ਇਨ ਮੋਰ ਆਫ ਅ ਮੈਸ। ਸੋ ਉਸ ਚੀਜ਼ ਤੋਂ ਤੁਸੀਂ ਬਚੋ। ਜੇ ਤੁਸੀਂ ਕਿਸੇ ਵੀ ਚੀਜ਼ ਬਾਰੇ ਅਨਸ਼ੋਰ ਹੈ ਜਾਂ ਅਨਸਰਟਨ ਆ ਜਾਂ ਇਫ ਇਟ ਡਜ਼ਨਟ ਫੀਲ ਰਾਈਟ, ਮੋਸਟ ਪ੍ਰੋਬਬਲੀ ਇਟ ਇਜ਼ ਨਾਟ ਰਾਈਟ। ਸੋ ਜੇ ਤੁਹਾਨੂੰ ਪਤਾ ਕਿ ਕੋਈ ਚੀਜ਼ ਸਾਡੀ ਸਹੀ ਨਹੀਂ ਹੈਗੀ, ਰਾਈਟ ਨਹੀਂ ਹੈਗੀ, ਤੁਸੀਂ ਇੱਦਾਂ ਦਾ ਸਟੈਪ ਲੈਂਦੇ ਕਿਉਂ ਆ, ਯੂ ਨੋ। ਸੋ ਇਹਦਾ ਤੁਸੀਂ ਜ਼ਰੂਰ ਖਿਆਲ ਰੱਖਣਾ ਹੈਗਾ, ਬੀ ਵੈਰੀ ਵੈਰੀ ਕੋਸ਼ੀਅਸ, ਵੈਰੀ ਕੇਅਰਫੁਲ। ਜਦੋਂ ਤੁਸੀਂ ਕੋਈ ਵੀ ਸਟੈਪ ਲੈਂਦੇ ਹੈਗੇ ਆ, ਚਾਹੇ ਤੁਸੀਂ ਕਿਸੇ ਦੇ ਕਹਿਣ ਤੇ ਲਓ, ਈਵਨ ਇਫ somebody suggests to you or somebody says something to you, thanu kuch keh lo ki tusi upaa de naam te edda kar lo ya odda kar lo, ye launge you will suffer the consequences of that, not the person who told you. So kyunki consequences tusi ta suffer karange kyunki oh karam ta tusi kitte ya, fir tu ode na thodi kismat badal jaugi. Hun karam tusi kiddan de karde ho, keho je karde ho ki jide na thanu fayda hunda ya dusriyan nu fayda hunda ya, eh vi dekhna zaruri hai. Hun tusi kise chef nu le lo, koi vi chef hove, ਉਹਨਾਂ ਦੀ ਜੋਬ ਹੀ ਹੁੰਦੀ ਆ ਪੂਰਾ ਦਿਨ ਉਹਨਾਂ ਨੇ ਕੁਕਿੰਗ ਕਰਦੇ ਰਹਿਣਾ ਆ, ਉਹਨਾਂ ਨੇ ਬਹੁਤ ਟੇਸਟੀ ਫੂਡ ਬਣਾਉਂਦੇ ਰਹਿਣਾ ਆ, ਪਰ ਉਹ ਟੇਸਟੀ ਫੂਡ ਉਹ ਦੂਸਰਿਆਂ ਦੇ ਲਈ ਜ਼ਿਆਦਾ ਬਣਾਉਂਦੇ ਆ, ਆਪਣੇ ਲਈ ਨਹੀਂ, ਯੂ ਨੋ। ਸੋ ਏਦਾਂ ਨਹੀਂ ਕਿ ਜਿੰਨਾ ਵੀ ਖਾਣਾ ਉਹਨਾਂ ਨੇ ਬਣਾ ਕੇ ਉਹ ਬੈਠ ਕੇ ਖਾ ਸਕੂਗੇ, ਦੇ ਵੁਡਨ, ਉਹ ਦੂਸਰੇ ਖਾ ਕੇ ਚਲੇ ਜਾਣਗੇ, ਯੂ ਨੋ। ਉਹ ਸ਼ੈਫ ਤਾਂ ਫਿਰ ਖਾਲੀ ਦਾ ਖਾਲੀ ਰਹਿ ਗਿਆ, ਪਰ ਉਹ ਆਪਣੀ ਲਾਈਫ ਦੇ ਵਿੱਚ ਉਹ ਫਿਰ ਉਹ ਦੂਸਰਿਆਂ ਦੇ ਲਈ ਬਣਾਉਂਦਾ ਆ। ਤੁਸੀਂ ਇਹ ਦੇਖਣਾ ਹੈਗਾ ਕਿ ਤੁਸੀਂ ਕਰਮ ਕਰਦੇ ਹੋ ਤਾਂ ਤੁਸੀਂ ਕਿੱਦਾਂ ਦੇ ਕਰਦੇ ਹੈਗੇ ਆ, ਤੁਸੀਂ ਏਦਾਂ ਦੇ ਕਰਮ ਕਰਨੇ ਕਿ ਜਿਹਦੇ ਨਾਲ ਤੁਹਾਨੂੰ ਫਾਇਦਾ ਹੋਵੇ ਜਾਂ ਦੂਸਰਿਆਂ ਨੂੰ ਫਾਇਦਾ ਹੋਵੇ। ਤੁਸੀਂ ਇਹ ਦੇਖਣਾ ਕਿ ਤੁਹਾਨੂੰ ਕਿੱਦਾਂ ਦਾ ਫਾਇਦਾ ਹੋਵੇ, ਇਮੀਡੀਏਟਲੀ ਉਸ ਕਰਮਾਂ ਦਾ ਰਿਜ਼ਲਟ ਕਿਹਨੂੰ ਮਿਲੇ। ਜੇ ਤੁਸੀਂ ਚਾਹੁੰਦੇ ਕਿ ਤੁਹਾਡੀ ਲਾਈਫ ਦੇ ਵਿੱਚ ਉਹਦਾ ਪੋਜ਼ਿਟਿਵ ਤੁਹਾਨੂੰ ਫਾਇਦਾ ਮਿਲੇ, ਫਿਰ ਤੁਸੀਂ ਸਹੀ ਕਰਮ ਕਰੋ, ਤੁਸੀਂ ਆਪਣੀ ਲਾਈਫ ਨੂੰ ਪੋਜ਼ਿਟਿਵ ਬਣਾਓ, ਸਟਰੋਂਗ ਬਣਾਓ, ਐਂਡ ਦੈਟਸ ਗੋਇੰਗ ਟੂ ਹੈਲਪ ਯੂ ਦ ਬੈਸਟ ਵੇ। ਹੁਣ ਜੇ ਤਾਂ ਅਸੀਂ ਆਪਣੇ ਵੱਲੋਂ ਮਿਹਨਤ ਕਰਦੇ ਹੈਗੇ ਹਾਂ, ਕੋਸ਼ਿਸ਼ ਕਰਦੇ ਹੈਗੇ ਹਾਂ, ਵੀ ਕੈਨ ਡੈਫੀਨੇਟਲੀ ਟਰਨ ਆਰ ਲਾਈਫ ਅਰਾਊਂਡ, ਪਰ ਜੇ ਅਸੀਂ ਆਪਣੇ ਵੱਲੋਂ ਬੋਦਰ ਨਾ ਕਰੀਏ ਜਾਂ ਟਰਾਈ ਨਾ ਕਰੀਏ, ਇਟਸ ਨਾਟ ਗੋਇੰਗ ਟੂ ਹੈਪਨ। ਜੇ ਅਸੀਂ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨਾ ਚਾਹੁੰਦੇ ਹੈਗੇ ਹਾਂ, ਵੀ ਕੈਨ ਡੈਫੀਨੇਟਲੀ ਮੇਕ ਇਟ ਹੈਪਨ, ਕਿਉਂਕਿ ਮੇਰਾ ਇਹ ਵਿਸ਼ਵਾਸ ਹੈਗਾ ਕਿ ਪਰਮਾਤਮਾ ਤੋਂ ਵੱਡੀ ਦੁਨੀਆਂ ਦੇ ਵਿੱਚ ਕੋਈ ਵੀ ਸ਼ਕਤੀ ਨਹੀਂ ਹੈਗੀ। ਇਫ ਯੂ ਥਿੰਕ ਅਦਰਵਾਈਜ਼, ਪਲੀਜ਼ ਇਨਲਾਈਟਨ ਮੀ। ਪਰ ਮੇਰੇ ਮਨ ਦੇ ਵਿੱਚ ਇਹ 100% ਵਿਸ਼ਵਾਸ ਆ ਕਿ ਰੱਬ ਤੋਂ ਵੱਡੀ, ਪਰਮਾਤਮਾ ਤੋਂ ਵੱਡੀ ਕੋਈ ਵੀ ਸ਼ਕਤੀ ਨਹੀਂ ਹੈਗੀ। ਫਿਰ ਤੁਹਾਡਾ ਦੁੱਖ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਤੁਹਾਡੀ ਮੁਸ਼ਕਿਲ ਕਿੰਨੀ ਵੀ ਜ਼ਿਆਦਾ ਨੈਗੇਟਿਵ ਕਿਉਂ ਨਾ ਹੋਵੇ, ਕੋਈ ਵੀ ਵੱਡੀ ਪ੍ਰੋਬਲਮ ਕਿਉਂ ਨਾ ਹੋਵੇ, ਪਰਮਾਤਮਾ ਦੇ ਅੱਗੇ ਉਹ ਕੁਛ ਵੀ ਨਹੀਂ। ਜੇ ਅਸੀਂ ਪਰਮਾਤਮਾ ਦੀ ਸ਼ਕਤੀ ਦਾ ਸੱਚਾ ਸਹਾਰਾ ਲਈਏ, ਕੋਈ ਵੀ ਨੈਗੇਟਿਵਿਟੀ ਉਹਦੇ ਅੱਗੇ ਜ਼ਿਆਦਾ ਟਾਈਮ ਦੇ ਲਈ ਟਿਕ ਨਹੀਂ ਸਕਦੀ ਹੈਗੀ। And that's the method I use for my readings, and that's the method I use for the remedies. Kyunki jadon assi apne vallon reading vi karde ha, main sirf te sirf spirituality da sahara leke thodi reading karde ha. That's why tusi notice kita hoga, I never ever ask you for your personal energy blueprint. Dusri cheez ki jadon tuhanu koi upaa vi ditta janda hai ga ya, if you given a remedy, it would be a spiritual remedy. ਹੁਣ ਕੁਛ ਕੇਸ ਇਹੋ ਜਿਹੇ ਆਉਂਦੇ ਹੈਗੇ ਆ ਕਿ ਜਿੱਥੇ ਲੋਕ ਇਨਸਿਸਟ ਕਰਦੇ ਕਿ ਆਰਤੀ ਜੀ ਅਸੀਂ ਐਸ ਖਾਸ ਧਰਮ ਨੂੰ ਮੰਨਦੇ ਹੈਗੇ ਆ, ਐਂਡ ਵੀ ਓਨਲੀ ਫੋਲੋ ਦਿਸ ਰਿਲੀਜਨ, ਸੋ ਪਲੀਜ਼ ਸਾਨੂੰ ਐਸੀ ਧਰਮ ਦੇ ਨਾਲ ਲਿੰਕਡ ਜਾਂ ਰਿਲੇਟਡ ਕੋਈ ਤੁਸੀਂ ਸਾਨੂੰ ਉਪਾਅ ਦੇ ਦਿਓ, ਦੈਨ ਆਈਲ ਗਿਵ ਯੂ ਦ ਰਿਲੀਜੀਅਸ ਇਕੁਇਵਲੈਂਟ ਰੈਮੇਡੀ। ਪਰ ਇੱਕ ਚੀਜ਼ ਤੁਸੀਂ ਜ਼ਰੂਰ ਯਾਦ ਰੱਖਣੀ ਹੈਗੀ, ਵੈਦਰ ਯੂ ਚੂਜ਼ ਔਰ ਡਿਸਾਈਡ ਟੂ ਡੂ ਏ ਰਿਲੀਜੀਅਸ ਰੈਮੇਡੀ ਜਾਂ ਤੁਸੀਂ ਡਿਸਾਈਡ ਕਰਦੇ ਕਿ ਆਪਾਂ ਸਪਿਰਚੁਅਲ ਰੈਮੇਡੀ ਕਰਨੀ ਹੈਗੀ ਆ, ਵਿਚ ਐਵਰ ਰੈਮੇਡੀ ਯੂ ਵਾਂਟ ਟੂ ਗੋ ਫੋਰ, ਇੱਕ ਚੀਜ਼ ਤੁਸੀਂ ਜ਼ਰੂਰ ਯਾਦ ਰੱਖਣੀ ਹੈਗੀ ਕਿ ਉਹਦੇ ਨਾਲ ਦੇ ਨਾਲ ਉਹਦੇ ਡਿਸਿਪਲਿਨ ਵੀ ਤੁਹਾਨੂੰ ਰੱਖਣੇ ਪਊਗੇ। ਸੋ ਇਫ ਯੂ ਫੋਲੋ ਅ ਰਿਲੀਜੀਅਸ ਰੈਮੇਡੀ, ਉਹਦੇ ਨਾਲ ਤੁਸੀਂ ਸਹੀ ਰਿਲੀਜੀਅਸ ਡਿਸਿਪਲਿਨ ਵੀ ਫੋਲੋ ਕਰੋ। ਜੇ ਤੁਸੀਂ ਕਰਦੇ ਹੈਗੇ ਆ ਸਪਿਰਿਚੁਅਲ ਰੈਮੇਡੀ, ਫਿਰ ਉਹਦੇ ਨਾਲ ਦੇ ਨਾਲ ਤੁਸੀਂ ਸਹੀ ਸਪਿਰਿਚੁਅਲ ਡਿਸਿਪਲਿਨ ਵੀ ਫੋਲੋ ਕਰੋ। ਯੂਨੋ, ਸੋ ਇਹ ਇਟਸ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਦਿਸ। ਜੇ ਤੁਸੀਂ ਆਪਣੀ ਲਾਈਫ ਨੂੰ ਪੋਜ਼ਿਟਿਵ ਬਣਾਉਣਾ ਚਾਹੁੰਦੇ ਹੈਗੇ ਆ, ਯੂ ਕੈਨ ਡੈਫੀਨੇਟਲੀ ਮੇਕ ਇਟ ਹੈਪਨ, ਐਂਡ ਦੈਟਸ ਗੋਇੰਗ ਟੂ ਹੈਲਪ ਯੂ ਮੂਵ ਫੋਰਵਰਡ ਇਨ ਦ ਰਾਈਟ ਵੇ। ਪਰ ਜਦ ਤੱਕ ਤੁਸੀਂ ਆਪਣੇ ਵੱਲੋਂ ਟਰਾਈ ਨਹੀਂ ਕਰਾਂਗੇ ਜਾਂ ਕੋਸ਼ਿਸ਼ ਨਹੀਂ ਕਰਾਂਗੇ, ਇਟਸ ਸਿੰਪਲੀ ਨਾਟ ਗੋਇੰਗ ਟੂ ਹੈਪਨ। ਤੇ ਜੇ ਤੁਸੀਂ ਸੋਚਦੇ ਹੈ ਕਿ ਅਸੀਂ ਲਾਈਕ ਅਸੀਂ ਆਪਣੇ ਵੱਲੋਂ ਆਹ ਰਿਲੀਜੀਅਸ ਰੈਮੇਡੀ ਕਰਨੀ ਹੈਗੀ ਆ, ਪਰ ਅਸੀਂ ਇਹਦੇ ਨਾਲ ਡਿਸਿਪਲਿਨ ਨਹੀਂ ਰੱਖਣੇ ਹੈਗੇ, ਦੈਨ ਯੂ ਕਾਂਟ ਚੈਰੀ ਪਿਕ। ਜਾਂ ਅਸੀਂ ਆਪਣੇ ਵੱਲੋਂ ਸਪਿਰਿਚੁਅਲ ਰੈਮੇਡੀ ਕਰਨੀ ਹੈ, ਬਟ ਵੀ ਡੋਂਟ ਵਾਂਟ ਟੂ ਕੀਪ ਦ ਡਿਸਿਪਲਿਨਸ, ਯੂ ਕਾਂਟ ਚੈਰੀ ਪਿਕ। ਇਟਸ ਯੋਰ ਪ੍ਰੋਬਲਮ, ਇਫ ਯੂ ਵਾਂਟ ਟੂ ਸੋਲਵ ਇਟ, ਇਫ ਯੂ ਵਾਂਟ ਟੂ ਰਿਜ਼ੋਲਵ ਇਟ, ਦੈਨ ਯੂ ਨੀਡ ਟੂ ਡੂ ਇਟ। ਯੂ ਨੋ, ਇਟਸ ਆਲਮੋਸਟ ਲਾਈਕ ਜਿੱਦਾਂ ਕਿ ਜੇ ਤੁਸੀਂ ਆਪਣੀ ਲਾਈਫ ਵਿੱਚ ਕੋਈ ਕਿਸੇ ਪ੍ਰੋਬਲਮ ਦਾ ਕੋਈ ਸੋਲੂਸ਼ਨ ਲੱਭਣਾ ਚਾਹੁੰਦੇ ਆ, ਉਹਦੇ ਲਈ ਤੁਹਾਨੂੰ ਮਿਹਨਤ ਤਾਂ ਕਰਨੀ ਪਊਗੀ। ਵਿਦਆਊਟ ਟਰਾਇੰਗ ਇਟਸ ਨਾਟ ਰੀਲੀ ਗੋਇੰਗ ਟੂ ਹੈਪਨ। ਜੇ ਤੁਸੀਂ ਮਿਹਨਤ ਕਰਨੀ ਆ, ਯੂ ਕਾਂਟ ਪਿਕ ਐਂਡ ਚੂਜ਼ ਕਿ ਮੈਂ ਆਹ ਬਿਟ ਕਰਨਾ ਜਾਂ ਮੈਂ ਉਹ ਬਿਟ ਨਹੀਂ ਕਰਨਾ, ਯੂ ਹੈਵ ਟੂ ਗਿਵ ਇਟ 100%, ਤਾਂ ਹੀ ਤੁਹਾਡੀ ਸੱਚੀ ਯੂ ਨੋ ਤੁਹਾਡੀ ਹੈਲਪ ਹੋਊਗੀ।
ਪਰ ਜੇ ਤੁਸੀਂ ਆਪਣੇ ਵੱਲੋਂ ਬੋਦਰ ਨਹੀਂ ਕਰਦੇ ਜਾਂ ਪੂਰੀ ਆਪਣੇ ਵੱਲੋਂ ਸੱਚੀ ਇਮਾਨਦਾਰ ਕੋਸ਼ਿਸ਼ ਨਹੀਂ ਕਰਦੇ ਹੈਗੇ, ਇਟਸ ਨੋਟ ਗੋਇੰਗ ਟੂ ਹੈਪਨ। ਆਟੋਮੈਟਿਕਲੀ ਲਾਈਫ ਦੇ ਵਿੱਚ ਪੋਜ਼ਿਟਿਵ ਐਨਰਜੀ ਨਹੀਂ ਹੁੰਦੀ ਹੈਗੀ, ਸਾਨੂੰ ਲੈ ਕੇ ਆਉਣੀ ਪੈਂਦੀ ਹੈਗੀ ਆ। ਯੂ ਨੋ, ਸੋ ਯੂ ਮਾਈਟ ਹੈਵ ਦ ਬੈਸਟ ਕਾਰ ਇਨ ਦ ਵਰਲਡ, ਦ ਮੋਸਟ ਅਮੇਜ਼ਿੰਗ ਕਾਰ, ਪਰ ਜੇ ਉਸ ਕਾਰ ਦੇ ਵਿੱਚ ਫਿਊਲ ਹੀ ਨਹੀਂ ਹੈਗਾ, ਵਟਸ ਦ ਪੁਆਇੰਟ? ਤੁਸੀਂ ਇਹਨੂੰ ਚਲਾ ਹੀ ਨਹੀਂ ਸਕਦੇ ਹੈਗੇ, ਇਸ ਕੋਲ ਨੋ ਫਿਊਲ ਇਨ ਇਟ, ਤੁਸੀਂ ਇਹਨੂੰ ਕਿੱਦਾਂ ਚਲਾਓਗੇ? It's not going to go anywhere. There's no point of, you know, literally there's no point of having it. But that's what your and life is like at the moment. You know, you've got the best chance of success. You've got unlimited success waiting for you. But je tusi apni spiritual energy nu enhance nahi karde, unu nahi use karde, you're not going anywhere. ਜੇ ਤੁਸੀਂ ਸਿਰਫ ਕੰਮ ਹੀ ਚਲਾਉਣਾ ਹੈਗਾ ਆ ਕਿ ਹਾਂ ਚਲੋ ਜਿੱਦਾਂ ਕਿ ਥੋੜ੍ਹੀ ਬਹੁਤ ਆਈ ਚਲਾਈ ਰਹੇ, ਥੋੜ੍ਹਾ ਬਹੁਤ ਸਾਰਾ ਕੰਮ ਠੀਕ ਰਹੇ, ਲਾਈਫ ਥੋੜ੍ਹੀ ਬਹੁਤ ਨੋਰਮਲ ਰਹੇ, ਉਹ ਠੀਕ ਆ, ਐਂਡ ਦੈਨ ਦੈਟਸ ਯੋਰ ਚੋਇਸ। ਬਟ ਆਈ ਵੁੱਡ ਡੈਫੀਨੇਟਲੀ ਇਨਕਰੇਜ ਯੂ ਟੂ ਮੇਕ ਦ ਬੈਸਟ ਆਫ ਲਾਈਫ, ਕਿਉਂਕਿ ਪਰਮਾਤਮਾ ਨੇ ਜ਼ਿੰਦਗੀ ਜੀਣ ਦਾ ਮੌਕਾ ਸਾਨੂੰ ਦਿੱਤਾ ਹੈਗਾ ਆ, ਅਤੇ ਸਾਨੂੰ ਇਹਦਾ ਡੈਫੀਨੇਟਲੀ ਪੂਰਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈਗਾ ਆ। ਜਿੰਨਾ ਪੋਜ਼ਿਟਿਵ ਤੁਸੀਂ ਆਪਣੀ ਲਾਈਫ ਨੂੰ ਬਣਾਉਣਾ ਚਾਹੁੰਦੇ ਹੋ, ਜਿੰਨਾ ਸਟਰੋਂਗ ਆਪਣੀ ਲਾਈਫ ਨੂੰ ਬਣਾਉਣਾ ਚਾਹੁੰਦੇ ਹੋ, ਉਨਾ ਬਣਾ ਸਕਦੇ ਹੈਗੇ ਆ। ਲਾਈਫ ਦੇ ਵਿੱਚ ਤੁਸੀਂ ਜਿੰਨੇ ਜ਼ਿਆਦਾ ਸਕਸੈਸਫੁਲ ਹੋਣਾ ਚਾਹੁੰਦੇ ਆ, ਉਨੇ ਜ਼ਿਆਦਾ ਸਕਸੈਸਫੁਲ ਵੀ ਹੋ ਸਕਦੇ ਹੈਗੇ ਆ। ਓਬਵੀਅਸਲੀ ਤੁਹਾਨੂੰ ਆਪਣੇ ਵੱਲੋਂ ਸਹੀ ਟਾਈਮ 'ਤੇ ਸਹੀ ਮਿਹਨਤ ਕਰਨੀ ਪਊਗੀ, ਸਹੀ ਕੋਸ਼ਿਸ਼ ਕਰਨੀ ਪਊਗੀ, ਐਂਡ ਦੈਟਸ ਗੋਇੰਗ ਟੂ ਹੈਲਪ ਯੂ ਦ ਬੈਸਟ ਵੇ। ਪਰ ਜਦ ਤੱਕ ਤੁਸੀਂ ਆਪਣੇ ਵੱਲੋਂ ਸੱਚੀ ਇਮਾਨਦਾਰ ਕੋਸ਼ਿਸ਼ ਨਹੀਂ ਕਰਦੇ ਹੈਗੇ ਜਾਂ ਸਹੀ ਮਿਹਨਤ ਨਹੀਂ ਕਰਦੇ ਹੈਗੇ, ਇਟਸ ਨੋਟ ਗੋਇੰਗ ਟੂ ਹੈਪਨ। ਹੁਣ ਤੁਸੀਂ ਡਿਸਾਈਡ ਕਰੋ ਕਿ ਐਕਚੁਅਲੀ ਤੁਸੀਂ ਚਾਹੁੰਦੇ ਕੀ ਆ, ਵਿਚ ਸੋਰਟ ਆਫ ਐਨਰਜੀ ਇਜ਼ ਇਟ ਦੈਟ ਯੂ ਵਾਂਟ ਟੂ ਬ੍ਰਿੰਗ ਇਨ ਟੂ ਯੋਰ ਲਾਈਫ। ਜੇ ਤਾਂ ਤੁਸੀਂ ਆਪਣੀ ਲਾਈਫ ਨੂੰ ਇੰਪਾਵਰ ਕਰਨਾ ਚਾਹੁੰਦੇ ਆ, ਪੋਜ਼ਿਟਿਵ ਬਣਾਉਣਾ ਚਾਹੁੰਦੇ ਹੈਗੇ ਆ, ਡੈਫੀਨੇਟਲੀ ਯੂ ਕੈਨ ਮੇਕ ਇਟ ਹੈਪਨ। ਤੁਸੀਂ ਆਪਣੇ ਵੱਲੋਂ ਸੱਚੀ ਇਮਾਨਦਾਰ ਕੋਸ਼ਿਸ਼ ਕਰੋ, ਸਹੀ ਮਿਹਨਤ ਕਰੋ, ਤੇ ਦੇਖੋ ਕੀ ਕੁਛ ਨਹੀਂ ਹੋ ਸਕਦਾ ਹੈਗਾ। ਪਰ ਜਦ ਤੱਕ ਤੁਸੀਂ ਆਪਣੇ ਵੱਲੋਂ ਬੋਦਰ ਨਹੀਂ ਕਰਦੇ ਹੈਗੇ, ਟਰਾਈ ਨਹੀਂ ਕਰਦੇ ਹੈਗੇ, ਇਟਸ ਨੋਟ ਗੋਇੰਗ ਟੂ ਹੈਪਨ। ਸੋ ਇਟ ਆਲ ਕਮਸ ਡਾਊਨ ਟੂ ਯੂ, ਯੂ ਨੀਡ ਟੂ ਡਿਸਾਈਡ। ਤੇ ਜੇ ਤੁਸੀਂ ਸੀਰੀਅਸਲੀ ਆਪਣੀ ਲਾਈਫ ਨੂੰ ਪੋਜ਼ਿਟਿਵ ਬਣਾਉਣਾ ਹੈ ਨਾ, ਯੂ ਵੁੱਡ ਹੈਵ ਕਾਲਡ ਦ 0208 ਨੰਬਰ ਆਲਰੇਡੀ, ਤੁਸੀਂ ਆਲਰੇਡੀ ਯੂ ਵੁੱਡ ਹੈਵ ਗਿਵਨ ਅ 7 ਮਿਸਡ ਕਾਲ। ਸੋ ਥਿੰਕ ਅਬਾਊਟ ਇਟ ਅ ਲਿਟਲ ਬਿਟ। ਆਈ ਐਮ ਗੋਇੰਗ ਟੂ ਗੋ ਫॉर ਅ ਸ਼ੋਰਟ ਬ੍ਰੇਕ, ਆਈਲ ਸੀ ਯੂ ਗਾਇਜ਼ ਆਫਟਰ ਅ ਸ਼ੋਰਟ ਬ੍ਰੇਕ। ਥੈਂਕ ਯੂ। Tired of always running out of data? Don't worry, we've got you covered. With Leica Mobile's UK Plan Ultra, you get a phone-busting 15 gigabytes of data, unlimited UK minutes and texts, and 100 international minutes for just £12 for 30 days. That's a limited-time offer of over 50% off when bought online with a new SIM order. That's big data and big value. Visit leicamobile.co.uk today to see the full offer. Terms and conditions apply. जामवंत के बचन सुहाए, सुने हनुमंत हृदय अति भाए, तब लगी मोहि पर खेहु तुम भाई, सरि दुख तंग मूल पलिया, पर रामचंद्र पद जय शरण, जय जय सिया राम शंकर हरि ओ। जीवन का सार सत्संग। गीता मनीषी स्वामी ज्ञानानंद जी महाराज की प्रेरणा से हिंदू काउंसिल यूके, गवर्नमेंट ऑफ हरियाणा, कुरुक्षेत्र डेवलपमेंट बोर्ड और जियो गीता आपको सादर निमंत्रित करते हैं। आइए शामिल होइए लंदन में आयोजित इंटरनेशनल गीता महोत्सव में। इंटरनेशनल गीता सेमिनार ऑन 10th August at Logan Hall, University College London, from 11:30. Gita Yagna and Gita Sadbhavna Yatra on 11th August at Sri Ram Mandir, South Hall, from 9:30. Let's celebrate International Gita Mahotsav at London. Hilton Hyde, West London ke sabse shandar hotels mein se ek. With 303 air-conditioned rooms and suites, one of the largest banquet spaces in London, meeting room for up to 1200 people, conferences, musical function, weddings, ya koi bhi gathering, manpasand bhojan, shandar ayojan aur behtareen venue, 400 gaadiyon ki parking ke saath, Hilton Hyde. For bookings, call 0208 572 1818. For days, little Usman waited to be fed. His mum did all she could, but there was just not enough food.
Weak and exhausted, he waited for someone to take away his aching hunger, for someone to save his life. Usman isn't alone. Right now, many more terribly malnourished children are waiting for help. Sick with hunger, they're waiting for someone to save them. Save the Children know they can't wait much longer, so we're doing all we can. Getting sick, malnourished babies to hospital. Getting them to the doctors who can save their lives. But to survive, these children need you. Please call 0800-038-1435 and give just £2 a month now. You can make sure vulnerable babies get the care they urgently need. You can make sure they get nourishing emergency food. And with regular checkups, you can make sure sick and hungry children don't have to wait to get help. Please don't wait. Call Save the Children on 0800-038-1435 and give just £2 a month. Because right now, hungry children are waiting for someone to save them. Thank you. ਤੁਹਾਨੂੰ ਸਾਰਿਆਂ ਨੂੰ ਬ੍ਰੇਕ ਪਸੰਦ ਆਇਆ ਹੋਗਾ, ਤੁਹਾਨੂੰ ਸਾਰਿਆਂ ਨੂੰ ਯਾਦ ਆ ਰਿਹਾ ਕਿਉਂਕਿ ਅੱਜ ਦਾ ਸ਼ੋਅ ਤੁਹਾਡੇ ਸਾਹਮਣੇ ਲਾਈਵ ਇੰਟਰੈਕਟਿਵ ਸ਼ੋਅ ਹੈਗਾ ਆ, ਤੁਹਾਡੇ ਸਾਹਮਣੇ ਪੂਰੀ 2 ਵਜੇ ਤੱਕ ਰਹੂਗਾ। ਸੋ ਯੂਵ ਗੋ ਅਪ ਇਨਟੂ 2 ਪੀਐਮ ਟੂਡੇ ਟੂ ਗਿਵ ਮੀ ਅ ਕੋਡ ਇਨ ਦ ਲਾਈਵ ਇੰਟਰੈਕਟਿਵ ਸ਼ੋਅ। ਜੇ ਤੁਸੀਂ ਹੁਣੀ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕੋਲ ਔਨ ਦ 090 ਨੰਬਰ। ਅਦਰਵਾਈਜ਼ ਇਫ ਯੂ ਵਾਂਟ ਟੂ ਸਪੀਕ ਟੂ ਮੀ ਆਫ ਏ ਦੈਨ ਡੈਫੀਨਿਟਲੀ ਗਿਵ ਅਸ ਅ ਮਿਸਡ ਕੋਲ ਟੂਡੇ ਔਨ ਦ 0208 ਨੰਬਰ। ਇਫ ਯੂ ਆਰ ਕਾਲਿੰਗ ਫਰਮ ਅ ਪ੍ਰਾਈਵੇਟ ਨੰਬਰ ਦੈਨ ਲੀਵ ਅ ਸ਼ੋਰਟ ਮੈਸੇਜ ਫਾਰ ਅਸ ਸੋ ਦੈਟ ਵੀ ਕੈਨ ਕਾਲ ਯੂ ਬੈਕ ਐਂਡ ਵੀ ਡੂ ਆਰ ਬੈਸਟ ਟੂ ਹੈਲਪ ਯੂ। ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਦੈਟ ਇਟਸ ਯੋਰ ਲਾਈਫ, ਇਟਸ ਯੋਰ ਐਨਰਜੀ ਐਂਡ ਇਟਸ ਅਪ ਟੂ ਯੂ ਟੂ ਇੰਪਰੂਵ ਇਟ। ਜੇ ਤੁਸੀਂ ਆਪਣੀ ਲਾਈਫ ਵਿੱਚ ਕੋਈ ਸਟਰੋਂਗ ਐਨਰਜੀ ਲੈ ਕੇ ਆਉਣਾ ਚਾਹੁੰਦੇ, ਕੋਈ ਸਟਰੋਂਗ ਇੰਪਰੂਵਮੈਂਟ ਲੈ ਕੇ ਆਉਣਾ ਚਾਹੁੰਦੇ ਹੈਗੇ ਆ, ਦੈਨ ਵਟ ਯੂ ਨੀਡ ਟੂ ਡੂ ਇਜ਼ ਫੋਕਸ ਯੋਰ ਐਫਰਟਸ, ਯੋਰ ਐਨਰਜੀ ਔਨ ਇੰਪਰੂਵਿੰਗ ਯੋਰ ਲਾਈਫ। ਜਿਸ ਵੀ ਚੀਜ਼ ਦੇ ਉੱਤੇ ਤੁਸੀਂ ਆਪਣਾ ਧਿਆਨ ਦਿੰਦੇ ਆ, ਜਿਸ ਵੀ ਚੀਜ਼ ਦੇ ਉੱਤੇ ਤੁਸੀਂ ਫੋਕਸ ਕਰਦੇ ਆ, ਉਹੀ ਚੀਜ਼ ਤੁਹਾਡੀ ਜ਼ਿੰਦਗੀ ਦੀ ਹਕੀਕਤ ਬਣ ਜਾਂਦੀ ਹੈਗੀ ਆ। ਜਦੋਂ ਤੁਸੀਂ ਕੰਸੈਂਟਰੇਟ ਕਰਦੇ ਆ, ਫੋਕਸ ਕਰਦੇ ਆ, ਤੁਸੀਂ ਆਪਣੀ ਲਾਈਫ ਨੂੰ ਬਦਲ ਸਕਦੇ ਆ, ਚੇਂਜ ਕਰ ਸਕਦੇ ਆ। ਸੋ ਈਵਨ ਇਫ ਯੂ ਵਾਂਟ ਟੂ ਬ੍ਰਿੰਗ ਐਨੀ ਸੋਰਟ ਆਫ ਚੇਂਜ, ਕੋਈ ਛੋਟੀ ਤੋਂ ਛੋਟੀ ਚੇਂਜ ਹੋਵੇ, ਵੱਡੀ ਤੋਂ ਵੱਡੀ ਚੇਂਜ ਹੋਵੇ, ਯੂ ਵਾਂਟ ਟੂ ਬ੍ਰਿੰਗ ਚੇਂਜ ਇਨ ਟੂ ਯੋਰ ਲਾਈਫ, ਦੈਨ ਉਸ ਚੇਂਜ ਨੂੰ ਤੁਸੀਂ ਆਪਣੀ ਜ਼ਿੰਦਗੀ ਚ ਡੈਫੀਨੇਟਲੀ ਲੈ ਕੇ ਆ ਸਕਦੇ ਹੈਗੇ ਆ। ਬਟ ਹਾਊ ਡਸ ਦੈਟ ਚੇਂਜ ਕਮ, ਹਾਊ ਡਸ ਇਟ ਆਲ ਸਟਾਰਟ? ਸਭ ਤੋਂ ਪਹਿਲਾਂ ਤੁਹਾਡੀ ਸੋਚ ਸ਼ੁੱਧ ਹੋਣੀ ਚਾਹੀਦੀ ਹੈਗੀ ਆ। It's your thinking, your thoughts, which are very, very powerful. They're way more powerful than you've ever imagined or you've ever thought. So, jehdi thodi soch a bahut jyada shaktishali hai, bahut powerful hai. Je sadi soch shuddh hove, positive hove, phir sade actions apne aap positive honge. Je sade actions positive honge, unna de reaction positive honge, to sadi zindagi sahi chalugi. Jadon sadi soch de vich kitna kite koi khot aa jandi, koi problem aa jandi hai, ਉਸ ਵੇਲੇ ਫਿਰ ਸਾਡੀ ਐਨਰਜੀ ਵੀ ਚੇਂਜ ਹੋ ਜਾਂਦੀ ਹੈ। ਸੋ ਟਰਾਈ ਟੂ ਕੀਪ ਯੂਰ ਥੋਟਸ ਪੋਜ਼ਿਟਿਵ। ਜਦੋਂ ਤੁਸੀਂ ਇਹ ਦੇਖਦੇ ਹੈਗੇ ਕਿ ਹਾਂ ਮੈਂ ਆਪਣੀ ਲਾਈਫ ਨੂੰ ਸਕਸੈਸਫੁਲ ਬਣਾਉਣਾ ਹੈ ਜਾਂ ਪੋਜ਼ਿਟਿਵ ਬਣਾਉਣਾ ਹੈ, ਮੈਂ ਆਪਣੀ ਲਾਈਫ 'ਚ ਰਾਈਟ ਐਨਰਜੀ ਲੈ ਕੇ ਆਉਣਾ ਚਾਹੁੰਦਾ ਹਾਂ, ਲੈ ਕੇ ਆਉਣਾ ਚਾਹੁੰਦੀ ਹਾਂ, ਦੈਨ ਯੂ ਫੋਕਸ ਯੂਰ ਐਨਰਜੀ ਔਨ ਯੋਰ ਸੈਲਫ। ਤੇ ਤੁਸੀਂ ਦੇਖਦੇ ਕਿ ਹਾਂ ਮੈਂ ਆਪਣੀ ਲਾਈਫ ਨੂੰ ਸਕਸੈਸਫੁਲ ਬਣਾਉਣ ਦੇ ਲਈ ਮੈਂ ਕੀ ਕਰਨਾ ਹੈ, ਮੈਂ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਮੈਂ ਕੀ ਕੀ ਕਰਨਾ ਹੈਗਾ ਆ। ਐਂਡ ਯੂ ਟਰਾਈ ਟੂ ਟਿਕ ਦ ਬੋਕਸਿਸ ਐਂਡ ਯੂ ਟਰਾਈ ਟੂ ਟੇਕ ਵਨ ਸਟੈਪ ਐਟ ਅ ਟਾਈਮ ਐਂਡ ਯੂ ਮੂਵ ਫੋਰਵਰਡ।
ਪਰ ਅਨਫੋਰਚੂਨੇਟਲੀ ਕਈ ਵਾਰੀ ਜਿਹੜੀ ਨੈਗੇਟਿਵਿਟੀ ਹੁੰਦੀ ਹੈਗੀ ਆ ਇਟ ਟ੍ਰਾਈਜ਼ ਟੂ ਡਰੈਗ ਯੂ ਡਾਊਨ ਤੁਹਾਨੂੰ ਡਰੈਗ ਡਾਊਨ ਇਹ ਕਿਸ ਤਰੀਕੇ ਨਾਲ ਕਰਦੀ ਹੈਗੀ ਆ ਵੈਰੀ ਸਿੰਪਲ ਇਟ ਲੈਟਸ ਯੂਰ ਈਗੋ ਕਮਿੰਗ ਟੂ ਪਲੇ ਐਂਡ ਵੈਨ ਯੂਰ ਈਗੋ ਕਮਸ ਇਨ ਟੂ ਪਲੇ ਤੁਹਾਡੇ ਵਿੱਚ ਮੈਂ ਆ ਜਾਂਦੀ ਹੈ ਤੇ ਇੱਕ ਵਾਰੀ ਤੁਹਾਡੇ ਵਿੱਚ ਉਹ ਮੈਂ ਆ ਗਈ ਉਹ ਮੈਂ ਤੁਹਾਨੂੰ ਥੱਲੇ ਸਿੱਟ ਕੇ ਹੀ ਸਾਹ ਲੈਂਦੀ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹੈਗੀ ਆ ਕਿ ਤੁਸੀਂ ਜਿੱਦਾਂ ਨਾ ਕਿੱਦਾਂ ਕਰਕੇ ਥੱਲੇ ਗਿਰ ਜਾਓ ਉਸ ਮੈਂ ਦੀ ਵਜ੍ਹਾ ਨਾਲ ਕਈ ਵਾਰੀ ਤੁਸੀਂ ਜਿਹੜੇ ਤੁਹਾਡੇ ਲੋਕ ਤੁਹਾਡੀ ਮਦਦ ਵੀ ਕਰਦੇ ਆ ਤੁਹਾਡੀ ਹੈਲਪ ਵੀ ਕਰਦੇ ਆ ਸਮਟਾਈਮਸ ਯੂ ਡਿਸਰਿਸਪੈਕਟਿੰਗ ਦੈਮ ਤੁਸੀਂ ਉਹਨਾਂ ਨੂੰ ਵੀ ਨਹੀਂ ਕੁਛ ਸਮਝਦੇ ਹੈਗੇ ਤੁਸੀਂ ਉਹਨਾਂ ਨੂੰ ਵੀ ਕੋਈ ਇੱਜ਼ਤ ਨਹੀਂ ਦਿੰਦੇ ਜਾਂ ਕੋਈ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ ਹੈਗੇ ਜਿਹੜੇ ਤੁਹਾਡੇ ਟੀਚਰਸ ਹੁੰਦੇ ਆ ਸਾਡੇ ਗਾਈਡਸ ਹੁੰਦੇ ਆ ਤੁਸੀਂ ਉਹਨਾਂ ਨੂੰ ਵੀ ਸੋਚਦੇ ਹੈਗੇ ਕਿ ਇਹਨੂੰ ਕੀ ਪਤਾ ਇਹਨਾਂ ਦਾ ਚਾਰ ਤਾਂ ਮੈਨੂੰ ਅਕਲ ਆ ਐਂਡ ਯੂ ਕੀਪ ਮੂਵਿੰਗ ਫੋਰਵਰਡ ਐਂਡ ਵੈਨ ਯੂ ਆਰ ਵੈਰੀ ਈਗੋ ਡਰਿਵਨ ਉਸ ਵੇਲੇ ਤੁਸੀਂ ਯੂ ਫੀਲ ਤੁਹਾਨੂੰ ਕਈ ਵਾਰੀ ਇੱਦਾਂ ਫੀਲ ਹੋ ਸਕਦਾ ਹੈਗਾ ਕਿ ਤੁਸੀਂ ਸਾਰਿਆਂ ਦੇ ਨਾਲੋਂ ਬੈਟਰ ਹਾਂ ਯੂਅਰ ਅਬਵ ਐਵਰੀਬਾਡੀ ਐਂਡ ਯੂਅਰ ਬੈਟਰ ਦੈਨ ਐਵਰੀਬਾਡੀ ਐਂਡ ਬਿਕੋਜ਼ ਆਫ ਦੈਟ ਈਗੋ ਡਰਿਵਨ ਐਨਰਜੀ ਤੁਸੀਂ ਜਦੋਂ ਉੱਤੇ ਨੂੰ ਹੀ ਦੇਖਦੇ ਹੈਗੇ ਅੱਗੇ ਨੂੰ ਹੀ ਦੇਖਦੇ ਹਾਂ ਕਿ ਮੈਂ ਸਿਰਫ ਆਪਣੇ ਮੈਨੂੰ ਆਪਣੀ ਪਈ ਆ ਮੈਨੂੰ ਹੋਰ ਕਿਸੇ ਦੀ ਮੈਨੂੰ ਕੋਈ ਫਿਕਰ ਨਹੀਂ ਕੋਈ ਕੇਅਰ ਨਹੀਂ ਹੈਗੀ ਐਂਡ ਯੂ ਓਨਲੀ ਲੁੱਕ ਐਟ ਯੂਰਸੈਲਫ ਦੈਨ ਯੂ ਆਰ ਮੋਰ ਲਾਈਕਲੀ ਟੂ ਫਾਲ ਫਲੈਟ ਔਨ ਯੂਰ ਫੇਸ ਜਦੋਂ ਫਿਰ ਤੁਸੀਂ ਇੱਕਦਮ ਥੱਲੇ ਗਿਰਦੇ ਹੈਗੇ ਆ ਕੁਛ ਲੋਕਾਂ ਨੂੰ ਤਾਂ ਉਸ ਚੀਜ਼ ਤੋਂ ਅਕਲ ਆ ਜਾਂਦੀ ਹੈਗੀ ਆ ਕੁਛ ਲੋਕ ਫਿਰ ਦੁਬਾਰ ਤੇ ਥੱਲੇ ਗਿਰ ਕੇ ਫਿਰ ਉਹ ਫਿਰ ਉਹ ਸੇਮ ਪੈਟਰਨ ਉਹ ਰਿਪੀਟ ਕਰਦੇ ਆ ਸੋ ਜਿਹੜਾ ਉਹਨਾਂ ਦਾ ਥੱਲੇ ਗਿਰਨਾ ਵੀ ਹੁੰਦਾ ਹੈਗਾ ਚਾਹੇ ਉਹਨਾਂ ਦੀ ਆਪਣੀ ਗਲਤੀ ਆ ਉਹ ਦੂਸਰਿਆਂ ਤੇ ਬਲੇਮ ਕਰੂਗੇ ਉਹਨਾਂ ਨੇ ਆਪਣੀ ਗਲਤੀ ਮੰਨਣੀ ਨਹੀਂ ਹੈਗੀ ਕਿ ਵੀ ਵਰ ਨਾਟ ਸੀਇੰਗ ਥਿੰਗਸ ਦ ਰਾਈਟ ਵੇ ਦੇ ਗੋਇੰਗ ਟੂ ਟ੍ਰਾਈ ਟੂ ਫਾਈਂਡ ਸਮਬਡੀ ਟੂ ਪਿਕ ਔਨ ਸਮਥਿੰਗ ਸਮਬਡੀ ਟੂ ਬਲੇਮ ਇਹਨੇ ਸੇ ਜਦੋਂ ਵੀ ਸਾਡੀ ਲਾਈਫ ਵਿੱਚ ਕੋਈ ਪ੍ਰੋਬਲਮ ਹੁੰਦੀ ਹੈਗੀ ਹੈ ਜਾਂ ਕੋਈ ਨੈਗੇਟਿਵਿਟੀ ਆਉਂਦੀ ਹੈਗੀ ਹੈ ਵੀ ਕੈਨ ਬਲੇਮ ਐਨੀਥਿੰਗ ਕੁਛ ਲੋਕ ਤਾਂ ਇੰਨੇ ਜ਼ਿਆਦਾ ਬੁਖਲਾ ਜਾਂਦੇ ਹੈਗੇ ਆ ਕਿ ਉਹ ਚੰਦਰਮਾ ਨੂੰ ਵੀ ਨਹੀਂ ਛੱਡਦੇ ਹੈਗੇ ਸੂਰਜ ਨੂੰ ਵੀ ਨਹੀਂ ਛੱਡਦੇ ਹੈਗੇ ਤਾਰਿਆਂ ਨੂੰ ਵੀ ਨਹੀਂ ਛੱਡਦੇ ਹੈਗੇ ਯੂ ਬਲੇਮ ਦ ਸਕਾਈਜ਼ ਯੂ ਬਲੇਮ ਗੋਡ ਤੁਸੀਂ ਪਰਮਾਤਮਾ ਨੂੰ ਬਲੇਮ ਕਰਾਂਗੇ ਕਿ ਰੱਬ ਦੀ ਵਜ੍ਹਾ ਨਾਲ ਮੇਰੇ ਨਾਲ ਏਦਾਂ ਹੋਇਆ ਜਾਂ ਇਹਦੀ ਵਜ੍ਹਾ ਨਾਲ ਏਦਾਂ ਹੋਇਆ ਜਾਂ ਉਹਦੀ ਵਜ੍ਹਾ ਨਾਲ ਏਦਾਂ ਹੋਇਆ ਪਰ ਰੀਅਲੀ ਲੁੱਕ ਐਟ ਯੂਰਸੈਲਫ ਐਂਡ ਬੀ ਓਨੈਸਟ ਐਂਡ ਆਸਕ ਯੂਰਸੈਲਫ ਕਿਹਦੀ ਵਜ੍ਹਾ ਨਾਲ ਏਦਾਂ ਹੋਇਆ ਜਿਹੜੀਆਂ ਤੁਹਾਡੀ ਲਾਈਫ ਦੇ ਵਿੱਚ ਅੱਜ ਤੱਕ ਜੋ ਵੀ ਪ੍ਰੋਬਲਮਸ ਆਈਆਂ ਆ ਜਾਂ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਓਪਰਚੁਨਿਟੀਜ਼ ਵੀ ਆਈਆਂ ਆ ਕੋਈ ਵੀ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਈ ਹੈਗੀ ਆ ਵੱਡੀ ਤੋਂ ਵੱਡੀ ਚੀਜ਼ ਛੋਟੀ ਤੋਂ ਛੋਟੀ ਚੀਜ਼ ਐਨੀ ਹੈਪੀਨੈਸ ਐਨੀ ਸੋਰੋ ਐਨੀਥਿੰਗ ਐਵਰੀਥਿੰਗ ਦੈਟਸ ਹੈਪਨ ਇਨ ਯੋਰ ਲਾਈਫ ਇਟਸ ਆਲ ਐਨ ਰਿਜ਼ਲਟ ਆਫ ਯੋਰ ਕਰਮ ਜਿਹੜੇ ਤੁਹਾਡੇ ਕਰਮ ਆ ਉਹਦਾ ਸਾਰਾ ਰਿਜ਼ਲਟ ਇਹੀ ਆ ਜੋ ਤੁਹਾਡੀ ਜ਼ਿੰਦਗੀ 'ਚ ਅੱਜ ਹੋ ਰਿਹਾ ਆ ਐਂਡ ਜੇ ਤੁਹਾਡੇ ਕਰਮ ਆ ਉਹਦੀ ਵਜ੍ਹਾ ਦੇ ਨਾਲ ਤੁਸੀਂ ਆਪਣੇ ਆਸ ਪਾਸ ਦੀ ਐਨਰਜੀ ਨੂੰ ਇਨਫਲੂਐਂਸ ਕਰਦੇ ਆ ਇਟਸ ਨੋਟ ਦੀ ਅਦਰ ਵੇ ਅਰਾਊਂਡ ਜਿਹੜੀ ਤੁਹਾਡੀ ਆਸ ਪਾਸ ਦੀ ਐਨਰਜੀ ਹੈਗੀ ਆ ਉਹ ਤੁਹਾਡੇ ਕਰਮਾਂ ਨੂੰ ਨਹੀਂ ਇਨਫਲੂਐਂਸ ਕਰਦੀ ਹੈਗੀ ਤੁਹਾਡੀ ਐਨਰਜੀ ਤੁਹਾਡੀ ਆਸ ਪਾਸ ਦੀ ਐਨਰਜੀ ਨੂੰ ਇਨਫਲੂਐਂਸ ਕਰਦੀ ਹੈਗੀ ਹੈ ਜੇ ਤੁਸੀਂ ਕਈ ਵਾਰੀ ਤੁਸੀਂ ਏਦਾਂ ਦਾ ਐਕਸਪੀਰੀਅੰਸ ਸ਼ਾਇਦ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਲਿੱਤਾ ਹੋਊਗਾ ਜਾਂ ਤੁਹਾਡੇ ਨਾਲ ਹੋਇਆ ਹੋਊਗਾ ਕਿ ਸ਼ਾਇਦ ਤੁਸੀਂ ਕਿਸੇ ਕਮਰੇ ਦੇ ਵਿੱਚ ਗਏ ਹਾਂ ਤੇ ਉੱਥੇ ਹੁਣੀ ਹੁਣੀ ਦੋ ਜਾਣੇ ਦੀ ਲੜਾਈ ਹੋ ਕੇ ਹਟੀ ਹੁੰਦੀ ਹੈਗੀ ਆ ਜਾਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਝਗੜਾ ਹੋ ਕੇ ਹਟਿਆ ਹੋਇਆ ਹੁੰਦਾ ਹੈਗਾ ਆ ਵੈਨ ਯੂ ਵੋਕ ਇਨ ਟੂ ਦੈਟ ਰੂਮ ਉਸ ਰੂਮ ਦੀ ਐਨਰਜੀ ਹੀ ਡਿਫਰੈਂਟ ਹੁੰਦੀ ਹੈਗੀ ਆ ਜਸਟ ਫਿਊ ਰਾਈਟ ਤੁਹਾਨੂੰ ਇਦਾਂ ਲੱਗਦਾ ਕਿ ਇੱਥੇ ਕੁਛ ਨਾ ਕੁਛ ਹੋਇਆ ਆ ਜਾਂ ਜੇ ਤੁਸੀਂ ਲਾਈਫ ਦੇ ਵਿੱਚ ਕੋਈ ਇਹੋ ਜਿਹੀ ਸਿਚੁਏਸ਼ਨ ਐਕਸਪੀਰੀਅੰਸ ਕੀਤੀ ਹੈ ਕਿ ਤੁਸੀਂ ਕਿਤੇ ਅਫਸੋਸ ਕਰਨ ਗਏ ਹੈਗੇ ਆ ਤੁਸੀਂ ਉਸ ਜਗ੍ਹਾ ਤੇ ਜਾਂਦੇ ਹੈਗੇ ਆ ਦ ਐਨਰਜੀ ਆਫ ਦੈਟ ਪਲੇਸ ਇਜ਼ ਵੈਰੀ ਵੈਰੀ ਡਿਫਰੈਂਟ ਇਟਸ ਜਸਟ ਨੋਟ ਦ ਸੇਮ ਸੋ ਤੁਹਾਨੂੰ ਪਤਾ ਲੱਗ ਜਾਂਦਾ ਕਿ ਇੱਥੇ ਦੀ ਐਨਰਜੀ ਸਹੀ ਨਹੀਂ ਹੈਗੀ ਜਦੋਂ ਵੀ ਅਸੀਂ ਆਪਣੀ ਲਾਈਫ ਦੇ ਵਿੱਚ ਅਸੀਂ ਦੇਖਦੇ ਹੈਗੇ ਹਾਂ ਕਿ ਅਸੀਂ ਕਿਸੇ ਵੀ ਜਗ੍ਹਾ ਤੇ ਜਾਂਦੇ ਹੈਗੇ ਹਾਂ ਹਾਓ ਵੀ ਆ ਵਟ ਵੀ ਕੈਰੀ ਵਿਦ ਅਸ ਦੈਟ ਐਨਰਜੀ ਸਟੇਜ ਵਿਦ ਅਸ ਸੋ ਉਸ ਐਨਰਜੀ ਦੀ ਵਜ੍ਹਾ ਨਾਲ ਸਾਡਾ ਇਨਵਾਇਰਮੈਂਟ ਵੀ ਇਫੈਕਟ ਹੋ ਜਾਂਦਾ ਹੈ ਜੇ ਅਸੀਂ ਖੁਦ ਖੁਸ਼ ਰਹੀਏ ਅਸੀਂ ਆਪਣੀ ਐਨਰਜੀ ਨੂੰ ਪੋਜ਼ਿਟਿਵ ਰਹੀਏ ਤੇ ਫਿਰ ਅਸੀਂ ਆਪਣੇ ਆਸ ਪਾਸ ਦੀ ਐਨਰਜੀ ਨੂੰ ਵੀ ਪੋਜ਼ਿਟਿਵ ਬਣਾ ਲਾਂਗੇ ਪਰ ਜੇ ਅਸੀਂ ਆਪਣੀ ਐਨਰਜੀ ਨੂੰ ਪੋਜ਼ਿਟਿਵ ਨਹੀਂ ਹੋਣ ਦਿੰਦੇ ਹੈਗੇ ਦੈਨ ਇਟਸ ਨੋਟ ਗੋਇੰਗ ਟੂ ਹੈਪਨ ਇਟਸ ਨੋਟ ਗੋਇੰਗ ਟੂ ਚੇਂਜ ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ ਤੁਹਾਡੀ ਲਾਈਫ ਦੇ ਵਿੱਚ ਰਾਈਟ ਐਨਰਜੀ ਆਵੇ ਜਾਂ ਪੋਜ਼ਿਟਿਵਿਟੀ ਆਵੇ ਤੁਹਾਡੀ ਜ਼ਿੰਦਗੀ ਸਟਰੋਂਗ ਬਣੇ ਯੂ ਨੀਡ ਟੂ ਪੁੱਟ ਇਨ ਦ ਰਾਈਟ ਐਫਰਟ ਐਟ ਦ ਰਾਈਟ ਟਾਈਮ ਐਂਡ ਦੈਟਸ ਗੋਇੰਗ ਟੂ ਹੈਲਪ ਯੂ ਦ ਬੈਸਟ ਵੇ ਪਰ ਜਦ ਤੱਕ ਤੁਸੀਂ ਆਪਣੇ ਵੱਲੋਂ ਬੋਦਰ ਨਹੀਂ ਕਰਦੇ ਹੈਗੇ ਟਰਾਈ ਨਹੀਂ ਕਰਦੇ ਹੈਗੇ ਉਦੋਂ ਤੱਕ ਕੁਛ ਨਹੀਂ ਹੋਣਾ ਹੈਗਾ ਨਾ ਯੂ ਡਿਸਾਈਡ ਐਗਜੈਕਟਲੀ ਵਟ ਇਜ਼ ਯੂ ਵਾਂਟ ਟੂ ਡੂ ਜੇ ਤਾਂ ਤੁਸੀਂ ਆਪਣੀ ਤਕਦੀਰ ਨੂੰ ਪੋਜ਼ਿਟਿਵ ਬਣਾਉਣਾ ਚਾਹੁੰਦੇ ਹੈਗੇ ਆ ਫਿਰ ਤੁਸੀਂ ਆਪਣੇ ਵੱਲੋਂ ਸਹੀ ਮਿਹਨਤ ਕਰੋ ਸਹੀ ਕੋਸ਼ਿਸ਼ ਕਰੋ ਐਂਡ ਦੈਟਸ ਗੋਇੰਗ ਟੂ ਹੈਲਪ ਯੂ ਦ ਬੈਸਟ ਵੇ ਪਰ ਜਦ ਤੱਕ ਤੁਸੀਂ ਆਪਣੇ ਵੱਲੋਂ ਮਿਹਨਤ ਨਹੀਂ ਕਰਦੇ ਹੈਗੇ ਕੋਸ਼ਿਸ਼ ਨਹੀਂ ਕਰਦੇ ਹੈਗੇ ਉਦੋਂ ਤੱਕ ਕੁਛ ਨਹੀਂ ਹੋਣਾ ਹੈਗਾ ਨਾ ਯੂ ਡਿਸਾਈਡ ਐਗਜੈਕਟਲੀ ਵਟ ਇਜ਼ ਯੂ ਵਾਂਟ ਟੂ ਡੂ ਜੇ ਤਾਂ ਤੁਸੀਂ ਆਪਣੀ ਲਾਈਫ ਨੂੰ ਇੰਪਰੂਵ ਕਰਨਾ ਆ ਯੂ ਕੈਨ ਡੈਫੀਨੇਟਲੀ ਮੇਕ ਇਟ ਹੈਪਨ ਪਰ ਜੇ ਤੁਸੀਂ ਆਪਣੇ ਵੱਲੋਂ ਬੋਦਰ ਨਹੀਂ ਕਰਾਂਗੇ ਟਰਾਈ ਨਹੀਂ ਕਰਾਂਗੇ ਇਟਸ ਨੋਟ ਗੋਇੰਗ ਟੂ ਹੈਪਨ ਜੇ ਤੁਹਾਨੂੰ ਇਹ ਲੱਗਦਾ ਕਿ ਹਾਂ ਸ਼ਾਇਦ ਡਾਕਟਰ ਤੇ ਮੇਰੀ ਹੈਲਪ ਕਰ ਸਕਦੀ ਹੈ ਮਦਦ ਕਰ ਸਕਦੀ ਹੈ ਦੈਨ ਗੈਟ ਇਨ ਟੱਚ ਵਿਦ ਮੀ ਸਟ੍ਰੇਟ ਅਵੇ ਇਨ ਫੈਕਟ ਹੀ ਵੁੱਡ ਹੈਵ ਆਲਰੇਡੀ ਗਿਵਨ ਅਸ ਅ ਕਾਲ ਔਨ ਦ 0208
ਟਾਈਮ ਵੇਸਟ ਨਾ ਕਰੋ ਇਹ ਚੀਜ਼ਾਂ ਦੇ ਵਿੱਚ, ਤੁਹਾਨੂੰ ਕਦੇ ਵੀ ਡਿਲੇ ਨਹੀਂ ਕਰਨੀ ਚਾਹੀਦੀ ਹੈਗੀ। ਹੁਣ ਤੁਹਾਨੂੰ ਮੌਕਾ ਮਿਲਿਆ ਹੈਗਾ ਜਾਂ ਅੱਜ ਦਾ ਦਿਨ ਤੁਹਾਨੂੰ ਮੌਕਾ ਮਿਲਿਆ ਹੈਗਾ ਜਾਂ ਫਿਰ ਕਦੇ ਮੌਕਾ ਮਿਲੇ ਜਾਂ ਨਾ ਮਿਲੇ ਮੇਰੇ ਨਾਲ ਫਿਰ ਗੱਲ ਕਰਨ ਦਾ। ਸੋ ਮੇਕ ਦ ਮੋਸਟ ਆਫ ਦਿਸ ਓਪਰਚੁਨਿਟੀ ਰਾਈਟ ਨਾਓ ਟੂਡੇ। ਆਪਣੀ ਲਾਈਫ ਦੀ ਐਨਰਜੀ ਨੂੰ ਤੁਸੀਂ ਉਦੋਂ ਵੇਸਟ ਨਾ ਕਰੋ। ਡੋਂਟ ਵੇਸਟ ਈਚ ਡੇ ਅਵੇ। ਇਹ ਪਰਮਾਤਮਾ ਨੇ ਸਾਨੂੰ ਬਹੁਤ ਵੱਡੀ ਗਿਫਟ ਦਿੱਤੀ ਹੈਗੀ ਆ ਐਂਡ ਵੀ ਨੀਡ ਟੂ ਅਪਰੀਸ਼ੀਏਟ ਦਿਸ ਗਿਫਟ। ਜੇ ਅਸੀਂ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨਾ ਚਾਹੁੰਦੇ ਹਾਂ, ਪੋਜ਼ਿਟਿਵ ਬਣਾਉਣਾ ਚਾਹੁੰਦੇ ਹੈਗੇ, ਵੀ ਕੈਨ ਮੇਕ ਇਟ ਹੈਪਨ, ਬਟ ਓਬਵੀਅਸਲੀ ਉਹਦੇ ਲਈ ਸਾਨੂੰ ਆਪਣੇ ਵੱਲੋਂ ਸਹੀ ਟਾਈਮ 'ਤੇ ਸਹੀ ਸਟੈਪ ਲੈਣਾ ਪਊਗਾ। ਜੇ ਤਾਂ ਤੁਹਾਨੂੰ ਪਤਾ ਲੱਗਦਾ ਹੈਗਾ ਕਿ ਹਾਂ ਡਾਕਟਰ ਆਤੀ ਮੇਰੀ ਮਦਦ ਕਰ ਸਕਦੀ ਹੈ, ਮੇਰੀ ਹੈਲਪ ਕਰ ਸਕਦੀ ਆ, ਦੈਨ ਡੈਫੀਨੇਟਲੀ ਡੂ ਗੈਟ ਇਨ ਟੱਚ ਮੀ ਐਜ਼ ਫਾਸਟ ਐਜ਼ ਯੂ ਕੈਨ ਐਂਡ ਆਈਲ ਡੂ ਮਾਈ ਬੈਸਟ ਟੂ ਹੈਲਪ ਯੂ। ਪਰ ਯਾਦ ਰੱਖਣਾ ਇਟਸ ਅਪ ਟੂ ਯੂ ਟੂ ਚੇਂਜ ਯੂਰ ਐਨਰਜੀ। ਹੁਣ ਕੁਝ ਸਰਕਮਸਟੈਂਸਿਸ, ਕੁਝ ਕੇਸ ਇਹੋ ਜਿਹੇ ਹੁੰਦੇ ਹੈਗੇ ਕਿ ਜਿੱਥੇ ਜੇ ਉਹ ਪਰਸਨ ਖੁਦ ਆਪਣਾ ਉਪਾਅ ਨਹੀਂ ਕਰ ਸਕਦਾ ਹੈਗਾ ਜਾਂ ਆਪਣੀ ਰੈਮਡੀ ਖੁਦ ਨਹੀਂ ਕਰ ਸਕਦਾ ਹੈਗਾ, ਦੈਨ ਮੇ ਬੀ ਸਮਬਡੀ ਐਲਸ ਕੈਨ ਹੈਲਪ ਦੈਮ ਔਨ ਦੇ ਬਿਹਾਫ। ਬਟ ਉਹਦੇ ਲਈ ਵੀ ਆਈ ਵੁੱਡ ਸੇ ਟੂ ਯੂ, ਡੋਂਟ ਲੀਵ ਇਟ ਟੂ ਲੇਟ, ਕਿਉਂਕਿ ਜੇ ਤੁਸੀਂ ਬਹੁਤ ਦੇਰ ਕਰ ਦਿਓ ਦੈਨ ਯੂ ਮੇ ਨੋਟ ਬੀ ਏਬਲ ਟੂ ਹੈਲਪ ਦੈਮ 100%। ਤਾਂ ਉਹਨਾਂ ਦੇ ਸਕਸੈਸਫੁਲ ਹੋਣ ਦੇ ਚਾਂਸਿਸ ਹੋਰ ਜ਼ਿਆਦਾ ਘੱਟ ਜਾਂਦੇ ਹੈਗੇ ਆ। ਸੋ ਡੂ ਬੇਅਰ ਦੈਟ ਇਨ ਮਾਈਂਡ। ਸੋ ਜਲਦੀ ਤੋਂ ਜਲਦੀ ਸਹੀ ਸਟੈਪ ਲੈ ਲਓ, ਮੂਵ ਫੋਰਵਰਡ ਦ ਰਾਈਟ ਵੇ, ਐਂਡ ਦੈਟਸ ਗੋਇੰਗ ਟੂ ਹੈਲਪ ਯੂ ਮੂਵ ਫੋਰਵਰਡ ਇਨ ਅ ਸਟਰੋਂਗ ਵੇ। ਪਰ ਜੇ ਤੁਸੀਂ ਉਸ ਚੀਜ਼ ਨੂੰ ਡਿਲੇ ਕਰਦੇ ਹੈਗੇ ਆ, ਦੈਨ ਯੂ ਜਸਟ ਮੇਕਿੰਗ ਇਟ ਮੋਰ ਡਿਫੀਕਲਟ ਫੋਰ ਯੋਰਸੈਲਫ। ਹੁਣ ਜਦੋਂ ਚਾਹੇ ਕੋਈ ਤੁਹਾਡਾ ਫੈਮਿਲੀ ਮੈਂਬਰ ਹੋਵੇ, ਫੋਰ ਐਗਜ਼ਾਮਪਲ ਜੇ ਤੁਸੀਂ ਆਪਣੇ ਭੈਣ ਭਰਾਵਾਂ ਦੇ ਲਈ ਕੁਛ ਪੁੱਛਣਾ ਆ ਜਾਂ ਆਪਣੇ ਪੇਰੈਂਟਸ ਲਈ ਪੁੱਛਣਾ ਚਾਹੁੰਦੇ ਹੈਗੇ ਆ ਜਾਂ ਆਪਣੇ ਪਾਰਟਨਰ ਲਈ ਪੁੱਛਣਾ ਚਾਹੁੰਦੇ ਹੈਗੇ ਆ, ਤੇ ਤੁਹਾਨੂੰ ਉਹਨਾਂ ਦੇ ਲਈ ਕੋਈ ਉਪਾਅ ਦਿੱਤਾ ਜਾਵੇ, ਕੋਈ ਰੈਮਿਡੀ ਦਿੱਤੀ ਜਾਵੇ, ਦੈਨ ਇੱਦਾਂ ਨਹੀਂ ਹੈ ਕਿ ਜਿਹੜਾ ਤੁਸੀਂ ਉਪਾਅ ਕਰਾਂਗੇ ਜਾਂ ਰੈਮਿਡੀ ਕਰਾਂਗੇ ਕਿ ਉਸ ਉਪਾਅ ਦਾ ਜਾਂ ਉਸ ਰੈਮਿਡੀ ਦਾ ਉਹਨਾਂ ਦੇ ਉੱਤੇ ਕੋਈ ਇਫੈਕਟ ਜਾਂ ਕੋਈ ਅਸਰ ਨਹੀਂ ਪਊਗਾ। ਇਟ ਵਿਲ ਹੈਵ ਐਨ ਇਫੈਕਟ ਬਟ ਇਟ ਵਿਲ ਟੇਕ ਟਾਈਮ, ਉਹਨੂੰ ਜ਼ਿਆਦਾ ਟਾਈਮ ਲੱਗਦਾ ਹੈਗਾ ਕਰਨ ਨੂੰ। ਇਟਸ ਨੋਟ ਐਜ ਫਾਸਟ ਕਿ ਜੇ ਤੁਸੀਂ ਖੁਦ ਲਈ ਉਪਾਅ ਕਰੋ, ਖੁਦ ਲਈ ਰੈਮਿਡੀ ਕਰੋ, ਉਹ ਜ਼ਿਆਦਾ ਤੇਜ਼ੀ ਨਾਲ ਸਾਨੂੰ ਰਿਜ਼ਲਟ ਮਿਲਣ ਦੇ ਚਾਂਸਿਸ ਹੈਗੇ ਆ। ਪਰ ਜਦੋਂ ਅਸੀਂ ਕਿਸੇ ਹੋਰ ਦੇ ਬਿਹਾਫ ਤੇ ਕਰਦੇ ਹਾਂ, ਦੈਨ ਇਟ ਟੇਕਸ ਅ ਬਿਟ ਮੋਰ ਟਾਈਮ। ਸਭ ਤੋਂ ਇੰਪੋਰਟੈਂਟ ਜਿਹੜਾ ਇੰਗਰੀਡੀਐਂਟ ਹੈ, ਦ ਮੋਸਟ ਇੰਪੋਰਟੈਂਟ ਇੰਗਰੀਡੀਐਂਟ ਦੈਟਸ ਦੇਅਰ ਇਨ ਦ ਐਨੀ ਰੈਮਿਡੀ ਦੈਟ ਯੂ ਡੂ, ਐਨੀ ਸਪਿਰਿਚੁਅਲ ਔਰ ਰਿਲੀਜੀਅਸ ਰੈਮਿਡੀ ਦੈਟ ਯੂ ਡੂ, ਇਸ ਕਿ ਤੁਹਾਡਾ 100% ਵਿਸ਼ਵਾਸ ਹੋਣਾ ਚਾਹੀਦਾ ਹੈਗਾ। ਇਫ ਯੂ ਡੋਂਟ ਹੈਵ ਫੇਥ ਇਨ the remedy, if you don't have faith in the divine, if you don't have faith in yourself, then don't do it at all, because it's not going to help you the best way. If there's so much doubt in your mind, then maybe the spiritual path is not a path for you. Kyunki where there's doubt, there's not faith. Where there's doubt, that means that that faith has been replaced by fear. Phir thode mann ch dar hunda ya, and where there's jithe thode mann ch dar hoga, tusi negative hi sochange. ਹਰ ਇੱਕ ਚੀਜ਼ ਦੇ ਵਿੱਚੋਂ ਤੁਸੀਂ ਕੋਈ ਨਾ ਕੋਈ ਤੁਸੀਂ ਨੈਗੇਟਿਵ ਐਲੀਮੈਂਟ ਜਾਂ ਨੈਗੇਟਿਵ ਚੀਜ਼ ਸੋਚਣੀ ਸ਼ੁਰੂ ਕਰ ਦਾਂਗੇ ਕਿ ਕਿਤੇ ਇੱਦਾਂ ਨਾ ਹੋ ਜਾਵੇ, ਕਿਤੇ ਉੱਦਾਂ ਨਾ ਹੋ ਜਾਵੇ, ਪਤਾ ਨਹੀਂ ਕੰਮ ਕਦ ਬਣੂਗਾ ਜਾਂ ਕਿੱਦਾਂ ਹੋਊਗਾ ਜਾਂ ਕੀ ਹੋਊਗਾ। ਤੁਸੀਂ ਨੈਗੇਟਿਵ ਸੋਚ ਸੋਚ ਕੇ ਤੁਸੀਂ ਉਸ ਨੈਗੇਟਿਵਿਟੀ ਨੂੰ ਆਪਣੀ ਜ਼ਿੰਦਗੀ ਦੀ ਹਕੀਕਤ ਬਣਾ ਲਾਂਗੇ। ਐਂਡ ਜੇ ਤੁਸੀਂ ਚਾਹੁੰਦੇ ਕਿ ਉਹ ਨੈਗੇਟਿਵਿਟੀ ਤੁਹਾਡੀ ਜ਼ਿੰਦਗੀ ਦੀ ਹਕੀਕਤ ਨਾ ਬਣੇ, ਦੈਨ ਇਟਸ ਰੀਅਲੀ ਇੰਪੋਰਟੈਂਟ ਟੂ ਹੈਵ 100% ਫੇਥ, ਬਿਕੋਜ਼ ਵੇਅਰ ਦੇਅਰ ਇਜ਼ ਫੇਥ ਦੈਨ ਦੇਅਰ ਇਜ਼ ਨੋ ਫੀਅਰ, ਫਿਰ ਉੱਥੇ ਡਰ ਨਹੀਂ ਹੁੰਦਾ। You know, there's no doubt, there's no fear, kyunki sanu 100% vishwas hunda hai ki mera kaam ta pura hona hi hona hai, ki jad mera rab mera parmatma mere naal aa, mera har ik kaam banuga, har ik kaam hoga. But make that faith very strong, then make it 100%, you know, and I'll do my best to help you from my side, but it needs to come from you, and that is very very important for you to understand. Je tusi apni zindagi nu improve karna chahnde ha, positive banana chahnde hai ha, strong banana chahnde hai ha, then let's make it work together. But thanu honestly apne valo sahi mehnat karni paugi, sahi koshish karni paugi, and that's going to help you the best way. Je tusi apne valo bother nahi karna ya try nahi karna hega, eh ummeed na rakho ki ek din apne aap sara kuch sahi ho jayega. It doesn't work like that. Mehnat ta thanu hi karni paugi, koshish ta sahi thanu hi karni paugi. Je tusi apne valo sahi mehnat karan de layi taiyar hege ha, then see how quickly you get the right results. ਪਰ ਜਦੋਂ ਤੁਸੀਂ ਆਪਣੇ ਵੱਲੋਂ ਬੋਦਰ ਨਹੀਂ ਕਰਨਾ ਜਾਂ ਟਰਾਈ ਨਹੀਂ ਕਰਨਾ, ਇਟਸ ਨੋਟ ਗੋਇੰਗ ਟੂ ਹੈਪਨ। ਸੋ ਹੁਣ ਤੁਸੀਂ ਡਿਸਾਈਡ ਕਰੋ ਕਿ ਐਕਚੁਅਲੀ ਤੁਸੀਂ ਚਾਹੁੰਦੇ ਕੀ ਆ, ਵਿਚ ਡਾਇਰੈਕਸ਼ਨ ਡੂ ਯੂ ਵਾਂਟ ਟੂ ਟੇਕ ਯੂਰ ਲਾਈਫ ਫੋਰਵਰਡ ਇਨ। ਤੁਸੀਂ ਆਪਣੀ ਲਾਈਫ ਦੇ ਵਿੱਚ ਕਿਸ ਤਰ੍ਹਾਂ ਦੀ ਐਨਰਜੀ ਲੈ ਕੇ ਆਉਣਾ ਚਾਹੁੰਦੇ ਆ, ਕਿੱਦਾਂ ਆਪਣੀ ਲਾਈਫ ਨੂੰ ਪੋਜ਼ਿਟਿਵ ਬਣਾਉਣਾ ਚਾਹੁੰਦੇ ਹੈਗੇ ਆ, ਉਸ ਡਾਇਰੈਕਸ਼ਨ ਦੇ ਵਿੱਚ ਤੁਸੀਂ ਆਪਣੀ ਲਾਈਫ ਨੂੰ ਲੈ ਕੇ ਜਾ ਸਕਦੇ ਆ, ਉਸ ਤਰੀਕੇ ਨਾਲ ਤੁਸੀਂ ਆਪਣੀ ਲਾਈਫ ਨੂੰ ਪੋਜ਼ਿਟਿਵ ਬਣਾ ਸਕਦੇ ਹੈਗੇ ਆ। ਦ ਮੋਮੈਂਟ ਯੂ ਡਿਸਾਈਡ ਟੂ ਚੇਂਜ ਯੂਰ ਲਾਈਫ ਫੋਰ ਦ ਬੈਟਰ, ਦੈਟ ਵੁੱਡ ਬੀ ਦ ਸੈਕਿੰਡ ਵੇ ਥਿੰਗਸ ਸਟਾਰਟ ਟੂ ਚੇਂਜ। Because jidda ki main tenu break to pehla vi dass rahi si ki jehdi sadi soch aa, our thought is a very powerful tool that we have. Je assi apni soch nu shuddh rakhiye, assi kuch vi kar sakde hege. Par je sadi soch de vich negativity aandi hegi aa, then sada bina kam banda banda bigad janda hega ya, kyunki sade mann ch kithe na kithe oh vaham aa janda ya, koi doubt aa janda ya, some sort of a fear or a doubt is there, and then that destroys all the efforts that you have put in.
don't let that ever happen. You know, so as cheez da khyal rakhna sare bahut zaruri hai gaya. Kinni wari mere samne ho je case aa chuke hai ki jithe lokan ne mainu kiya hai gaya apne bachchiyan diyan kasma khaiyan hai gaya ki aarti ji assi rab de utte 100% vishwas rakhde hain. But when I check the energy, when I do the reading for them, oh jo pata lagda hai ga ki actually unna da rab de utte 100% vishwas nahi hai ga. Kyun? Kyunki kai vari unna da vishwas kuch insana de vich pa janda hai ya insana de magan hatde hai oh. ਕਈ ਵਾਰੀ ਉਹਨਾਂ ਦੇ ਵਿਸ਼ਵਾਸ ਕਿਸੇ ਧਾਗੇ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ ਕਿਸੇ ਤਾਵੀਜ਼ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ ਹੈਗਾ ਆ ਐਂਡ ਦੈਟਸ ਦੇ ਫੁੱਲ ਫੇਥ ਬਟ ਦ ਥਿੰਗ ਇਜ਼ ਜੇ ਸਾਡਾ ਰੱਬ ਦੇ ਉੱਤੇ ਵਿਸ਼ਵਾਸ ਆ ਪਰਮਾਤਮਾ ਤੇ ਵਿਸ਼ਵਾਸ ਆ ਫਿਰ ਤੁਸੀਂ ਦੂਸਰੇ ਇਨਸਾਨਾਂ ਦੇ ਅੱਗੇ ਨਾ ਅੱਗੇ ਪਿੱਛੇ ਕਿਉਂ ਨੱਠਦੇ ਹੈਗੇ ਆ ਦਰਜ਼ ਨੋ ਨੀਡ ਜੇ ਤੁਸੀਂ ਕਿਸੇ ਦੇ ਸਾਹਮਣੇ ਝੁਕਣਾ ਹੀ ਆ ਕਿਸੇ ਸ਼ਕਤੀ ਦੇ ਸਾਹਮਣੇ ਤੁਸੀਂ ਆਪਣਾ ਸਿਰ ਝੁਕਾਉਣਾ ਹੀ ਆ ਉਹ ਪਰਮਾਤਮਾ ਦੀ ਸ਼ਕਤੀ ਹੋਣੀ ਚਾਹੀਦੀ ਆ ਨੋ ਇਨ ਫਰੰਟ ਆਫ ਸਮ ਹਿਊਮਨ ਜਦੋਂ ਅਸੀਂ ਆਪਣੇ ਰੱਬ ਦੇ ਆਪਣੇ ਪਰਮਾਤਮਾ ਦੀ ਸੱਚੀ ਸ਼ਕਤੀ ਦਾ ਸਹਾਰਾ ਲੈ ਕੇ ਕੋਈ ਵੀ ਕੰਮ ਕਰਦੇ ਹੈਗੇ ਹਾਂ ਉਹਦੇ ਨਾਲ ਸਾਨੂੰ ਸਫਲਤਾ ਜ਼ਰੂਰ ਮਿਲਦੀ ਹੈ ਪ੍ਰੋਬਲਮ ਉਦੋਂ ਆਉਂਦੀ ਹੈਗੀ ਕਿ ਜਦੋਂ ਤੁਸੀਂ ਆਪਣੇ ਕੋਲੋਂ ਬਹੁਤ ਨਹੀਂ ਕਰਦੇ ਜਾਂ ਟਰਾਈ ਨਹੀਂ ਕਰਦੇ ਹੈਗੇ ਨਾ ਯੂ ਡਿਸਾਈਡ ਐਗਜੈਕਟਲੀ ਵਾਟ ਇਜ਼ ਯੂ ਵਾਂਟ ਟੂ ਡੂ ਜੇ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨਾ ਚਾਹੁੰਦੇ ਹਾਂ ਪੋਜ਼ਿਟਿਵ ਬਣਾਉਣਾ ਚਾਹੁੰਦੇ ਹੈਗੇ ਹਾਂ ਡੈਫੀਨਿਟਲੀ ਟੇਕ ਦ ਰਾਈਟ ਸਟੈਪ ਐਟ ਦ ਰਾਈਟ ਟਾਈਮ ਐਂਡ ਦੈਟਸ ਗੋਇੰਗ ਟੂ ਹੈਲਪ ਮੀ ਫੋਰਵਰਡ ਪਰ ਜੇ ਤੁਸੀਂ ਆਪਣੇ ਵੱਲੋਂ ਖੁਦ ਨਹੀਂ ਬੋਦਰ ਕਰਾਂਗੇ ਇਟਸ ਨੋਟ ਗੋਇੰਗ ਟੂ ਹੈਪਨ ਇੰਨੀ ਗੱਲ ਤੁਸੀਂ ਜ਼ਰੂਰ ਯਾਦ ਰੱਖਣੀ ਹੈਗੀ ਹੈ ਦ ਵੇ ਦੈਟ ਸਪਿਰਿਚੁਅਲ ਯੂ ਨੋ ਐਨਰਜੀ ਵਰਕਸ ਔਰ ਈਵਨ ਦ ਵੇ ਦੈਟ ਸਪਿਰਿਚੁਅਲ ਰੈਮੇਡੀਜ਼ ਵਰਕ ਇਜ਼ ਵਿਦ ਯੋਰ ਫੇਥ ਜੇ ਤੁਹਾਡਾ 100% ਵਿਸ਼ਵਾਸ ਹੈਗਾ ਆ ਤਾਂ ਹੀ ਤੁਹਾਡੀ ਬੈਸਟ ਹੈਲਪ ਹੋ ਸਕਦੀ ਹੈਗੀ ਆ ਡੂ ਬੇ ਦੈਟ ਇਨ ਮਾਈਂਡ ਕਿਉਂਕਿ ਜਦੋਂ ਅਸੀਂ ਆਪਣੇ ਮਨ ਦੇ ਵਿੱਚ 100% ਵਿਸ਼ਵਾਸ ਦੇ ਨਾਲ ਆਪਾਂ ਕੋਈ ਵੀ ਉਪਾਅ ਜਾਂ ਤੁਸੀਂ ਕੋਈ ਰੈਮੇਡੀ ਵਗੈਰਾ ਕਰਦੇ ਹੈਗੇ ਆ ਇਟ ਗਿਵਸ ਇਟ ਮੋਰ ਪਾਵਰ ਇਟ ਗਿਵਸ ਇਟ ਮੋਰ ਐਨਰਜੀ ਉਹਨੂੰ ਹੋਰ ਐਨਰਜੀ ਮਿਲਦੀ ਹੈ ਉਹਨੂੰ ਹੋਰ ਸ਼ਕਤੀ ਮਿਲਦੀ ਹੈਗੀ ਆ ਤੇ ਜਦੋਂ ਉਸ ਚੀਜ਼ ਨੂੰ ਹੋਰ ਜ਼ਿਆਦਾ ਸ਼ਕਤੀ ਮਿਲਦੀ ਹੈਗੀ ਆ ਦੈਨ ਯੂ ਜ਼ੂਮਿੰਗ ਫੋਰਵਰਡ ਯੂ ਕੈਨ ਬੀ ਅ ਸਕਸੈਸਫੁਲ ਐਜ਼ ਯੂ ਵਾਂਟ ਟੂ ਬੀ ਪਰ ਜੇ ਤੁਸੀਂ ਆਪਣੇ ਵਿਸ਼ਵਾਸ ਨੂੰ ਘੱਟ ਕਰਦੇ ਹੈਗੇ ਆ ਦੈਨ ਇਟਸ ਨੋਟ ਗੋਇੰਗ ਟੂ ਰੀਲੀ ਜ਼ੂਮ ਫੋਰਵਰਡ ਜਿਹਨੇ ਸੋ ਇਹਦਾ ਤੁਸੀਂ ਜ਼ਰੂਰ ਖਿਆਲ ਰੱਖਣਾ ਹੈਗਾ ਐਂਡ ਦੈਟਸ ਆਲ ਔਨ ਯੂ ਇਟਸ ਯੋਰ ਰਿਸਪੋਂਸੀਬਿਲਿਟੀ ਐਂਡ ਇਟਸ ਸਮਥਿੰਗ ਦੈਟ ਯੂ ਨੀਡ ਟੂ ਲੁੱਕ ਆਊਟ ਫੋਰ So, as Jesus says, ਜ਼ਰੂਰ ਖਿਆਲ ਰੱਖਣਾ ਹੈਗਾ ਆ ਓਨਲੀ ਟੇਕ ਅ ਸਪਿਰਿਚੁਅਲ ਸਟੈਪ ਇਫ ਯੂ ਆਰ ਟਰੂਲੀ ਰੈਡੀ ਪਰ ਜਦੋਂ ਅਸੀਂ ਆਪਣੇ ਵੱਲੋਂ ਸਪਿਰਿਚੁਅਲ ਐਨਰਜੀ ਦਾ ਸਹਾਰਾ ਲੈ ਲੈਂਦੇ ਹਾਂ ਇਟ ਵਰਕਸ ਵੰਡਰਸ ਯੂ ਨੋ ਆਈਵ ਸੀਨ ਪੀਪਲ ਟਰਨ ਦੇਅਰ ਲਾਈਵਸ ਅਰਾਊਂਡ ਆਈਵ ਸੀਨ ਪੀਪਲ ਚੇਂਜ ਦੇਅਰ ਲਾਈਵਸ ਅਰਾਊਂਡ ਯੂ ਨੋ ਇੱਕ ਫੈਮਿਲੀ ਸੀਗੀ ਐਂਡ ਦੇ ਹੈਡ ਅ ਵੈਰੀ ਲਿਟਲ ਚਾਂਸ ਆਫ ਸਕਸੈਸ ਬਟ ਈਵਨ ਦੇ ਟਰਨਡ ਥਿੰਗਸ ਅਰਾਊਂਡ ਫੋਰ ਦਮਸੈਲਵਸ ਯੂ ਨੋ ਐਂਡ ਇਟ ਮੇਕਸ ਮੀ ਸੋ ਪ੍ਰਾਊਡ ਟੂ ਸੀ ਕਿ ਉਹਨਾਂ ਨੇ ਕਿੰਨੀ ਜਲਦੀ ਆਪਣੀ ਲਾਈਫ ਨੂੰ ਲਾਈਕ ਟੱਚ ਵਿਦ ਗੋਡਸ ਬਲੇਸਿੰਗਸ ਉਹਨਾਂ ਨੇ ਕਿੰਨੀ ਜਲਦੀ ਆਪਣੀ ਲਾਈਫ ਨੂੰ ਚੇਂਜ ਕੀਤਾ You know, a core family and only one member of that family was 100% committed. Baki the family members, you know, it was hit and miss. Kade upaa kar liya, kade nahi kita. Kende ta sege apne mother nu ki haan, asi bhi support karange, asi bhi help karange. But I knew from the readings that I done and by checking the energy, ki mainu pata sega ki puri family enna saath nahi de rahi hai. And this lady, she struggled alone and somehow she made it happen. You know, and God's listened. Parmatma ne suni hai ki Parmatma ne kinne hi kaam pure kitte unna de. And that's the thing. Jadon assi apne bolo 100% dedicated hoiye, Parmatma sadi zarur sunda hai gaya. Imagine karo ki je us as lady nu puri family da saath milya hunda hai kitte di kitte hunde. Even now they've gone really far in life, but they could have achieved a lot more quicker. Par hun assi har ik individual nu ta nahi force ta nahi kar sakde hai ki that you need to pull your weight. It's up to them to understand that. But that's the thing. Hun tusi decide karna ke actually tusi apni life vich chahnde ki ha. Which direction do you want to move forward in? Je ta tusi chahnde hai ki teri life vich right energy aave ya positive energy aave, odre tusi apne valo sahi mehnat karo, sahi koshish karo and that's going to help you the best way. Je tusi apne valo try nahi karde hai ke fir kuch bhi nahi hona hega. Je tuhanu pata lagda hai ki haan shayad doctor aate meri help kar sakdi hai, madad kar sakdi hai. Then definitely do get in touch with me. Jinni mere kol ho sake card se hasab na thodi help ya thodi madad zarur karungi. Je kisi bhi reason de aaj de live show de vich sari call nahi lag rahi hai ki hun nahi aa rahi hai ki not to worry what you can do is give us a missed call on the 0208 number. Jera 0208 number hai ga ya simple te jidde tusi sanu missed call daunge kal sveer nu phir meri team de vichon koi na koi sanu wapas zarur phone kar lega and we will do our best to help you in every way we can. ਯਾਦ ਰੱਖਣਾ ਕਿ ਜਿਸ ਤਰੀਕੇ ਦੇ ਮੈਂ ਤੇਰੀ ਐਨਰਜੀ ਚੈੱਕ ਕਰਦੀ ਹਾਂ ਦ ਵੇ ਦੈਟ ਯੂ ਆਰ ਰੀਡਿੰਗ ਫੋਰ ਯੂ ਇਜ਼ ਵਾਇਆ ਸਪਿਰਿਚੁਅਲ ਐਨਰਜੀ ਦ ਸਪਿਰਿਚੁਅਲ ਐਨਰਜੀ ਰੀਡਿੰਗ ਮੈਥਡ ਇਜ਼ ਅ ਮੈਥਡ ਵਿਚ ਆਈ ਹੈਵ ਡਿਵਾਈਸਡ ਮਾਈਸੈਲਫ ਡਿਜ਼ਾਈਨ ਮਾਈਸੈਲਫ ਐਂਡ ਐਸ ਮੈਥਡ ਦੇ ਵਿੱਚ ਅਸੀਂ 0% ਨੈਗੇਟਿਵਿਟੀ ਯੂਜ਼ ਕਰਦੇ ਹਾਂ ਦੈਟਸ ਵਾਈ ਤੁਸੀਂ ਨੋਟਿਸ ਕਰਦੇ ਹੋ ਕਿ ਜਦੋਂ ਲਾਈਵ ਸ਼ੋਅ 'ਚ ਮੈਂ ਤੁਹਾਡੀ ਰੀਡਿੰਗਸ ਕਰਦੀ ਹੈਗੀ ਹਾਂ ਆਈ ਨੈਵਰ ਐਵਰ ਆਸਕ ਯੂ ਫੋਰ ਯੂਰ ਪਰਸਨਲ ਐਨਰਜੀ ਬਲੂਪ੍ਰਿੰਟ ਮੈਂ ਕਦੇ ਵੀ ਨਹੀਂ ਤੁਹਾਨੂੰ ਕਹਿੰਦੀ ਹੈਗੀ ਕਿ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਪੂਰਾ ਨਾਮ ਕੀ ਆ
ਜਿੱਥੇ ਤੇਰਾ ਕਦ ਜਨਮ ਹੋਇਆ ਸੀ ਜਾਂ ਕਿੱਥੇ ਜਨਮ ਹੋਇਆ ਸੀ ਜਾਂ ਕਿੰਨੇ ਵਜੇ ਹੋਇਆ ਸੀ, ਆਈ ਡੋਨਟ ਨੀਡ ਦੈਟ ਇਨਫੋਰਮੇਸ਼ਨ। ਉਹ ਇਨਫੋਰਮੇਸ਼ਨ ਦੇ ਨਾਲ ਕੀ ਹੁੰਦਾ, ਇਸ ਕਨੈਕਟਡ ਵਿਦ ਯੋਰ ਪਰਸਨਲ ਐਨਰਜੀ ਬਲੂਪ੍ਰਿੰਟ। ਹੁਣ ਕਾਫੀ ਜ਼ਿਆਦਾ ਲਾਈਟ ਵਰਕਰਸ ਦਾ ਜਾਂ ਸਪਿਰਿਚੁਅਲ ਐਨਰਜੀ ਵਰਕਰਸ ਦਾ ਇਹ ਮੰਨਣਾ ਹੈਗਾ ਆ ਕਿ ਕੁਛ ਨੈਗੇਟਿਵ ਐਨਰਜੀ ਪ੍ਰੈਕਟੀਸ਼ਨਰਸ ਸ਼ਾਇਦ ਐਸ ਸੋਰੀ ਪਰਸਨਲ ਐਨਰਜੀ ਬਲੂਪ੍ਰਿੰਟ ਨੂੰ ਮਿਸਯੂਜ਼ ਕਰਦੇ ਆ ਤੇ ਤੁਹਾਡੀ ਐਨਰਜੀ ਨੂੰ ਮੈਨੀਪੁਲੇਟ ਕਰਦੇ ਆ। ਏਦਾਂ ਦੇ ਮੇਰੇ ਸਾਹਮਣੇ ਵੀ ਕਿੰਨੇ ਕੇਸ ਆ ਚੁੱਕੇ ਹੈਗੇ ਕਿ ਜਿੱਥੇ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਉਹਨਾਂ ਦੀ ਕਬਰ ਦੇ ਵਿੱਚ ਨਵੇਂ ਕੱਪੜੇ ਉਹਨਾਂ ਨੇ ਹਜੇ ਪਾਏ ਵੀ ਨਹੀਂ ਹੈਗੇ, ਉਹਨਾਂ ਨੇ ਸਿਰਫ ਲਿਆ ਕੇ ਰੱਖੇ ਆ, ਐਂਡ ਵੈਨ ਦੇ ਪਿਕ ਦਮ ਅਪ ਟੂ ਵੇ ਦਮ ਉਹਦੇ ਵਿੱਚ ਛੋਟੇ ਛੋਟੇ ਛੇਦ ਹੁੰਦੇ ਆ, ਮੋਰੀਆਂ ਹੁੰਦੀਆਂ ਹੈਗੀਆਂ ਆ, ਐਂਡ ਦੇ ਹੈਵਨਟ ਗੋਟ ਐਨੀ ਮਾਈਟਸ ਔਰ ਐਨੀਥਿੰਗ ਐਲਸ ਕਿ ਜਿਹਦੇ ਵਿੱਚ ਨਾਲ ਉਹ ਮੋਰੀਆਂ ਉੱਥੇ ਹੋਣ ਜਾਂ ਉਹਦੇ ਛੇਦ ਹੋਣ ਕੱਪੜਿਆਂ ਦੇ ਵਿੱਚ। ਬਟ ਇਟ ਹੈਪਨਸ। ਕਿੰਨੀ ਵਾਰੀ ਏਦਾਂ ਦੇ ਕੇਸ ਕਿੰਨੇ ਸਾਹਮਣੇ ਆਏ ਹੈਗੇ ਆ, ਵੇ ਪੀਪਲ ਹੈਵ ਕੋਲਡ ਮੀ ਇਨ ਐਨ ਐਮਰਜੈਂਸੀ, ਤੇ ਉਹਨਾਂ ਨੇ ਮੈਨੂੰ ਕਿਹਾ ਹੈਗਾ ਕਿ ਆਰਤੀ ਜੀ ਅਸੀਂ ਕੱਪੜੇ ਇਹ ਬਣਵਾ ਕੇ ਲੈ ਕੇ ਆਏ ਸੀਗੇ, ਸਾਰੇ ਸਾਡੇ ਸਾਹਮਣੇ ਹੀ ਬਣੇ ਆ, ਸਾਡੇ ਸਾਹਮਣੇ ਆਏ ਆ, ਐਂਡ ਐਵਰੀਥਿੰਗ ਅਸੀਂ ਚੈੱਕ ਚੁੱਕ ਕਰਕੇ ਹੀ ਅਸੀਂ ਸਾਰਾ ਕੁਛ ਰੱਖਿਆ ਸੀਗਾ, ਪਰ ਇੱਕਦਮ ਉਹਨਾਂ ਨੂੰ ਨਜ਼ਰ ਆਉਂਦਾ ਕਿ ਉਹਨਾਂ ਦਾ ਕਿਸੇ ਕੱਪੜੇ ਦੇ ਵਿੱਚ ਥੋੜਾ ਬਹੁਤ ਕੱਪੜਾ ਜਲਿਆ ਹੋਇਆ ਆ, ਉਹ ਮੇ ਬੀ ਅ ਪੀਸ ਆਫ ਇਜ਼ ਮਿਸਿੰਗ ਇਜ਼ ਵੈਲ, ਕਿ ਜਿੱਥੇ ਕੁਛ ਪੀਸ ਕੱਟੇ ਹੋਏ ਹੈਗੇ ਆ, ਐਂਡ ਇਟਸ ਰੀਲੀ ਸ਼ੌਕਿੰਗ ਦ ਵੇਅ ਦੈਟ ਪੀਪਲ ਡਿਸਕਵਰ ਦੀਸ ਥਿੰਗਸ। The only reason why they discover these things, because unfortunately, as duniya de vich edan de bahut log aa ke jehde negative energy da sahara lende aa, and that's the issue, that's the problem. Jadon tusi negative energy da sahara lende hege aa, ohde naal ki hunda hai ke oh negative energy di vajah naal ho sakda hai ke tusi kise de raste thore time de layi rok do, ho sakda hai ke tusi kise hor di zindagi de vich koi bandesh ya koi rukawat le aao, par ik gall tusi zarur yaad rakhni hai ki aa, ਜਿਹੜੇ ਤੁਸੀਂ ਆਹ ਨੈਗੇਟਿਵ ਕਰਮ ਕਰਦੇ ਆ ਨਾ, ਇਹ ਪਰਮਾਤਮਾ ਤੋਂ ਛੁਪੇ ਨਹੀਂ ਹੋਏ ਹੈਗੇ, ਰੱਬ ਸਭ ਦੇਖਦਾ ਆ, ਤੇ ਇੱਕ ਨਾ ਇੱਕ ਦਿਨ ਆਪਣੇ ਕਰਮਾਂ ਦਾ ਫਲ ਤੁਹਾਨੂੰ ਮਿਲਣਾ ਹੀ ਮਿਲਣਾ ਆ। ਸੋ ਜਦੋਂ ਤੁਸੀਂ ਕੋਈ ਕਰਮ ਕਰਦੇ ਹੈਗੇ ਆ, ਚਾਹੇ ਤੁਸੀਂ ਇਫ ਇਸ ਵਿਦ ਥੋਟ ਵਰਡ ਔਰ ਡੀਡ, ਯੂ ਨੋ, ਜਿੱਦਾਂ ਵੀ ਤੁਸੀਂ ਕੋਈ ਨੈਗੇਟਿਵ ਕਰਮ ਕਰਦੇ ਹੈਗੇ ਆ, ਸੋਚ ਦੇ ਨਾਲ ਕਿਸੇ ਨੂੰ ਕਹਿ ਕੇ ਕੁਛ ਜਾਂ ਐਕਸ਼ਨ ਦੇ ਨਾਲ ਤੁਸੀਂ ਕੋਈ ਬੁਰਾ ਕਰਮ ਕਰਦੇ ਹੈਗੇ ਆ, ਮੰਦਾ ਕਰਮ ਕਰਦੇ ਹੈਗੇ ਆ, ਪਰਮਾਤਮਾ ਤੋਂ ਕੋਈ ਚੀਜ਼ ਛੁਪੀ ਨਹੀਂ ਹੋਈ ਹੈਗੀ। ਸੋ ਰਿਮੈਂਬਰ, ਵਟ ਗੋਜ਼ ਅਰਾਊਂਡ ਕਮਜ਼ ਅਰਾਊਂਡ। ਜੇ ਤੁਸੀਂ ਅੱਜ ਕਿਸੇ ਹੋਰ ਦੇ ਰਸਤੇ ਦੇ ਵਿੱਚ ਰੁਕਾਵਟ ਪਾਓਗੇ, ਕੋਈ ਬੰਦਿਸ਼ ਪਾਓਗੇ ਜਾਂ ਕੋਈ ਨੈਗੇਟਿਵਿਟੀ ਲੈ ਕੇ ਆਓਗੇ, ਕੱਲ੍ਹ ਉਹੀ ਨੈਗੇਟਿਵਿਟੀ ਤੁਹਾਡੀ ਵੇਟ ਕਰ ਰਹੀ ਹੋਗੀ, ਵੀ ਨੋਕਿੰਗ ਐਟ ਯੋਰ ਡੋਰ ਇਜ਼ ਵੈਲ, ਫਿਰ ਤੁਸੀਂ ਕੀ ਕਰਾਂਗੇ? ਜਿਹਨੇ ਸਿਰ ਇਸ ਚੀਜ਼ ਤੋਂ ਤੁਸੀਂ ਆਪਣਾ ਬਚਾਵ ਕਰੋ, ਇਟਸ ਵੈਰੀ ਵੈਰੀ ਇੰਪੋਰਟੈਂਟ ਟੂ ਮੇਕ ਸ਼ੋਰ ਕਿ ਤੁਸੀਂ ਸਭ ਤੋਂ ਪਹਿਲਾਂ ਇਹ ਪੁੱਠੀ ਗੱਲਾਂ ਦੇ ਵਿੱਚ ਤੁਸੀਂ ਪਾਓ ਹੀ ਨਾ। ਯੋਰ ਕਰਮਾ ਵਿਲ ਬੀ ਟਰੂ ਟੂ ਯੂ ਐਂਡ ਇਟ ਵਿਲ ਕਮ ਇਨ ਫਰੰਟ ਆਫ ਯੂ। ਜਦੋਂ ਤੁਸੀਂ ਆਪਣੀ ਲਾਈਫ ਵਿੱਚ ਸੋਚਦੇ ਹੈਗੇ ਕਿ ਅਸੀਂ ਆਪਣੀ ਜ਼ਿੰਦਗੀ 'ਚ ਤਰੱਕੀ ਕਰਨੀ ਹੈ ਜਾਂ ਅੱਗੇ ਵਧਣਾ ਹੈ, ਅੱਗੇ ਜਾਣਾ ਆ, ਤੇ ਤੁਸੀਂ ਇਹ ਸੋਚਦੇ ਹੈਗੇ ਕਿ ਅਸੀਂ ਆਪਣੀ ਲਾਈਫ ਵਿੱਚ ਅੱਗੇ ਜਾਓਗੇ ਪਰ ਫਲਾਣੇ ਨੂੰ ਥੱਲੇ ਸਿੱਟ ਕੇ ਅੱਗੇ ਜਾਓਗੇ, ਡੋਨਟ ਯੂ ਸਮਬਡੀ ਐਲਸ ਇਜ਼ ਅ ਪੈਡਸਟਲ ਟੂ ਮੂਵ ਫੋਰਵਰਡ, ਇਟਸ ਨੋਟ ਗੋਇੰਗ ਟੂ ਹੈਲਪ ਯੂ। ਜੇ ਤੁਸੀਂ ਸੋਚਦੇ ਹੈਗੇ ਕਿ ਕਿਸੇ ਹੋਰ ਨੂੰ ਥੱਲੇ ਸਿੱਟ ਕੇ ਥੱਲੇ ਗਿਰਾ ਕੇ ਫਿਰ ਤੁਸੀਂ ਹੋਰ ਉੱਚੇ ਚੜ ਸਕਦੇ ਆ, ਹੋਰ ਅੱਗੇ ਜਾ ਸਕਦੇ ਹੈਗੇ ਆ, ਯੂ ਫੂਲਿੰਗ ਯੋਰ ਸੈਲਫ, ਕਿਉਂਕਿ ਐਟ ਦੀ ਐਂਡ ਆਫ ਦ ਡੇ ਇਟ ਇਜ਼ ਇਨਫ ਸਨਸ਼ਾਈਨ ਫੋਰ ਐਵਰੀਬਡੀ ਐਂਡ ਹੂਐਵਰ ਇਜ਼ ਗੋਇੰਗ ਟੂ ਸ਼ਾਈਨ ਦੇ ਵਿਲ ਸ਼ਾਈਨ ਰਿਗਾਰਡਲੈਸ। ਜੇ ਅਸੀਂ ਆਪਣੀ ਲਾਈਫ ਦੇ ਵਿੱਚ ਅਸੀਂ ਮਿਹਨਤ ਕਰੀਏ, ਕੋਸ਼ਿਸ਼ ਕਰੀਏ, ਆਪਣੇ ਵੱਲੋਂ ਅੱਛੇ ਕਰਮ ਕਰੀਏ, ਸਹੀ ਕਰਮ ਕਰੀਏ, ਵੀ ਆਲ ਕੈਨ ਰੀਚ ਆਰ ਪੋਟੈਂਸ਼ੀਅਲ ਐਂਡ ਵੀ ਕੈਨ ਬੀ ਐਸ ਬਿਗ ਐਸ ਵੀ ਵਾਂਟ ਟੂ ਬੀ, ਐਸ ਗ੍ਰੇਟ ਐਸ ਵੀ ਵਾਂਟ ਟੂ ਬੀ, ਪਰ ਉਹ ਸਾਡੇ ਤੇ ਆ ਕਿ ਅਸੀਂ ਮਿਹਨਤ ਕਰਨ ਨੂੰ ਤਿਆਰ ਹਾਂ ਕਿ ਨਹੀਂ। ਅਤੇ ਰੀਸੈਂਟਲੀ ਮੇਰੇ ਇੱਕ ਯੰਗ ਲੇਡੀ ਆਈ, ਮੈਨੂੰ ਕਹਿੰਦੇ ਕਿ ਆਰਤੀ ਜੀ ਮੈਂ ਤੁਹਾਡਾ ਸ਼ੋਅ ਦੇਖਿਆ ਤੇ ਤੁਸੀਂ ਕਹਿੰਦੇ ਕਿ ਅਸੀਂ ਜੋ ਕਰਨਾ ਚਾਹੁੰਦੇ ਅਸੀਂ ਕਰ ਸਕਦੇ ਹਾਂ, ਜੋ ਬਣਨਾ ਚਾਹੁੰਦੇ ਅਸੀਂ ਬਣ ਸਕਦੇ ਹੈਗੇ ਹਾਂ, ਮੈਨੂੰ ਕਹਿੰਦੇ ਕਿ ਯੂ ਆਰ ਰੀਲੀ ਵਾਂਟ ਟੂ ਬੀ ਰਿਚ ਮਾਈ ਲਾਈਫ। ਮੈਂ ਕਿਹਾ ਅੱਛਾ, ਮੈਂ ਕਿਹਾ ਇੱਦਾਂ ਹੀ ਜਿਹਨੇ ਸਾਡੇ ਕੋਲ ਇੱਦਾਂ ਦੇ ਕਾਫੀ ਜ਼ਿਆਦਾ ਲੋਕ ਆ ਚੁੱਕੇ ਹੈਗੇ ਆ, ਹੂ ਆਸ ਵੈਰੀ ਸਿਮਿਲਰ ਕੁਐਸਚਨ, ਉਹ ਮਿਸ ਸੇਮ ਕੁਐਸਚਨ, ਐਂਡ ਸ਼ੀ ਵਾਂਟਸ ਟੂ ਬੀ ਰਿਚ ਇਨ ਲਾਈਫ। ਤੇ ਮੈਨੂੰ ਕਹਿੰਦੇ ਕਿ ਮੈਨੂੰ ਪਤਾ ਤੁਸੀਂ ਆਪਣੇ ਸ਼ੋਅ ਦੇ ਵਿੱਚ ਇੱਕ ਮੁੰਡੇ ਦਾ ਐਗਜ਼ਾਮਪਲ ਦਿੱਤਾ ਸੀਗਾ, ਜਿਹਨਾਂ ਨੇ ਕਿਹਾ ਸੀਗਾ ਕਿ ਮੈਂ ਆਪਣੇ ਵੱਲੋਂ ਕੋਈ ਕਰਮ ਨਹੀਂ ਕਰੂੰਗਾ, ਮਿਹਨਤ ਨਹੀਂ ਕਰੂੰਗਾ, ਬਸ ਮੈਂ ਆਪਣੇ ਆਪ ਜਿੱਦਾਂ ਅਮੀਰ ਹੋ ਜਾਵਾਂ, ਮੈਨੂੰ ਕੋਈ ਉਪਾਅ ਦੇ ਦਿਓ। ਐਂਡ ਸ਼ੀ ਗੋਜ਼, ਉਹ ਲੇਡੀ ਮੈਨੂੰ ਕਹਿੰਦੀ ਕਹਿੰਦੀ ਕਿ ਆਈ ਵਿਲ ਡੂ ਇਜ਼ ਆਈ ਐਮ ਵਿਲਿੰਗ ਟੂ ਪੁੱਟ ਇਨ ਦ ਐਫਰਟ, ਦ ਹਾਰਡ ਵਰਕ, ਯੂ ਜਸਟ ਟੈਲ ਮੀ ਵਾਟ ਟੂ ਡੂ ਐਂਡ ਆਈਲ ਡੂ ਇਟ, ਐਂਡ ਦਿਸ ਇਜ਼ ਵਾਟ ਆਈ ਵਾਂਟ ਟੂ ਅਚੀਵ ਇਨ ਮਾਈ ਲਾਈਫ, ਯੂ ਨੋ, ਐਂਡ ਸ਼ੀ ਇਜ਼ ਵਰਕਿੰਗ ਟੂਵਰਡਸ ਹਰ ਪਲਾਨ ਐਟ ਦ ਮੋਮੈਂਟ, ਐਂਡ ਦੈਟਸ ਦ ਥਿੰਗ, ਯੂ ਨੀਡ ਟੂ ਬੀ ਰੀਅਲ ਵੈਨ ਯੂ ਕਮ ਟੂ ਮੀ, ਬੀ ਰੀਅਲਿਸਟਿਕ, ਥਿੰਕ ਰੀਅਲਿਸਟਿਕਲੀ, ਤੁਸੀਂ ਸੋਚੋ ਕਿ ਐਕਚੁਅਲੀ ਤੁਸੀਂ ਚਾਹੁੰਦੇ ਕੀ ਆ, ਵਾਟ ਇਜ਼ ਯੋਰ ਏਮ, ਵਾਟ ਇਜ਼ ਯੋਰ ਗੋਲ, ਯੂ ਨੋ, ਵਾਂਸ ਯੂ ਲੈਟ ਮੀ ਨੋ ਐਗਜੈਕਟਲੀ ਵਾਟ ਯੋਰ ਗੋਲ ਇਜ਼, ਵੀ ਵਿਲ ਡਰਾਅ ਆਊਟ ਅ ਮੈਪ ਟੂਗੈਦਰ, ਤੇ ਅਸੀਂ ਦੇਖਦੇ ਕਿ ਤੁਹਾਡੇ ਲਈ ਨੈਕਸਟ ਸਟੈਪ ਕਿਹੜੇ ਹੋ ਸਕਦੇ ਹੈਗੇ ਆ। Nothing is impossible in life, you can achieve anything that you want, but sadly sirf eh hai ki thodi strategy, thoda plan sahi hona chahida hai taaki tusi apni manzil tak pahunch sako. Chalo socho ide bas, sara jisi sidha chalde apne agle caller de kol. Hello ji, hello, hello, hello ji, haan ji, tusi ida karo, please tv da volume band kar do. Nahi, main TV lady se gal kar rahi hai, rashiyan de bare main puchna chahni apne bare.
ਹਾਂਜੀ ਤੁਸੀਂ ਇੱਥੇ ਕਰੋ ਪੋਤੇ ਦੇ ਬਾਰੇ ਪੁੱਛਣਾ ਚਾਹੁੰਦੀ ਹਾਂ। ਹਾਂਜੀ ਤੁਸੀਂ ਨਾ ਟੀਵੀ ਦਾ ਆਹ ਬੰਦ ਕਰ ਦਿਓ ਪਲੀਜ਼, ਟੀਵੀ ਦਾ ਵੋਲਿਊਮ ਬੰਦ ਕਰ ਦਿਓ ਤੁਸੀਂ। ਅੱਛਾ ਐਸਾ ਕਰਦੀ ਆਵਾਜ਼। ਹੈਲੋ ਹੁਣ ਐਸਾ ਕਰ ਦੋ, ਦੱਸੋ। ਹਾਂਜੀ 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 ਹੁਣ ਠੀਕ ਆ। ਤੇ ਹਾਂਜੀ ਕਿਹਨਾਂ ਬਾਰੇ ਪੁੱਛਣਾ ਚਾਹੁੰਦੇ ਸੀਗੇ ਤੁਸੀਂ? ਮੈਂ ਆਪਣੇ ਬਾਰੇ ਪੁੱਛਣਾ ਚਾਹੁੰਦੀ, ਮੈਂ ਨਾ ਬਿਮਾਰ ਰਹਿੰਦੀ ਆ ਕਾਫੀ, ਹੈ ਨਾ। ਹਾਂ ਹਾਂ। ਤੇ ਕੋਈ ਚਿੰਤਾ ਲੱਗੀ ਰਹਿੰਦੀ ਹਰ ਵਕਤ, ਫਿਕਰ ਬਿਨਾਂ ਮਤਲਬ ਜਿਹਦੀ ਕੋਈ ਗੱਲ ਨੀ, ਜਿਹੜੀ ਦਿਮਾਗ ਚ ਕੋਈ ਗੱਲ ਨੀ ਤਾਂ ਭੰਬੀਜੀ ਤਰ੍ਹਾਂ ਘੁੰਮਦੀ ਰਹਿੰਦੀ ਹੈ। ਤਿੰਨ ਕੁ ਸਾਲਾਂ ਤੋਂ ਮੈਨੂੰ ਇਸ ਤਰ੍ਹਾਂ ਹੈਗਾ ਵਾ, ਹੈ ਨਾ। ਦਵਾਈਆਂ ਵੀ ਬਥੇਰੀਆਂ ਖਾਧੀ, ਸਭ ਕੁਛ ਕਰਦਾ, ਕੋਈ ਅਸਰ ਨੀ ਹੁੰਦਾ, ਨਾ ਘਰ ਚ ਦਿਲ ਲੱਗਦਾ, ਨਾ ਬਾਹਰ ਦਿਲ ਲੱਗਦਾ, ਨਾ ਕਿੱਥੇ ਲੱਗਦਾ, ਬਸ ਗੁੱਸਾ ਇੰਨਾ ਆਉਂਦਾ ਕਿ ਜੀ ਕਰਦਾ ਲੜਦੀ ਰਹਾਂ। ਅੱਛਾ, ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਜਦੋਂ ਡਾਕਟਰ ਨੇ ਤੁਹਾਨੂੰ ਦਵਾਈਆਂ ਲਿਖ ਕੇ ਦਿੱਤੀਆਂ, ਤੁਸੀਂ ਦਵਾਈਆਂ 3 ਸਾਲਾਂ ਤੋਂ ਹੀ ਖਾ ਰਹੇ ਆ? ਹਾਂ, ਦਵਾਈਆਂ ਖਾ ਰਹੀ ਆ। ਪਹਿਲਾਂ ਮੈਨੂੰ ਇੱਕ ਵਾਰੀ ਇਨਫੈਕਸ਼ਨ ਹੋ ਗਈ ਸੀ, ਬਹੁਤ ਜ਼ਿਆਦਾ, ਮੈਂ ਬਿਮਾਰ ਹੋ ਗਈ ਸੀ ਬਹੁਤ ਜ਼ਿਆਦਾ, ਹੈ ਨਾ। ਤੇ ਐਮਰਜੈਂਸੀ ਹਸਪੀਟਲ ਵੀ 2-3 ਵਾਰੀ ਮੈਂ ਗਈ, ਮੈਨੂੰ ਸ਼ੂਗਰ ਵੀ ਹੈ, ਬਲੱਡ ਪ੍ਰੈਸ਼ਰ ਵੀ ਹੈ ਨਾ, ਤੇ ਜਿੱਦਾਂ ਕਹਿੰਦੇ ਜੋੜਾਂ ਦਾ ਦਰਦ ਹੁੰਦਾ ਉਹ ਹੈਗਾ, ਕਸਟੋਰ ਹੈਗਾ, ਉਹ ਕਈ ਚੀਜ਼ਾਂ ਮੈਨੂੰ ਹੈਗੀਆਂ ਵਾ। ਓਕੇ, ਦੇਖੋ ਕਿਉਂਕਿ ਕਈ ਵਾਰੀ ਨਾ ਪਤਾ ਕੀ ਹੁੰਦਾ, ਕਿਉਂਕਿ ਤੁਸੀਂ ਦਵਾਈਆਂ ਵੀ ਤੁਸੀਂ ਕਾਫੀ ਚਿਰਾਂ ਤੋਂ ਲੈ ਰਹੇ ਹੋ ਤੇ ਕਾਫੀ ਜ਼ਿਆਦਾ ਤੁਸੀਂ ਇਸ ਵੇਲੇ ਜਿਹਨਾਂ ਬਿਮਾਰੀਆਂ ਜਾਂ ਪ੍ਰੋਬਲਮਸ ਤੁਸੀਂ ਕਾਫੀ ਜ਼ਿਆਦਾ ਗਿਣਵਾਤੀਆਂ ਹੈਗੀਆਂ ਆ। ਕਈ ਵਾਰੀ ਕੁਛ ਉਹ ਸਾਨੂੰ ਡਾਕਟਰ ਵੀ ਦਵਾਈ ਨਾ ਇਹੋ ਜਿਹੀ ਦਿੰਦੇ ਹੈਗੇ ਕਿ ਜਿਹਦੇ ਸਾਈਡ ਇਫੈਕਟ ਦੇ ਨਾਲ ਏਦਾਂ ਹੁੰਦਾ ਕਿ ਸਾਡਾ ਮਨ ਬੇਚੈਨ ਰਹਿੰਦਾ ਹੈਗਾ ਆ, ਨੀਂਦ ਨਹੀਂ ਆਉਂਦੀ ਆ, ਸਾਡੇ ਮਨ ਸਾਨੂੰ ਗੁੱਸਾ ਆਉਂਦਾ ਆ, ਖਿੱਝ ਆਉਂਦੀ ਆ, ਇਹਨੇ ਪਰ ਉਹਦੇ ਲਈ ਐਸ ਸ਼ੋਅ ਦੇ ਵਿੱਚ ਨਾ ਮੈਨੂੰ ਅਲਾਉ ਨਹੀਂ ਹੈਗਾ ਕਿ ਮੈਂ ਤੁਹਾਡੇ ਨਾਲ ਤੁਹਾਡੀ ਹੈਲਥ ਦੇ ਬਾਰੇ ਚ ਸਿਹਤ ਦੇ ਬਾਰੇ ਚ ਕੋਈ ਗੱਲ ਕਰ ਸਕਾਂ। ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹੂੰਗੀ ਕਿ ਜਿਹੜਾ ਸਕਰੀਨ ਦੇ ਥੱਲੇ ਆਹ 02-08 ਨੰਬਰ ਲਿਖਿਆ ਹੋਇਆ ਨਾ, ਉਸ ਨੰਬਰ ਤੇ ਤਾਂ ਤੁਸੀਂ ਹੁਣ ਫੋਨ ਕੀਤਾ ਆ ਮੇਰੇ ਨਾਲ ਗੱਲ ਕਰਨ ਨੂੰ ਨਾ ਟੀਵੀ ਤੇ, ਹੈ ਨਾ। ਉਹਦੇ ਨਾਲ ਇੱਕ ਲਾਈਨ ਦੇ ਉੱਤੇ ਨਾ ਇੱਕ ਛੋਟਾ ਜਿਹਾ ਨੰਬਰ ਲਿਖਿਆ ਹੋਇਆ ਹੈਗਾ ਆ ਜਿਹੜਾ 02-08 ਨੰਬਰ ਹੈਗਾ ਆ। ਹਾਂ, 3 ਨੰਬਰ ਹੈਗਾ, 02-0 ਫਿਰ ਹੈਗਾ 8-0-3-6 ਕਿਉਂਕਿ ਸਾਡੇ ਲਈ ਇਹ ਜਾਣਨਾ ਜ਼ਰੂਰੀ ਆ ਕਿ ਇਹ ਕਿਸ ਵਜ੍ਹਾ ਨਾਲ ਏਦਾਂ ਹੋ ਰਿਹਾ ਹੈਗਾ। ਜੇ ਤਾਂ ਕੋਈ ਇਹੋ ਜਿਹੀ ਚੀਜ਼ ਹੈ ਕਿ ਜਿਹੜੀ ਲਾਈਕ ਸ਼ਾਇਦ ਕੋਈ ਦਵਾਈਆਂ ਦੀ ਵਜ੍ਹਾ ਨਾਲ ਏਦਾਂ ਹੋ ਰਿਹਾ ਹੈਗਾ, ਫਿਰ ਡੈਫੀਨੇਟਲੀ ਮੈਂ ਤੁਹਾਨੂੰ ਰੈਕਮੈਂਡ ਕਰੂੰਗੀ ਕਿ ਤੁਸੀਂ ਵਾਪਸ ਆਪਣੇ ਡਾਕਟਰ ਦੇ ਕੋਲ ਜਾਓ, ਉਹਨਾਂ ਨਾਲ ਗੱਲ ਕਰੋ। ਪਰ ਜੇ ਕੋਈ ਹੋਰ ਵਜ੍ਹਾ ਨਜ਼ਰ ਆਈ ਰੀਡਿੰਗ ਦੇ ਵਿੱਚ ਜਾਂ ਕਾਰਡ ਦੇ ਵਿੱਚ, ਫਿਰ ਮੈਂ ਤੁਹਾਨੂੰ ਡੈਫੀਨੇਟਲੀ ਤੁਹਾਨੂੰ ਦੱਸ ਦੂੰਗੀ। ਪਰ ਮੈਂ ਦਵਾਈ ਡਾਕਟਰ ਕੋਲ ਬਥੇਰੀ ਵਾਰ ਬਦਲ ਕੇ ਲੈ ਕੇ ਗਈ ਹਾਂ, ਕਈ ਵਾਰ ਦਿਖਾਇਆ, ਐਕਸਰਾ ਕਰਾਇਆ, ਦਿਮਾਗ ਚ ਵੀ ਜਿਸ ਤਰ੍ਹਾਂ ਥੋੜਾ ਜਿਹਾ ਅਸਰ ਮੇਰੇ ਹੈਗਾ ਵਾ, ਤੁਹਾਨੂੰ ਮੈਂ ਦੱਸਾਂ ਨਾ, ਸਕੂਨ ਉਹਨਾਂ ਨੇ ਮੇਰੀ ਕੀਤੀ ਸੀ, ਪਤਾ ਹੀ ਨੀ ਹੁਣ ਪਰਮਾਤਮਾ ਹੀ ਜਾਣੇ, ਮਹਾਰਾਜ ਜਾਣੇ ਕੀ ਗੱਲ ਹੈਗੀ ਹੈ। ਮੈਂ ਮਤਲਬ ਨਾ ਮੈਂ ਘਰ ਚ ਕਿਧਰੇ ਰਹਿੰਦੀ, ਮੈਨੂੰ ਘਰ ਚ ਵੀ ਡਰ ਲੱਗਦਾ, ਹਨਾ, ਮਨ ਨੀ ਲੱਗਦਾ, ਹੋਰ ਤਰ੍ਹਾਂ ਦੇ ਮਤਲਬ ਸਰੀਰ ਤਾਂ ਮੈਨੂੰ ਆਉਂਦੀ ਨੀ ਨਾ, ਨੀਂਦ ਮੈਨੂੰ ਆਉਂਦੀ ਸਿਰਫ ਸਵੇਰੇ ਅੰਮ੍ਰਿਤ ਵੇਲੇ ਜਦੋਂ ਮਹਾਰਾਜ ਦੀ ਬਾਣੀ ਸ਼ੁਰੂ ਹੁੰਦੀ ਹੈ ਨਾ, ਉਸ ਟਾਈਮ ਤੇ ਮੈਨੂੰ ਸਿਰਫ 5-10 ਮਿੰਟ ਆਉਂਦੀ, ਉਸ ਤੋਂ ਬਾਅਦ ਮੈਨੂੰ ਕੋਈ ਨੀ ਮਿਲੇ, ਦਿਨ ਰਾਤ ਇੱਕੋ ਜਿਹੀ ਹੈ। ਓ ਮਾਈ ਗੋਡ, ਤੇ ਤੁਸੀਂ ਇਸ ਵੇਲੇ ਤੁਸੀਂ ਕੋਈ ਪਾਠ ਕਰਦੇ ਆ ਕਿ ਨਹੀਂ? ਨਹੀਂ, ਪਾਠ ਮੈਂ ਕਰਦੀ ਹਾਂ, ਮਤਲਬ ਮੈਂ ਦੱਸਾਂ, ਪਹਿਲੇ ਤਾਂ ਮੈਂ ਬਹੁਤ ਕਰਦੀ ਸੀ, ਹੁਣ ਪਾਠ ਮੇਰੇ ਕੋਲ ਹੁੰਦਾ ਨੀ, ਕਈ ਦਫਾ ਕਰਦੇ ਹਾਂ ਸਵੇਰੇ ਅੰਮ੍ਰਿਤ ਵੇਲੇ, ਅਸੀਂ ਸੁਣ ਲੈਨੇ ਮਹਾਰਾਜ ਦੀ ਬਾਣੀ ਜਾਂ ਸੀਡੀ ਲਾ ਲੈਂਦੇ ਹਾਂ। ਅੱਛਾ, ਅੱਗੇ ਕਰਦੀ ਸੀ, ਹੁਣ ਮੇਰੇ ਕੋਲ ਹੁੰਦਾ ਹੀ ਨੀ, ਮੈਨੂੰ ਮੈਨੂੰ ਅੱਗੇ ਮੈਂ ਪੜ੍ਹ ਵੀ ਲੈਂਦੀ ਸੀ ਥੋੜਾ ਬਹੁਤਾ, ਹੁਣ ਮੇਰੇ ਕੋਲ ਪੜ੍ਹਿਆ ਨੀ ਜਾਂਦਾ, ਮੈਨੂੰ ਅਕਸ਼ਰ ਨੀ ਪਤਾ ਲੱਗਦਾ। ਦੇਖੋ ਮੈਂ ਇੰਨੀ ਚੀਜ਼ ਤੁਹਾਨੂੰ ਜ਼ਰੂਰ ਕਹੂੰਗੀ, ਕਿਉਂਕਿ ਜਿੱਦਾਂ ਕਈ ਵਾਰੀ ਏਦਾਂ ਹੁੰਦਾ ਨਾ ਕਿ ਜਦੋਂ ਜੇ ਸਾਡੇ ਆਸ ਪਾਸ ਜਦੋਂ ਕੋਈ ਏਦਾਂ ਦੀ ਕੋਈ ਅਸੀਂ ਕਹੀਏ ਕਿ ਕੋਈ ਨੈਗੇਟਿਵ ਐਨਰਜੀ ਹੋਵੇ, ਉਹਦੇ ਨਾਲ ਵੀ ਕਈ ਵਾਰੀ ਏਦਾਂ ਹੋ ਜਾਂਦਾ ਹੈਗਾ ਕਿ ਜਿੱਦਾਂ ਸਾਡੇ ਕੋਲ ਪਾਠ ਹੁੰਦਾ ਹੀ ਨਹੀਂ ਆ, ਪਰਮਾਤਮਾ ਵੱਲ ਸਾਡਾ ਧਿਆਨ ਜਿੱਦਾਂ ਲੱਗਦਾ ਹੀ ਨਹੀਂ, ਉਸ ਪਾਸੇ ਨੂੰ ਦਿਲ ਜਾਂਦਾ ਹੀ ਨਹੀਂ ਸਾਡਾ, ਨਾ। ਸੋ ਉਹ ਮੈਂ ਕਹੂੰਗੀ ਉਹਦਾ ਹੀ ਜਿੱਦਾਂ ਉਸ ਤਰ੍ਹਾਂ ਦੀ ਜਿਹੜੀ ਨੈਗੇਟਿਵ ਐਨਰਜੀ ਹੁੰਦੀ ਹੈ, ਇਹ ਉਹਦਾ ਹੀ ਇੱਕ ਅਸਰ ਹੁੰਦਾ ਹੈਗਾ ਆ। ਪਰ ਮੈਂ ਇੰਨੀ ਚੀਜ਼ ਤੁਹਾਨੂੰ ਜ਼ਰੂਰ ਕਹੂੰਗੀ ਕਿ ਸਭ ਤੋਂ ਪਹਿਲੀ ਚੀਜ਼ ਤਾਂ ਇਹ ਤੁਸੀਂ ਕਰੋ ਕਿ ਆਪਣੀ ਬੋਡੀ ਦੇ ਉੱਪਰਲੇ ਹਿੱਸੇ ਦੇ ਉੱਤੇ ਤੁਸੀਂ ਚਿੱਟਾ ਰੰਗ ਨਹੀਂ ਪਾਉਣਾ ਹੈਗਾ। ਅਜੇ ਬੋਡੀ ਦੇ ਉੱਤੇ ਚਿੱਟਾ ਰੰਗ ਨਹੀਂ ਪਾਉਣਾ? ਨਹੀਂ ਨਹੀਂ, ਤੇ ਨਾਲੇ ਜਿਹੜੇ ਤੁਹਾਡੇ ਆਹ ਪਿੱਲੋ ਕੇਸ ਵੀ ਹੈਗੀ ਹੈ ਨਾ, ਬੈੱਡ ਸ਼ੀਟ ਆ, ਪਿੱਲੋ ਕੇਸ ਆ, ਉਹ ਚ ਵੀ ਤੁਸੀਂ ਵਾਈਟ ਕਲਰ ਨਾਲ ਯੂਜ਼ ਕਰੋ, ਜਿੱਦਾਂ ਬਰਾਊਨ ਰੰਗ ਆ ਉਹ ਤੁਸੀਂ ਯੂਜ਼ ਕਰ ਲਓ ਚਾਹੇ। ਅੱਛਾ, ਬਰਾਊਨ ਕਲਰ? ਹਾਂ, ਜਿੱਦਾਂ ਵਾਈਟ, ਰੈੱਡ ਬਿਲਕੁਲ ਨਾ ਤੁਸੀਂ ਯੂਜ਼ ਕਰੋ, ਨਾ ਰੈੱਡ ਨਾ ਵਾਈਟ, ਹਾਂ ਉਹਨੂੰ ਤੁਸੀਂ ਬਿਲਕੁਲ ਅਵੋਇਡ ਕਰੋ। ਬਾਕੀ ਜਦ ਵੀ ਤੁਹਾਨੂੰ ਮੌਕਾ ਮਿਲੇ, ਕਿਉਂਕਿ ਹੁਣ ਤੁਹਾਨੂੰ ਕਾਫੀ ਸਾਲਾਂ ਤੋਂ ਤੁਹਾਡੇ ਨਾਲ ਅਨਫੋਰਚੁਨੇਟਲੀ ਏਦਾਂ ਹੋ ਰਿਹਾ ਹੈਗਾ ਆ, ਜਿਹੜੀ ਰੀਡਿੰਗ ਮੈਂ ਤੁਹਾਨੂੰ ਰੈਕਮੈਂਡ ਕਰੂੰਗੀ, ਆਪਾਂ ਉਹਨੂੰ ਕਹਿੰਦੇ ਹਾਂ ਸਪਿਰਚੁਅਲ ਐਨਰਜੀ ਰੀਡਿੰਗ।
ਪਰ ਉਹਦੇ ਬਾਰੇ ਸਾਨੂੰ ਆਫ ਏਅਰ ਹੀ ਗੱਲ ਕਰਨੀ ਪੈਣੀ ਹੈ ਕਿਉਂਕਿ ਇਹਦਾ ਕਨੈਕਸ਼ਨ ਤੁਹਾਡੀ ਹੈਲਥ ਦੇ ਨਾਲ ਵੀ ਹੋ ਸਕਦਾ ਆ, ਫਿਰ ਉਹਦਾ ਮੈਨੂੰ ਅਲਾਉ ਨਹੀਂ ਹੈਗਾ ਕਿ ਮੈਂ ਟੀਵੀ ਤੇ ਤੁਹਾਡੀ ਰੀਡਿੰਗ ਤੁਹਾਡੇ ਲਈ ਕਰ ਸਕਾਂ, ਹਨਾ। ਬਾਕੀ ਮੈਂ ਤੁਹਾਡੇ ਲਈ ਪ੍ਰੇ ਜ਼ਰੂਰ ਕਰੂੰਗੀ, ਤੁਸੀਂ ਆ ਸਾਨੂੰ ਮਿਸਡ ਕਾਲ ਦੇ ਦਿਓ ਤੇ ਡੈਫੀਨਿਟਲੀ ਕੱਲ ਮੇਰੀ ਟੀਮ ਚੋਂ ਕੋਈ ਨਾ ਕੋਈ ਤੁਹਾਨੂੰ ਵਾਪਸ ਫੋਨ ਕਰ ਦੇਗਾ। ਕਿ ਬੇਟਾ ਮੇਰੀ ਕਮਨ ਗੱਲ ਸੁਣ, ਮੈਂ ਨਾ ਅੰਦਰੋਂ ਇੰਨੀ ਦੁਖੀ ਆ, ਇੰਨੀ ਦੁਖੀ ਆ ਕਿ ਪਰਮੇਸ਼ਵਰ ਹੀ ਪਰਮਾਤਮਾ ਹੀ ਜਾਣਦਾ, ਹਨਾ। ਉਹਦੇ ਅੱਗੇ ਮੈਂ ਹੀ ਹੱਥ ਜੋੜਨੀ, ਪਰਮਾਤਮਾ ਮੈਨੂੰ ਆਪਣੇ ਨਾਮ ਨਾਲ ਜੋੜ, ਆਪਣੀ ਬਾਣੀ ਨਾਲ ਜੋੜ, ਮੈਂ ਸਾਰਾ ਕੁਛ ਭੁੱਲ ਜਾਵਾਂ, ਹਨਾ। ਤੇ ਘਰ ਚ ਵੀ ਕੋਈ ਮਤਲਬ ਮਾਹੌਲ ਸਾਡਾ ਏਦਾਂ ਦਾ ਹੈਗਾ ਵੀ ਨਿਆਣਿਆਂ ਨੂੰ ਨਿਆਂ ਕਰਕੇ ਵੀ ਬੜੀ ਦਿਮਾਗ ਚਿੰਤਾ ਰਹਿੰਦੀ, ਤੈਨੂੰ ਮੈਂ ਸੱਚੀ ਗੱਲ ਦੱਸ ਦਿੰਦੀ, ਹਨਾ। ਤੇ ਮੈਂ ਇੰਨੇ ਇੱਥੇ ਦੁੱਖ ਦੇਖੇ ਤੇ ਇੰਨਾ ਕੁਛ ਦੇਖਿਆ ਤੇ ਇੰਨੇ ਮੈਂ ਕੰਮ ਕੀਤੇ ਆ ਨਾ, ਹੁਣ ਮੈਂ ਰਹਿ ਗਈ ਹੋਈ ਹਾਂ, ਹੁਣ ਨਾ ਮੈਂ ਕਿਧਰੇ ਜਾ ਸਕਦੀ ਹਾਂ ਨਾ ਕਿਧਰੇ ਆ ਸਕਦੀ ਹਾਂ। ਇਹ ਵੀ ਫੋਨ ਮੇਰੇ ਅਚਾਨਕ ਹੀ ਦਿਮਾਗ ਚ ਗੱਲ ਆਈ ਤੇ ਮੈਂ ਕਿਹਾ ਚੱਲ ਮੈਂ ਕਰ ਲਾ, ਮੇਰਾ ਘਰ ਵਾਲਾ ਵੀ ਹੈਗਾ ਤੇ ਅਸੀਂ ਦੋਨੋਂ ਜਣੇ ਗਏ ਹਾਂ, ਹਨਾ। ਤੇ ਉਹ ਮੈਂ ਦੇਖਿਆ ਕਈ ਦਿਨ, ਮੈਨੂੰ ਗੁੱਸਾ ਚੜਦਾ, ਮੈਂ ਆਪਣੇ ਘਰ ਵਾਲੇ ਨਾਲ ਵੀ ਲੜ ਪੈਂਦੀ ਹਾਂ, ਮੈਨੂੰ ਪਤਾ ਨੀ ਲੱਗਦਾ ਮੈਂ ਕਹਿੰਦੀ ਕੀ ਹਾਂ ਜਾਂ ਕੀ ਮੈਨੂੰ ਹੁੰਦਾ। ਨਹੀਂ ਇਹ ਪਤਾ ਕੀ ਚੀਜ਼ ਹੁੰਦੀ ਕਿ ਇਹ ਕਈ ਵਾਰੀ ਨਾ ਲਾਈਕ ਜੋ ਮੈਨੂੰ, ਮੈਂ ਹਜੇ ਤੁਹਾਡੇ ਕਾਰਡਸ ਨਹੀਂ ਕੱਢੇ ਹੈਗੇ ਕਿਉਂਕਿ ਮੈਨੂੰ, ਕਿਉਂਕਿ ਤੁਸੀਂ ਹੈਲਥ ਦਾ ਪਹਿਲਾਂ ਕਹਿਤਾ ਨਾ, ਫਿਰ ਮੈਨੂੰ ਅਲਾਉ ਨਹੀਂ ਹੈਗਾ ਮੈਂ ਤੁਹਾਡੇ ਕਾਰਡਸ ਵੀ ਕੱਢ ਸਕਾਂ, ਪਰ ਜੋ ਤੁਹਾਡੀ ਆਵਾਜ਼ ਤੋਂ ਵੀ ਪਤਾ ਲੱਗ ਰਿਹਾ ਹੈਗਾ ਜਾਂ ਜੋ ਤੁਹਾਡੀ ਐਨਰਜੀ ਮੈਨੂੰ ਫੀਲ ਹੋ ਰਹੀ ਆ, ਉਹ ਤਾਂ ਮੈਂ ਇੰਨੀ ਚੀਜ਼ ਤੁਹਾਨੂੰ ਜ਼ਰੂਰ ਕਹਿ ਸਕਦੀ ਹੈਗੀ ਹਾਂ ਕਿ ਜਿਸ ਤਰ੍ਹਾਂ ਦੀ ਤੁਹਾਨੂੰ ਐਨਰਜੀ, ਤੁਹਾਡੀ ਐਨਰਜੀ ਮੈਨੂੰ ਲੱਗ ਰਹੀ, ਮੈਨੂੰ ਤਾਂ ਲੱਗਦਾ ਕਿ ਜਿੱਦਾਂ ਤੁਹਾਨੂੰ ਕੋਈ ਵੀ ਤੁਹਾਨੂੰ ਜਿੱਦਾਂ ਐਕਚੁਅਲੀ ਏਦਾਂ ਦਾ ਪਰਸਨ ਨਹੀਂ ਮਿਲਿਆ ਹੈਗਾ ਕਿ ਜਿਹੜਾ ਤੁਹਾਡਾ ਆਪਣਾ ਹੋਵੇ, ਜਿਹਨਾਂ ਨੂੰ ਤੁਸੀਂ ਆਪਣਾ ਬਣਾਇਆ ਵੀ ਆ, ਪਾਲਿਆ ਵੀ ਆ, ਉਹਨਾਂ ਦੇ ਇਹਨੇ ਸਾਰਾ ਕੁਝ ਕੀਤਾ ਆ, ਉਹ ਵੀ ਤੁਹਾਡੇ ਕੋਲੋਂ ਦੂਰੋਂ ਦੂਰੋਂ ਕਰੂਗੇ। ਸ਼ੀਸ਼ੇ ਤੋੜਦੇ ਹੁੰਦੇ ਹੈਗੇ ਆ, ਏਦਾਂ ਜਿਦਾਂ ਸਾਡੀ ਫੈਮਿਲੀ ਆ, ਘਰ ਸਾਡਾ ਬਿਖਰ ਗਿਆ ਆ, ਹਾਂ। ਜੋ ਏਦਾਂ ਦੀ ਜਿਹੜੀ ਐਨਰਜੀ ਹੈਗੀ, ਇਹ ਨੋਰਮਲੀ ਇਹ ਇੱਕਦਮ ਨੀ ਆਉਂਦੀ ਹੈਗੀ, ਇਹ ਆਉਂਦੀ ਆ ਜਿੱਦਾਂ ਇਹਨੂੰ ਕਾਫੀ ਜਿੱਦਾਂ ਟਾਈਮ ਲੱਗ ਜਾਂਦਾ, ਕੁਛ ਸਾਲਾਂ ਦੇ ਵਿੱਚ ਨਾ ਇਹ ਹੌਲੀ ਹੌਲੀ ਕਰਕੇ ਇਹ ਪ੍ਰੋਬਲਮ ਵੱਧਦੀ ਰਹਿੰਦੀ ਹੈਗੀ ਆ। ਜਦੋਂ ਪਹਿਲਾਂ ਪਹਿਲਾਂ ਪ੍ਰੋਬਲਮ ਆਉਂਦੀ ਸੀ, ਸੋਚਦੇ ਕਿ ਚਲੋ ਫਲਾਣੇ ਨੂੰ ਗੁੱਸਾ ਚੜਿਆ, ਜਾਣ ਦੋ, ਛੱਡੋ ਇਸ ਗੱਲ ਨੂੰ, ਜਾਂ ਇਹਨੇ ਏਦਾਂ ਕਿਹਾ, ਚਲੋ ਛੋਟੀ ਜਿਹੀ ਗੱਲ ਆ, ਅਸੀਂ ਇਹਨੂੰ ਸਾਈਡ ਤੇ ਕਰਦੇ ਹਾਂ, ਅਸੀਂ ਅੱਜ ਦਾ ਦਿਨ ਨੀ ਖਰਾਬ ਹੋਣ ਦੇਣਾ, ਜਾਂ ਅਸੀਂ ਇਹ ਵੀਕ ਨੀ ਖਰਾਬ ਹੋਣ ਦੇਣਾ ਕਿ ਮਸਾ ਹੀ ਆਹ ਟਾਈਮ ਆਇਆ, ਜਾਂ ਯੂਨੋ ਏਦਾਂ ਅਸੀਂ ਬਹਾਨੇ ਬਣਾਉਂਦੇ ਰਹਿੰਦੇ ਆ ਕਿ ਜਿਸ ਅਸੀਂ ਹੁਣ ਅਸੀਂ ਚੁੱਪ ਕਰ ਜਾਂਦੇ ਹਾਂ, ਅਗਲੇ ਨੇ ਥੋੜਾ ਜਿਹਾ ਬੋਲਤਾ ਤੇ ਬੋਲੀ ਜਾਵੇ। ਪਰ ਗੱਲ ਕੀ ਹੁੰਦੀ ਹੈਗੀ ਕਿ ਅਸੀਂ ਜਦੋਂ ਆਪਣੇ ਵੱਲੋਂ ਚੁੱਪ ਕਰਦੇ ਰਹਿੰਦੇ ਨਾ, ਅਗਲੇ ਹੋਰ ਹਾਵੀ ਹੋ ਜਾਂਦੇ ਆ। ਬਸ ਇਹੀ ਗੱਲ, ਮੇਰਾ ਇਤਨਾ ਹੀ ਹੋ ਰਿਹਾ ਸੇਮ। ਮੈਂ ਚੁੱਪ ਕਰ ਜਾਣੀ, ਮੈਂ ਕਿਸੇ ਨਾਲ ਗੱਲ ਨੀ ਕਰਨਾ ਚਾਹੀਦੀ, ਚਾਹੇ ਬੱਚੇ ਆ, ਚਾਹੇ ਘਰ ਵਾਲਾ, ਚਾਹੇ ਕੋਈ ਹੋਰ ਵੀ ਹੈ ਨਾ, ਕੋਈ ਗੱਲ ਕਰਨਾ ਵੀ ਮੈਂ ਨਾ ਤਾਲ ਦੇ ਅੰਦਰ ਦੁਖੀ ਹੁੰਦੀ ਰਹਿੰਦੀ ਹਾਂ, ਦਿਮਾਗ ਚ ਮੇਰੀ ਵਾਰੀ ਗੱਲਾਂ ਘੁੰਮਦੀਆਂ ਰਹਿੰਦੀਆਂ ਵੀ ਮੈਂ ਆਪਣੇ ਮੂੰਹ ਨੀ ਕਿਸੇ ਨੂੰ ਕੁਛ ਕਹਿੰਦੀ, ਤੈਨੂੰ ਮੈਂ ਦੱਸਾਂ ਫਿਰ ਅੰਦਰ ਜਿਹੜਾ ਮੇਰਾ ਨਾ ਕਹਿੰਦੇ ਜਿੱਥੇ ਭਾਂਬਣ ਨੀ ਹੁੰਦਾ ਭਾਂਬਣ, ਤੁਸੀਂ ਆਪਣੇ ਵੱਲੋਂ ਆਪਣੀ ਬੋਡੀ ਦੇ ਉੱਪਰਲੇ ਹਿੱਸੇ ਦੇ ਉੱਤੇ ਤੁਸੀਂ ਚਿੱਟਾ ਰੰਗ ਜਾਂ ਤੁਸੀਂ ਨਹੀਂ ਪਾਣਾ ਹੈਗਾ, ਤੇ ਬੈੱਡ ਸ਼ੀਟ ਦੇ ਵਿੱਚ ਵੀ ਚਿੱਟਾ ਰੰਗ ਤੇ ਲਾਲ ਰੰਗ ਤੁਸੀਂ ਬਿਲਕੁਲ ਅਵੋਇਡ ਕਰੋ। ਜਦੋਂ ਰੰਗ ਤੇ ਲਾਲ ਰੰਗ ਤੇ ਜਦੋਂ ਤੁਸੀਂ 0208 ਨੰਬਰ ਦੇ ਉੱਤੇ ਹੁਣ ਸਾਨੂੰ ਜਿੱਦਾਂ ਫੋਨ ਕਰਕੇ ਨਾ ਮਿਸਡ ਕਾਲ ਦੇ ਦੋ, ਫੋਨ ਕਰਕੇ ਚਾਹੇ ਰੱਖ ਦੋ। ਅੱਛਾ, ਜਿਸ ਤਰ੍ਹਾਂ ਹੁਣ ਆਪਣੇ ਕੋਲ ਪ੍ਰਿੰਟਡ ਹੈਗੇ ਸੂਟ, ਉਹਦੇ ਪਾਸ ਦੇ ਕਰੀਮ ਕਲਰ ਹੋ ਗਿਆ, ਮੈਂ ਵੈਸੇ ਪਾਉਂਦੀ ਨੀ ਚਿੱਟੇ, ਘੱਟ ਹੀ ਪਾਉਂਦੀ, ਕਰੀਮ ਕਲਰ ਪਾਉਂਦੀ ਹਾਂ। ਚਲ ਮੇਰੇ ਕੋਲ ਕੋਈ ਸੂਟ ਹੋਏਗਾ ਤੇ ਮੈਂ ਪਾਉਂਦੀ ਸਾਰੇ ਫਿੱਕੇ ਕਲਰ ਆ, ਕਿਉਂਕਿ ਮੈਂ ਮਹਾਰਾਜ ਨੂੰ ਮੰਨਦੀ ਹਾਂ ਨਾ, ਮੰਨਦੀ ਮੈਂ ਸਾਰਿਆਂ ਨੂੰ, ਦੇਵੀ ਦੇਵਤਿਆਂ ਨੂੰ, ਸਾਰਿਆਂ ਦੇ ਅੱਗੇ ਪ੍ਰਣਾਮ ਕਰ ਰਹੀ ਹਾਂ। ਮੈਂ ਕਹਿੰਦੀ ਮਹਾਰਾਜ ਕਿਸੇ ਤਰ੍ਹਾਂ ਵੀ ਮੈਨੂੰ ਸ਼ਾਂਤੀ, ਅੱਗੇ ਮੈਨੂੰ ਕਦੀ ਕੁਛ ਨੀ ਹੁੰਦਾ, ਕੋਈ ਫਿਕਰ ਨੀ ਹੁੰਦਾ ਕਿਸੇ ਚੀਜ਼ ਦਾ। ਹੁਣ ਇਹ 4 ਸਾਲ ਹੋ ਗਏ ਮੈਨੂੰ, 4 ਇੰਨੀਆਂ ਪ੍ਰੋਬਲਮਾਂ ਮੇਰੇ ਅੰਦਰ ਆ ਗਈ, ਮੈਨੂੰ ਖੁਦ ਨੀ ਪਤਾ ਲੱਗਦਾ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਪਾਠ ਕਰਨੇ ਦੇ ਪਾਠ ਚ ਮੰਨਦੀ ਹਾਂ, ਜੇ ਕੋਈ ਕੰਮ ਕਰੇ ਤਾਂ ਮੰਨਦੀ, ਅੰਦਰ ਡਰ ਪੈਂਦਾ ਹਾਏ ਪਤਾ ਨੀ ਕੌਣ ਗਿਆ, ਕੀ ਹੋ ਗਿਆ ਮੇਰੇ ਨਾਲ, ਇਸ ਤਰ੍ਹਾਂ ਕਿਉਂ ਹੋ ਗਿਆ। ਨਹੀਂ ਤਾਂ ਬੇਟਾ ਮੈਨੂੰ ਤੂੰ ਜਿਹੜਾ ਮੈਨੂੰ ਕੋਈ ਜਾਣਦਾ ਨਾ ਪੁਰਾਣਾ, ਉਹਨੂੰ ਤੂੰ ਪੁੱਛ ਸਕਦੀ ਸੀ ਵੀ ਮੈਂ ਕਿੱਦਾਂ ਦੀ ਸੀ। ਨਹੀਂ ਮੈਂ ਸਮਝ ਰਹੀ ਇਸ ਗੱਲ ਨੂੰ, ਕਿਉਂਕਿ ਇਹ ਜਿੱਦਾਂ ਮੈਂ ਤੁਹਾਨੂੰ ਹੁਣੀ ਦੱਸਿਆ ਨਾ, ਇਹ ਜਿਹੜੀ ਪ੍ਰੋਬਲਮ ਹੈਗੀ ਕਾਫੀ ਚਿਰੰਤ, ਪਰ ਇੱਕਦਮ ਨੀ ਆਉਂਦੀ, ਇਹ ਹੌਲੀ ਹੌਲੀ ਵੱਧਦੀ ਰਹਿੰਦੀ ਹੈਗੀ ਆ। ਪਰ ਇਹ ਅਸੀਂ ਜਦੋਂ ਹੁਣ ਅਸੀਂ ਆਫ ਏਅਰ ਗੱਲ ਕਰਾਂਗੇ ਦੋਨੋਂ, ਤੇ ਨਾ ਉਸ ਵੇਲੇ ਫਿਰ ਅਸੀਂ ਜ਼ਿਆਦਾ ਡਿਟੇਲ ਦੇ ਵਿੱਚ ਚੈੱਕ ਕਰ ਸਕਦੇ ਹਾਂ, ਤੇ ਫਿਰ ਸਾਨੂੰ ਪਤਾ ਲੱਗ ਜਾਣਾ ਕਿ ਐਗਜੈਕਟਲੀ ਤੁਸੀਂ ਕਿਹੜਾ ਸਟੈਪ ਲੈ ਸਕਦੇ ਜਾਂ ਕੀ ਕਰ ਸਕਦੇ ਹੈਗੇ, ਤੁਸੀਂ ਕਿੱਦਾਂ ਦੁਬਾਰਤੀ ਤੁਸੀਂ ਬਾਣੀ ਦੇ ਨਾਲ ਜੁੜ ਸਕਦੇ ਆ ਜਾਂ ਪਰਮਾਤਮਾ ਦੇ ਨਾਮ ਨਾਲ ਜੁੜ ਸਕਦੇ ਆ, ਕਿ ਜਿੱਥੇ ਤੁਹਾਡਾ ਖੁਦ ਜਿੱਦਾਂ ਪਹਿਲਾਂ ਨੀ ਦਿਲ ਅੰਦਰੋਂ ਹੀ ਮਨ ਕਰਦਾ ਸੀਗਾ ਕਿ ਮੈਂ ਆਪਣਾ ਪਾਠ ਨਾ ਛੱਡਾਂ, ਜਿੱਦਾਂ ਨਾ ਏਦਾਂ ਹੁੰਦਾ ਸੀ ਕਿ ਮੇਰਾ ਦਿਲ ਹੀ ਨੀ ਸ਼ੁਰੂ ਹੋਣਾ ਕਿ ਮੈਂ ਨਾ ਕਰਾਂ। ਕਦੀ ਕਿਸੇ ਨੂੰ ਉਠਾਇਆ ਨੀ, ਮੈਂ 2:30 ਵਜੇ ਨਹਾ ਕੇ ਨਾ ਇਸ਼ਨਾਨ ਕਰਕੇ ਨਹਾ ਧੋ ਕੇ ਪਾਠ ਕਰਦੀ ਸੀ, ਇੰਡੀਆ ਵੀ ਕਰਦੀ ਸੀ, ਇੱਥੇ ਵੀ ਕਰਦੀ ਰਹੀ ਹਾਂ, ਕੰਮ ਤੇ ਵੀ ਜਾਂਦੀ ਰਹੀ ਹਾਂ। ਹੁਣ ਮੇਰਾ ਇਹੋ ਜਿਹਾ ਹਾਲਾਤ ਹੋ ਗਿਆ, ਨਾ ਤਾਂ ਮੇਰਾ ਕਿਧਰੇ ਜਾਣ ਨੂੰ ਦਿਲ ਕਰਦਾ, ਨਾ ਕਿਸੇ ਨੂੰ ਬੁਲਾਉਣ ਨੂੰ ਦਿਲ ਕਰਦਾ, ਨਾ ਕਿਸੇ ਨਾਲ ਗੱਲ ਕਰਦਾ
ਤੇ ਕੋਈ ਏਦਾਂ ਦੀ ਗੱਲ ਤੈਨੂੰ ਪਤਾ ਹੋ ਵੀ ਜਾਂਦੀ ਹੈ, ਫਿਰ ਉਹਨਾਂ ਦਾ ਦੁੱਖ ਮੈਨੂੰ ਇੰਨਾ ਹੁੰਦਾ ਨਾ, ਮੈਂ ਤੈਨੂੰ ਦੱਸਦੀ ਬਾਅਦ ਮੈਂ ਪਛਤਾਨੀ, ਹਾਏ ਮੈਂ ਕਿਸੇ ਨੂੰ ਕੋਈ ਗੱਲ ਨਹੀਂ, ਘਰ ਵਾਲੇ ਨੂੰ ਵੀ ਕਹਿ ਦਿੰਦੀ ਹਾਂ ਮੈਂ, ਕਿਉਂਕਿ ਮੇਰਾ ਮੈਨੂੰ ਆਪ ਨੂੰ ਨੀ ਪਤਾ ਮੈਂ ਕੀ ਕਹਿੰਦੀ। ਨਹੀਂ ਸਾਡਾ ਜਦ ਢਿੱਡ ਦੁਖੀ ਹੁੰਦਾ ਨਾ ਅੰਦਰੋਂ, ਉਹ ਚੀਜ਼ ਬਾਹਰ ਆ ਹੀ ਜਾਂਦੀ ਹੈਗੀ ਜਿਹਦੇ ਨਾਲ ਕਿੱਦਾਂ ਕਰਕੇ ਅਸੀਂ ਆਪਣੇ ਵੱਲੋਂ ਜਿੰਨਾ ਵੀ ਅਸੀਂ ਆਪਣੇ ਵੱਲੋਂ ਸ਼ਾਂਤ ਬਣਾ ਕੇ ਰੱਖੀਏ, ਅਸੀਂ ਕਹੀਏ ਕਿ ਅਸੀਂ ਚੁੱਪ ਰਹੀਏ, ਕੁਆਇਟ ਰਹੀਏ, ਜਿਹਦੇ ਨਾਲ ਕਿੱਦਾਂ ਕਰਕੇ ਚੀਜ਼ ਕੋਈ ਪ੍ਰੋਬਲਮ ਬਣ ਕੇ, ਕੋਈ ਬਿਮਾਰੀ ਬਣ ਕੇ, ਜਾਂ ਏਦਾਂ ਇਹਨਾਂ ਸਾਰੇ ਮੂੰਹ ਕੁਛ ਨਿਕਲ ਜਾਂਦਾ, ਕਹਿ ਹੋ ਜਾਂਦਾ ਹੈਗਾ, ਏਦਾਂ ਕੋਈ ਰੋਂਗ ਚੀਜ਼ ਸਾਡੇ ਕੋਲ ਹੋ ਹੀ ਜਾਂਦੀ ਹੈਗੀ ਆ। ਪਰ ਨਾ ਜਿਵੇਂ ਅਸੀਂ ਭੁੱਲਣ ਹਾਰ ਆ, ਬਖਸ਼ਣ ਵਾਲਾ ਹੈਗਾ, ਮੈਂ ਤਾਂ ਸਾਰਿਆਂ ਨੂੰ ਤੁਹਾਨੂੰ ਦੱਸਿਆ ਕਹਿੰਦੀ ਮੈਨੂੰ ਕੋਈ ਮਿਲਦਾ ਨਾ, ਮੈਂ ਕਹਿੰਦੀ ਚਲੋ ਮੈਂ ਕੋਈ ਗਲਤੀ ਗੱਲ ਤੁਹਾਨੂੰ ਕੋਈ ਗਲਤ ਗੱਲ ਕਹਿ ਵੀ ਦਿੱਤੀ, ਮੈਨੂੰ ਮਾਫ਼ ਕਰ ਦਿਓ ਹਨਾ, ਮੈਨੂੰ ਆਪ ਨੀ ਪਤਾ, ਮੈਂ ਤੁਸੀਂ ਮੈਨੂੰ ਮਾਫ਼ ਕਰ ਦਿਓ ਕੋਈ ਵੀ ਗਲਤੀ ਕਰੀ, ਕਹਿਣਗੇ ਤੁਸੀਂ ਗਲਤੀ ਕੀਤੀ ਕਹੀ, ਮੈਂ ਕੀ ਪਤਾ ਹੁੰਦਾ ਬੰਦੇ ਨੇ ਕਿਸੇ ਟਾਈਮ ਤੇ ਕੀ ਗੱਲ ਕਹਿਤੀ ਹੋਈ ਹੈ। ਇਸ ਤਰ੍ਹਾਂ ਮਨ ਚ ਨਾ ਮੇਰਾ ਬਹੁਤ ਹੀ ਹੈਗਾ, ਮੈਨੂੰ ਕੋਈ ਇਨਸਾਨ ਇਹੋ ਜਿਹਾ ਨੀ ਮਿਲਦਾ ਕਿ ਜਿਹਨੂੰ ਮੈਂ ਆਪਣੇ ਦਿਲ ਦੀ ਗੱਲ ਦੱਸਾਂ ਤੇ ਉਹਨਾਂ ਗੱਲ ਕਰਾਂ, ਜੋ ਮੈਨੂੰ ਤਸੱਲੀ ਦੇਵੇ, ਜਾਂ ਮੈਨੂੰ ਕੋਈ ਇੰਜ ਕਵੇ, ਹੈ ਹੀ ਨੀ ਗਾ। ਹੁਣ ਕਦੀ ਨਾ ਲਿਆ, ਕਦੀ ਨਾ ਨਾ ਲਿਆ, ਕਦੀ ਉੱਠ ਗਏ, ਕਦੀ ਨਹੀਂ ਉੱਠ ਗਏ, ਰਾਤੀ ਦੇ ਸਾਰੀ ਰਾਤ ਇਸ ਤਰ੍ਹਾਂ ਬੈਠੀ ਨਿਕਲ ਗਈ। ਹਾਏ ਨਹੀਂ, ਉਹ ਠੀਕ ਨਹੀਂ ਹੈਗਾ। ਤੁਸੀਂ ਡੈਫੀਨੇਟਲੀ, ਮੈਂ ਤੁਹਾਨੂੰ ਕਹੂੰਗੀ ਜਲਦੀ ਤੋਂ ਜਲਦੀ ਤੁਸੀਂ ਉਹ 0208 ਨੰਬਰ ਤੇ ਸਾਨੂੰ ਮਿਸਡ ਕਾਲ ਦਿਓ। ਕੱਲ ਮੇਰੀ ਟੀਮ ਹੁਣੇ ਦੇ ਦੇਣੀ ਆ, ਉਹ ਤੇ ਲਿਖਿਆ ਨੰਬਰ ਮੈਂ ਦੇਣ ਦੇ, ਪਲੀਜ਼ ਮੇਰੀ ਤੋਂ ਜਿਤਨਾ ਮਰਜ਼ੀ ਕਰ, ਮੇਰੀ ਨਾ ਮੇਰੀ ਦੁੱਖ ਮੇਰਾ ਦੂਰ ਕਰ ਦਿਓ, ਕਿਉਂਕਿ ਮੇਰੇ ਕੋਲ ਕੁਝ ਹੁੰਦਾ ਨਹੀਂਗਾ, ਮੈਂ ਕੁਝ ਕਰ ਨਹੀਂ ਸਕਦਾ। ਨਹੀਂ ਡੈਫੀਨੇਟਲੀ, ਜਿੰਨੀ ਵੀ ਮੇਰੇ ਕੋਲ ਹੋ ਸਕੇ ਨਾ, ਮੈਂ ਡੈਫੀਨੇਟਲੀ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰੂੰਗੀ ਕਿ ਜਿਹਦੇ ਨਾਲ ਤੁਹਾਡੀ ਬੈਸਟ ਹੈਲਪ ਹੋਵੇ। ਚਲੋ ਠੀਕ ਆ, ਓਕੇ, ਥੈਂਕ ਯੂ ਤੇਰਾ ਬਹੁਤ ਬਹੁਤ, ਮੈਂ ਤੁਹਾਨੂੰ ਫੋਨ ਤੇ ਗੱਲ ਕਰਨੀ, ਫਿਰ ਤੂੰ ਮੈਨੂੰ ਬੈਲ ਮਾਰੀ, ਚੰਗਾ? ਜ਼ਰੂਰ ਜ਼ਰੂਰ, ਥੈਂਕ ਯੂ ਸੋ ਮਚ, ਓਕੇ, ਚੰਗਾ, ਥੈਂਕ ਯੂ, ਓਕੇ, ਬਾਏ। ਤੇ ਪਰਮਾਤਮਾ ਕਰੇ ਕਿ ਸੱਚੀ ਕਦੇ ਵੀ ਕਿਸੇ ਦੀ ਲਾਈਫ 'ਚ ਏਦਾਂ ਦੀ ਨੈਗੇਟਿਵਿਟੀ ਨਾ ਆਵੇ, ਕੋਈ ਐਡੀ ਵੱਡੀ ਕੋਈ ਬੰਦਿਸ਼ ਜਾਂ ਰੁਕਾਵਟ ਨਾ ਆਵੇ ਕਿ ਜਿੱਥੇ ਤੁਸੀਂ ਇੰਨੇ ਸਾਲਾਂ ਦੇ ਲਈ ਤੁਸੀਂ ਸਫ਼ਰ ਕਰਦੇ ਆ ਰਹੇ ਹੈਗੇ ਆ। ਇਟਸ ਨੋਟ ਅ ਗੁੱਡ ਥਿੰਗ। ਚਲੋ ਹੁਣ ਮੈਂ ਜਾ ਰਹੀ ਹਾਂ ਛੋਟੇ ਜਿਹੇ ਬ੍ਰੇਕ ਤੇ, ਵਾਲ ਸੀ ਗਾਇਸ ਆਫਟਰ ਵੈਰੀ ਸ਼ੋਰਟ ਬ੍ਰੇਕ। ਥੈਂਕ ਯੂ। Tired of always running out of data? Don't worry, we've got you covered. With Leica Mobile's UK Plan Ultra, you get a phone-busting 15 gigabytes of data, unlimited UK minutes and texts, and 100 international minutes for just £12 for 30 days. That's a limited-time offer of over 50% off when bought online with a new SIM order. That's big data and big value. Visit leicamobile.co.uk today to see the full offer. Terms and conditions apply. जीवन का सार सत्संग। गीता मनीषी स्वामी ज्ञानानंद जी महाराज की प्रेरणा से हिंदू काउंसिल यूके, गवर्नमेंट ऑफ हरियाणा, कुरुक्षेत्र डेवलपमेंट बोर्ड और जियो गीता आपको सादर निमंत्रित करते हैं। आइए शामिल होइए लंदन में आयोजित इंटरनेशनल गीता महोत्सव में। इंटरनेशनल गीता सेमिनार ऑन 10th August at Logan Hall, University College, London, from 11:30. Gita Yagna and Gita Sadbhavna Yatra on 11th August at Sri Ram Mandir, South Hall, from 9:30. Let's celebrate International Gita Mahotsav at London. School jana to ek sapna tha, roz dekhta उस खाने वाली गाड़ी को, सबको बढ़िया खाना, खुशी होती थी देखकर। फिर वो दिन आया जब मैं भी गया स्कूल, लगा कि सपने देखने की ताकत मिल गई हो। अरे पेट भरा हो तो पूरा ध्यान पढ़ाई में रहेगा ना। प्रार्थना करता हूँ कि वो खाने वाली गाड़ी हमेशा स्कूल आती रहे। थैंक यू अक्षय पात्र। आइए हाथ बटाइए ताकि भारत में 16 लाख से भी ज्यादा बच्चों को स्कूल में पौष्टिक खाना मिलता रहे। जामवंत के बचन सुहाए, सुने मन मंत्र दे अति भारी, कब लगी मोहि पर खेहु तुम भाई, सरि दुख कंद मूल पलिया, हर रामचंद्र पद जय शरण, जय जय सिया राम शंकर हरि ओम। हिस्टन हाइड वेस्ट लंदन के सबसे शानदार होटल्स में से एक, with 303 एयर कंडीशन रूम्स एंड स्वीट्स, वन ऑफ द लार्जेस्ट बैंक्वेट स्पेसेस इन लंदन, मीटिंग रूम फॉर अप टू 1200 पीपल, कॉन्फ्रेंसेस, म्यूजिकल फंक्शन, वेडिंग्स या कोई भी गैदरिंग, मनपसंद भोजन, शानदार आयोजन और बेहतरीन वेन्यू, 400 गाड़ियों की पार्किंग के साथ।
Heston Hyde. For bookings, call 0208-572-1818. Hi, I'm Rekha Bhardwaj and you're watching Kismat Karma with Aarti. ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਬ੍ਰੇਕ ਪਸੰਦ ਆਇਆ ਹੋਗਾ। ਲਾਈਕ ਟੂ ਰਿਮਾਈਂਡ ਐਵਰੀਬਾਡੀ ਕਿ ਜੇ ਤੁਸੀਂ ਹਜੇ ਵੀ ਲਾਈਵ ਇੰਟਰੈਕਟਿਵ ਸ਼ੋਅ 'ਚ ਹਿੱਸਾ ਲੈਣਾ ਚਾਹੁੰਦੇ ਹਾਂ, ਡੈਫੀਨੇਟਲੀ ਤੁਸੀਂ ਮੈਨੂੰ ਨਾਲ ਗੱਲ ਕਰ ਸਕਦੇ ਹੈ ਕਿ ਤੁਹਾਡੇ ਕੋਲ ਥੋੜ੍ਹਾ ਜਿਹਾ ਟਾਈਮ ਹੈਗਾ ਆ। ਗਿਵ ਮੀ ਅ ਕੋਲ ਐਂਡ ਆਲ ਡੂ ਮਾਈ ਬੈਸਟ ਟੂ ਹੈਲਪ ਯੂ। ਅੱਜ ਦਾ ਸ਼ੋਅ ਤੁਹਾਡੇ ਸਾਹਮਣੇ ਲਾਈਵ ਇੰਟਰੈਕਟਿਵ ਪੂਰੇ 2 ਵਜੇ ਤੱਕ ਰਹੂਗਾ, UK ਟਾਈਮ ਦੇ ਹਿਸਾਬ ਦੇ ਨਾਲ। ਜੇ ਤੁਸੀਂ ਇਸ ਸ਼ੋਅ ਨੂੰ ਇੰਟਰਨੈਟ, ਯੂਟਿਊਬ ਜਾਂ ਫੇਸਬੁੱਕ ਦੇ ਜ਼ਰੀਏ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਦੇਖ ਰਹੇ ਹਾਂ, ਦੁਨੀਆਂ ਦੇ ਵਿੱਚ ਜਾਂ ਯੂਰਪ ਤੋਂ ਦੇਖ ਰਹੇ ਹਾਂ, ਯਾਦ ਰੱਖਣਾ ਕਿ ਜਿਹੜਾ ਆਹ ਸਕਰੀਨ ਦੇ ਉੱਤੇ 02 08 ਨੰਬਰ ਲਿਖਿਆ ਆ ਰਿਹਾ ਆ, ਉਸ ਨੰਬਰ ਦੇ ਉੱਤੇ ਤੁਸੀਂ ਕਿਸੇ ਵੀ ਵੇਲੇ ਫੋਨ ਕਰ ਸਕਦੇ ਹਾਂ ਐਂਡ ਸਾਨੂੰ ਮਿਸਡ ਕਾਲ ਦੇ ਦਿਓ ਤੇ ਅਸੀਂ ਤੁਹਾਨੂੰ ਫਿਰ ਵਾਪਸ ਫੋਨ ਕਰ ਲਾਂਗੇ। ਅੱਜ ਦਾ ਦਿਨ ਤਾਂ ਨਹੀਂ ਤੁਹਾਨੂੰ ਵਾਪਸ ਫੋਨ ਕਰਾਂਗੇ, ਪਰ ਅਸੀਂ ਕੱਲ੍ਹ ਤੁਹਾਨੂੰ ਵਾਪਸ ਫੋਨ ਕਰ ਲਾਂਗੇ ਤੇ ਤੁਹਾਡੀ ਪੂਰੀ ਹੈਲਪ, ਪੂਰੀ ਮਦਦ ਜ਼ਰੂਰ ਕਰਾਂਗੇ। ਮੇਰੀ ਟੀਮ ਤੁਹਾਡੇ ਨਾਲ ਗੱਲ ਕਰ ਲੂਗੀ, ਉਹ ਤੁਹਾਡੀ ਡੇਟ, ਟਾਈਮ, ਜਗ੍ਹਾ ਅਰੇਂਜ ਕਰ ਦੂਗੀ ਤਾਂ ਕਿ ਆਪਾਂ ਮਿਲ ਸਕੀਏ ਜਾਂ ਫੋਨ ਰਾਹੀਂ ਆਪਾਂ ਗੱਲ ਕਰ ਸਕੀਏ, ਤੇ ਜਿੰਨੀ ਵੀ ਮੇਰੇ ਕੋਲ ਹੋ ਸਕੇ ਰੀਡਿੰਗ ਕਰਕੇ ਮੈਂ ਤੁਹਾਡੀ ਮਦਦ ਜ਼ਰੂਰ ਕਰੂੰਗੀ। ਮੇਰੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਇਨ ਆਰਡਰ ਫੋਰ ਮੀ ਟੂ ਹੈਲਪ ਯੂ, ਆਈ ਵਿਲ ਹੈਵ ਟੂ ਡੂ ਅ ਰੀਡਿੰਗ। ਮੇਰੇ ਲਈ ਰੀਡਿੰਗ ਕਰਨਾ ਜ਼ਰੂਰੀ ਆ, ਕਿਉਂਕਿ ਬਿਨਾਂ ਰੀਡਿੰਗ ਕੀਤੇ ਮੈਨੂੰ ਇਹ ਨਹੀਂ ਪਤਾ ਲੱਗੂਗਾ ਕਿ ਐਗਜੈਕਟਲੀ ਪ੍ਰੋਬਲਮ ਕਿੱਥੋਂ ਆਈ ਆ, ਕਿੱਦਾਂ ਆਈ ਆ, ਕਿਉਂ ਆਈ ਆ, ਜਾਂ ਰੱਬ ਨਾ ਕਰੇ ਜੇ ਕਿਸੇ ਨੇ ਪਾਈ ਆ ਤੇ ਕਿਹਨੇ ਪਾਈ ਆ। ਵੀ ਨੀਡ ਟੂ ਗੈਟ ਟੂ ਦ ਰੂਟ ਕੌਜ਼ ਆਫ ਦ ਪ੍ਰੋਬਲਮ। ਇੱਕ ਵਾਰੀ ਸਾਨੂੰ ਪਤਾ ਲੱਗ ਗਿਆ ਕਿ ਉਸ ਮੁਸ਼ਕਿਲ ਦੀ ਜੜ੍ਹ ਕੀ ਆ ਜਾਂ ਪ੍ਰੋਬਲਮ ਦੀ ਜੜ੍ਹ ਕੀ ਆ, ਦੈਨ ਵੀ ਕੈਨ ਟ੍ਰਾਈ ਟੂ ਫਾਈਂਡ ਦ ਰਾਈਟ ਸੋਲੂਸ਼ਨ। ਪਰ ਜੇ ਸਾਨੂੰ ਇਹੀ ਨਹੀਂ ਪਤਾ ਕਿ ਉਹ ਬੰਦਿਸ਼ ਜਾਂ ਮੁਸ਼ਕਿਲ ਆਈ ਕਿੱਥੋਂ ਹੈਗੀ ਆ, ਹੈਵ ਵੁੱਡ ਯੂ ਐਵਰ ਫਾਈਂਡ ਦ ਸੋਲੂਸ਼ਨ। ਕਿੰਨੀ ਵਾਰੀ ਇੱਦਾਂ ਹੁੰਦਾ ਕਿ ਲਾਈਫ ਦੇ ਵਿੱਚ ਨੈਗੇਟਿਵ ਐਨਰਜੀ ਆਉਂਦੀ, ਕਿ ਜਿੱਦਾਂ ਕਿ ਹੁਣ ਬ੍ਰੇਕ ਤੋਂ ਪਹਿਲਾਂ ਅਸੀਂ ਕੋਲ ਨਾਲ ਗੱਲ ਕਰ ਰਹੇ ਸੀਗੇ, ਉਹਨਾਂ ਨੇ ਬਹੁਤ ਕੁਛ ਸਾਨੂੰ ਦੱਸਿਆ ਕਿ ਉਹਨਾਂ ਦੇ ਲਾਈਫ 'ਚ ਕਿੱਦਾਂ ਦੇ ਸਿੰਪਟਮਸ ਆ ਰਹੇ ਨੇ। ਬੇਚੈਨੀ ਰਹਿੰਦੀ ਹੈਗੀ ਆ, ਪਾਠ ਵਿੱਚ ਧਿਆਨ ਨਹੀਂ ਲੱਗਦਾ, ਮਨ ਨਹੀਂ ਲੱਗਦਾ, ਦਿਨ ਰਾਤ ਇੱਕੋ ਹੀ ਹੋ ਜਾਂਦੇ ਆ ਕਿ ਨੀਂਦ ਵੀ ਨਹੀਂ ਆਉਂਦੀ ਪ੍ਰੋਪਰਲੀ, ਤੇ ਕਈ ਵਾਰੀ ਮਨ ਦੇ ਵਿੱਚ ਉਹ ਯੂਨੋ ਇੱਦਾਂ ਹੁੰਦਾ ਕਿ ਇੰਨੀ ਬੇਚੈਨੀ ਰਹਿੰਦੀ ਹੈਗੀ ਆ, ਪਤਾ ਨਹੀਂ ਲੱਗਦਾ ਸੀ ਕਿਸੇ ਨੂੰ ਕੀ ਕਹਿਤਾ ਜਾਂ ਕੀ ਹੋਇਆ ਕੀ ਨਹੀਂ ਹੋਇਆ, ਬਹੁਤ ਜ਼ਿਆਦਾ ਉਲਝਣਾਂ ਰਹਿੰਦੀਆਂ ਆ। ਐਂਡ ਦੀਸ ਆਰ ਜਸਟ ਸਮ ਆਫ ਦ ਸਿੰਪਟਮਸ ਆਫ ਨੈਗੇਟਿਵ ਐਨਰਜੀ। ਜੇ ਤੁਹਾਡੀ ਲਾਈਫ ਦੇ ਵਿੱਚ ਇੰਨੀ ਜ਼ਿਆਦਾ ਨੈਗੇਟਿਵ ਐਨਰਜੀ ਹੈਗੀ ਆ, ਤੁਸੀਂ ਜਲਦੀ ਤੋਂ ਜਲਦੀ ਤੁਸੀਂ ਉਹਦਾ ਉਪਾਅ ਕਰੋ, ਜਲਦੀ ਤੋਂ ਜਲਦੀ ਤੁਸੀਂ ਸਹੀ ਹੈਲਪ ਲਓ। ਜੇ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਸ਼ਾਇਦ ਸਪਿਰਿਚੁਅਲਿਟੀ ਦੇ ਨਾਲ ਤੁਹਾਡੀ ਮਦਦ ਹੋ ਸਕਦੀ ਆ, ਜਾਂ ਤੁਸੀਂ ਵੀ ਨੋਟਿਸ ਕਰ ਰਹੇ ਆ ਕਿ ਕਾਫੀ ਚਿਰਾਂ ਤੋਂ ਤੁਸੀਂ ਵੀ ਰੱਬ ਦੇ ਕੋਲੋਂ ਤੁਸੀਂ ਸ਼ਾਇਦ ਤੁਸੀਂ ਥੋੜਾ ਜਿਹਾ ਦੂਰ ਹੋ ਰਹੇ ਆ, ਤੁਹਾਡਾ ਕਨੈਕਸ਼ਨ ਆਪਣੇ ਪਰਮਾਤਮਾ ਦੇ ਨਾਲ ਇੰਨਾ ਸਟਰੋਂਗ ਨਹੀਂ ਰਿਹਾ ਹੈਗਾ, ਦੈਨ ਸਮਥਿੰਗ ਇਜ਼ ਨਾਟ ਰਾਈਟ। ਕਿਉਂਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਮੈਲੀ ਵਿਦਿਆ ਦਾ ਅਸਰ ਹੁੰਦਾ ਆ, ਜਾਂ ਸ਼ੈਤਾਨੀ ਸ਼ਕਤੀ ਦਾ ਅਸਰ ਹੁੰਦਾ ਹੈਗਾ ਆ, ਜਾਂ ਜਦੋਂ ਸਾਡੀ ਜ਼ਿੰਦਗੀ 'ਚ ਕੋਈ ਤਾਂਤਰਿਕ ਵਿਦਿਆ ਦਾ ਅਸਰ ਹੁੰਦਾ ਹੈਗਾ ਆ, ਉਹਦੇ ਸਭ ਤੋਂ ਪਹਿਲੀ ਨਿਸ਼ਾਨੀ ਹੋਈ ਇਹ ਆ ਕਿ ਉਹ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਪਰਮਾਤਮਾ ਤੋਂ ਤੁਹਾਡੇ ਰੱਬ ਤੋਂ ਦੂਰ ਕਰਦੀ ਆ। ਤੁਸੀਂ ਚਾਹੇ ਰੱਬ ਨੂੰ ਕਿਸੇ ਵੀ ਰੂਪ ਦੇ ਵਿੱਚ ਮੰਨੋ, ਕਿਸੇ ਵੀ ਨਾਮ ਦੇ ਨਾਲ ਤੁਸੀਂ ਉਹਦੀ ਪੂਜਾ ਕਰੋ, ਇਬਾਦਤ ਕਰੋ, ਪਾਠ ਕਰੋ, ਜੋ ਵੀ ਕਰੋ, ਤੁਸੀਂ ਆਪਣੇ ਪਰਮਾਤਮਾ ਦੇ ਕੋਲੋਂ ਹੌਲੀ ਹੌਲੀ ਤੁਸੀਂ ਪਿੱਛੇ ਹਟਦੇ ਜਾਂਦੇ ਆ। ਐਂਡ ਜਿਹੜੀ ਏਦਾਂ ਦੀਆਂ ਸ਼ੈਤਾਨੀ ਸ਼ਕਤੀਆਂ ਹੁੰਦੀਆਂ ਹੈਗੀਆਂ ਆ, ਉਹਨਾਂ ਨੂੰ ਤਾਂ ਤਾਕਤ ਹੀ ਇਸ ਚੀਜ਼ ਤੋਂ ਮਿਲਦੀ ਹੈਗੀ ਆ ਕਿ ਜਦੋਂ ਤੁਸੀਂ ਰੱਬ ਦਾ ਨਾਮ ਲੈਣਾ ਘੱਟ ਕਰ ਦਿੰਦੇ ਹੈਗੇ ਆ, ਫਿਰ ਅਸੀਂ ਸਿਰਫ ਸੁਣਦੇ ਹਾਂ। ਤੇ ਜਦੋਂ ਅਸੀਂ ਫਿਰ ਅਸੀਂ ਸੋਚਦੇ ਕਿ ਅਸੀਂ ਰੱਬ ਦਾ ਨਾਮ ਅਸੀਂ ਜਿਹੜਾ ਪਾਠ ਆਪਾਂ ਮੂੰਹ ਨਹੀਂ ਕਰਦੇ ਹੈਗੇ ਜਾਂ ਪੜ੍ਹਦੇ ਨਹੀਂ ਹੈਗੇ, ਆਪਾਂ ਸਿਰਫ ਸੁਣ ਲਈਏ, ਪਹਿਲਾਂ ਤਾਂ ਹੋ ਸਕਦਾ ਆ ਸ਼ਾਇਦ ਕਿ ਤੁਸੀਂ 1-2 ਵਾਰੀ ਧਿਆਨ ਲਗਾ ਕੇ ਤੁਸੀਂ ਬੈਠ ਕੇ ਆਰਾਮ ਨਾਲ ਤੁਸੀਂ ਸੁਣੋ, ਇੱਕ ਇੱਕ ਸ਼ਬਦ, ਇੱਕ ਇੱਕ ਵਰਡ ਤੁਸੀਂ ਉਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ, ਤੁਸੀਂ ਸੁਣੋ। ਪਰ ਬਾਅਦ 'ਚ ਪਤਾ ਕੀ ਹੁੰਦਾ ਆ, ਇਸ ਬੈਕਗ੍ਰਾਉਂਡ ਨੋਇਜ਼, ਏਦਾਂ ਨੀ ਕਿ ਜਿੱਦਾਂ ਅਸੀਂ ਕਈ ਵਾਰੀ ਬੈਕਗ੍ਰਾਉਂਡ ਦੇ ਵਿੱਚ ਕੋਈ ਰੇਡੀਓ ਲਾਇਆ ਹੋਇਆ ਜਾਂ ਗਾਣੇ ਲਾਏ ਹੋਏ ਆ, ਇਟਸ ਜਸਟ ਲਾਈਕ ਦੈਟ, ਤੁਸੀਂ ਉਹਨੂੰ ਤੁਹਾਨੂੰ ਆਵਾਜ਼ ਆਉਂਦੀ ਆ ਪਰ ਤੁਸੀਂ ਐਕਚੁਅਲੀ ਸੁਣਦੇ ਨਹੀਂ, ਸੋ ਉਸ ਪਾਠ ਨੂੰ ਤੁਸੀਂ ਗ੍ਰਹਿਣ ਨਹੀਂ ਕਰਦੇ, ਉਸ ਉਹਦੀ ਜਿਹੜੀ ਊਰਜਾ ਹੈ, ਉਹਦੀ ਐਨਰਜੀ, ਉਹਦੀ ਸ਼ਕਤੀ ਆ, ਉਹ ਤੁਹਾਡੇ ਕੋਲ ਪੂਰੀ ਤਰ੍ਹਾਂ ਪਹੁੰਚ ਨਹੀਂ ਪਾਉਂਦੀ ਹੈਗੀ। ਸੋ ਦੈਟਸ ਦ ਥਿੰਗ। ਤੇ ਕਿੰਨੀ ਵਾਰੀ ਮੇਰੇ ਸਾਹਮਣੇ ਇਹੋ ਜਿਹੇ ਵੀ ਕੇਸ ਆ ਚੁੱਕੇ ਹੈਗੇ ਜਿੱਥੇ ਮੈਂ ਲੋਕਾਂ ਦੇ ਘਰਾਂ 'ਚ ਵੀ ਗਈ ਹੈਗੀ ਹਾਂ, ਤੇ ਉਹ ਕਹਿੰਦੇ ਕਿ ਆਰਤੀ ਜੀ ਅਸੀਂ 24 ਘੰਟੇ ਪਾਠ ਲਗਾ ਕੇ ਰੱਖਦੇ ਹਾਂ, ਪਰ ਵੈਨ ਆਈ ਗੋ ਟੂ ਦ ਹਾਊਸ ਯੂ ਕਾਂਟ ਈਵਨ ਹੀਅਰ ਇਟ, ਉਹਦੀ ਆਵਾਜ਼ ਵੀ ਨਹੀਂ ਆਉਂਦੀ ਹੈਗੀ, ਇੰਨੀ ਧੀਮੀ ਆਵਾਜ਼ ਤੇ, ਇੰਨੀ ਘੱਟ ਆਵਾਜ਼ ਤੇ ਉਹਨਾਂ ਨੇ ਪਾਠ ਲਗਾਇਆ ਹੁੰਦਾ ਹੈਗਾ ਆ ਕਿ ਜਿਹੜੇ ਕਮਰੇ 'ਚ ਤੁਸੀਂ ਪਾਠ ਲਗਾਇਆ ਹੁੰਦਾ ਉਹ ਕਮਰੇ 'ਚ ਹੀ ਨਹੀਂ ਆਵਾਜ਼ ਪ੍ਰੋਪਰਲੀ ਆਉਂਦੀ ਹੈਗੀ, ਕਿ ਜੇ ਤੁਸੀਂ ਉਹ ਕਮਰੇ 'ਚ ਬਿਲਕੁਲ ਕੁਆਇਟਲੀ ਖੜੇ ਰਹੋ ਕਿ ਸ਼ਾਇਦ ਤੁਹਾਨੂੰ ਥੋੜ੍ਹਾ ਜਿਹਾ ਲੱਗੇ ਕਿ ਜਿੱਦਾਂ ਹਾਂ ਕੋਈ ਕੁਛ ਲੱਗਿਆ ਹੋਇਆ, ਪਰ ਤੁਹਾਨੂੰ ਇਹ ਨਹੀਂ ਪਤਾ ਲੱਗੂਗਾ ਕਿ ਕਿਹੜਾ ਪਾਠ ਆ।
ਯੂਨੋ ਕਿ ਇੰਨੀ ਕੁਆਇਟ ਆਵਾਜ਼ ਦੇ ਨਾਲ ਉਹ ਔਨ ਹੁੰਦਾ ਆ, ਉਹਦਾ ਕੀ ਫਾਇਦਾ? ਜੇ ਅਸੀਂ ਆਪਣੇ ਘਰ ਦੇ ਵਿੱਚ ਅਸੀਂ ਪਾਠ ਸੁਣਦੇ ਵੀ ਹਾਂ ਜਾਂ ਪਰਮਾਤਮਾ ਦਾ ਨਾਮ ਲਗਾਉਂਦੇ ਵੀ ਹਾਂ, ਉਹਦੀ ਆਵਾਜ਼ ਇੰਨੀ ਹੋਣੀ ਚਾਹੀਦੀ ਹੈਗੀ ਆ ਕਿ ਉਹ ਘਰ ਦੇ ਵਿੱਚ ਗੂੰਜੇ, ਘਰ ਦੇ ਵਿੱਚ ਉਹ ਆਵਾਜ਼ ਆਵੇ। ਜਿੱਦਾਂ ਅਸੀਂ ਇੱਕ ਦੂਸਰੇ ਨਾਲ ਬੋਲਦੇ ਹਾਂ, ਇੱਕ ਦੂਸਰੇ ਨਾਲ ਗੱਲ ਕਰਦੇ ਹੈਗੇ ਹਾਂ, ਉੱਦਾਂ ਉਹਦੀ ਆਵਾਜ਼ ਆਉਣੀ ਚਾਹੀਦੀ ਆ ਕਿ ਸਾਨੂੰ ਸੁਣਾਈ ਦੇਵੇ। ਜਦੋਂ ਸਾਨੂੰ ਪ੍ਰੋਪਰਲੀ ਸੁਣਦੀ ਹੈ ਫਿਰ ਅਸੀਂ ਉਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਜਦੋਂ ਅਸੀਂ ਕਿਸੇ ਚੀਜ਼ ਨੂੰ ਸਮਝਦੇ ਹਾਂ, ਉਹਨੂੰ ਅੰਡਰਸਟੈਂਡ ਕਰਦੇ ਹਾਂ, ਤੇ ਅਸੀਂ ਸੱਚੇ ਮਨ ਦੇ ਨਾਲ ਪੂਰੀ ਰੁਚੀ ਦੇ ਨਾਲ ਅਸੀਂ ਉਹਨੂੰ ਸੁਣਦੇ ਹਾਂ, ਤੇ ਉਹ ਫੇਰ ਉਸ ਸ਼ਕਤੀ ਦਾ ਸਾਨੂੰ ਸਹਾਰਾ ਮਿਲਦਾ ਆ। ਪਰ ਜੇ ਅਸੀਂ ਅੱਧੇ ਅਧੂਰੇ ਮਨ ਦੇ ਨਾਲ ਹੀ ਅਸੀਂ ਉਹਨੂੰ ਸੁਣਦੇ ਹੈਗੇ ਹਾਂ, ਫਿਰ ਉਹਦਾ ਉਸ ਸ਼ਕਤੀ ਦਾ ਏਦਾਂ ਨੀ ਕਿ ਸਾਨੂੰ ਕੋਈ ਸਹਾਰਾ ਨਹੀਂ ਮਿਲੂਗਾ। ਪਾਠ ਆ, ਪਰਮਾਤਮਾ ਦਾ ਨਾਮ ਆ, ਬਹੁਤ ਸ਼ਕਤੀ ਆ ਉਹਦੇ ਵਿੱਚ, ਤਾਂ ਵੀ ਉਹਦਾ ਸਾਨੂੰ ਥੋੜਾ ਬਹੁਤ ਉਹਦਾ ਸਹਾਰਾ ਤਾਂ ਮਿਲੂਗਾ। ਪਰ ਜੇ ਸਾਨੂੰ ਉਹਦਾ ਪੂਰਾ ਪੂਰਾ ਫਾਇਦਾ ਹੋਵੇ, 100% ਉਹਦੀ ਵਜ੍ਹਾ ਨਾਲ ਸਾਡੀ ਹੈਲਪ ਹੋਵੇ, ਮਦਦ ਹੋਵੇ, ਦੈਨ ਵਾਈ ਵੁੱਡ ਯੂ ਐਨੀ ਗੋ ਫੋਰ 1% ਵੈਨ ਯੂ ਕੈਨ ਗੈਟ 100%? ਐਂਡ ਦੈਟਸ ਵਾਟ ਇਟ ਇਜ਼। ਤੁਹਾਨੂੰ ਆਪਣੇ ਵੱਲੋਂ ਪੂਰੀ ਮਿਹਨਤ ਕਰਨੀ ਪਊਗੀ, ਪੂਰੀ ਕੋਸ਼ਿਸ਼ ਕਰਨੀ ਪਊਗੀ, ਦੈਟਸ ਗੋਇੰਗ ਟੂ ਹੈਲਪ ਯੂ। ਅੱਧਾ ਅਧੂਰਾ ਕਰਨ ਦੇ ਨਾਲ ਇਸ ਨੋ ਗੋਇੰਗ ਟੂ ਹੈਲਪ ਯੂ। From my side, I can only do so much. Jay to say, eh, so much that Dr. Arthi is going to do everything for me and everything's going to be perfect. It's not possible. You'll always have to do something. Thano apne velo thori bahut mehnat ya thori bahut koshish kuch karni paogi. Keeping your spiritual remedies, your spiritual disciplines, that's 100% your responsibility. You need to see fich koi bahane nahi banane hage. And you need to follow them correctly. And that's what's going to help you. I can show you the path, I can help you clear the path for you as well, but it's up to you to walk on that path. Je thode samne sara rasta band aa, main thodi help kar sakdi ha oh kand toran de layi, main thodi help kar sakdi ha oh rasta banan de layi, main thode layi oh rasta help kar sakdi ha ki thare layi rasta ekdam clear hove ki tusi easily agge ja sako, par main thonu force nahi kar sakdi ki tusi us raste te turna hai। ਜੇ ਤੁਸੀਂ ਉਸ ਰਸਤੇ ਤੇ ਚੱਲਣਾ ਹੈ ਜਾਂ ਤੁਰਨਾ ਹੈ, ਉਹਦੇ ਲਈ ਫਿਰ ਤੁਹਾਨੂੰ ਆਪਣੇ ਵੱਲੋਂ ਵੀ ਮਿਹਨਤ ਕਰਨੀ ਪਊਗੀ। ਸੋ ਆਈ ਕੈਨ ਹੈਲਪ ਯੂ ਕ੍ਰੀਏਟ ਦ ਪਾਥ, ਆਈ ਕੈਨ ਓਪਨ ਦ ਪਾਥ ਫੋਰ ਯੂ, ਬਟ ਇਟਸ ਅਪ ਟੂ ਯੂ ਟੂ ਵਰਕ ਔਨ ਦੈਟ ਪਾਥ। ਜੇ ਤੁਸੀਂ ਉਸ ਰਸਤੇ ਤੇ ਨਹੀਂ ਚੱਲਦੇ ਹੈਗੇ, ਦੈਨ ਦੈਟ ਪਾਥ ਵਿਲ ਸਟਾਰਟ ਟੂ ਕਲੋਜ਼ ਡਾਊਨ। ਯੂ ਨੀ ਬਿਕੋਜ਼ ਦਿਸ ਐਨਰਜੀ, ਇਟ ਟੇਕਸ ਅ ਲੋਟ ਆਫ ਐਫਰਟ ਟੂ ਓਪਨ ਅਪ ਦਿਸ ਐਨਰਜੀ। ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨੈਗੇਟਿਵਿਟੀ ਆ ਜਾਂ ਕੋਈ ਬੰਦਿਸ਼ ਆ ਜਾਂ ਕੋਈ ਪ੍ਰੋਬਲਮ ਆ, you can, ਏਦਾਂ ਨੀ ਕਿ ਤੁਸੀਂ ਇਹਨੂੰ ਦੂਰ ਨਹੀਂ ਕਰ ਸਕਦੇ, ਇਹਨੂੰ ਹਟਾ ਨਹੀਂ ਸਕਦੇ ਹੈਗੇ, ਬਟ ਇਟ ਟੇਕਸ ਅ ਲੋਟ ਆਫ ਐਫਰਟ, ਉਹਦੇ ਲਈ ਕਾਫੀ ਐਫਰਟ ਤੇ ਕਾਫੀ ਐਨਰਜੀ ਲੱਗਦੀ ਹੈਗੀ ਆ, ਐਂਡ ਯੂ ਨੀਡ ਟੂ ਅੰਡਰਸਟੈਂਡ ਦੈਟ। ਚਲੋ ਸਿੱਧਾ ਚੱਲਦੇ ਹੈਗੇ ਅਸੀਂ ਆਪਣੇ ਅਗਲੇ ਕਾਲਰ ਦੇ ਕੋਲ। ਹੈਲੋ ਜੀ, I just wanted to ask you a few questions. I'll just pass her on. Sure, definitely. Hello. Hello, ji. Hello. Hello, Hanji. Hello. Hanji, sir, your voice is coming. I want to ask you about yourself. Hanji, I'm coming. I'm coming. Hanji, what do you want to ask yourself? I'm coming. What do you want to ask yourself? Hanji. ਹਾਂਜੀ, ਕੀ ਪੁੱਛਣਾ ਚਾਹੁੰਦੇ ਸੀ ਤੁਸੀਂ? ਹਾਂਜੀ, ਜਿਹੜਾ ਮੈਂ ਪੁੱਛਣਾ ਸੀਗਾ ਕਿ ਅਸੀਂ ਨਾ ਨਵਾਂ ਘਰ ਲੈ ਰਹੇ ਹਾਂ। ਹਾਂ, ਤਾਂ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਸਾਡਾ ਜਿਹੜਾ ਘਰ ਹੈ ਇਸ ਵੇਲੇ ਉਹ ਵਿਕ ਜੂਗਾ ਤਾਂ ਸਾਨੂੰ ਨਵਾਂ ਘਰ ਅਸੀਂ ਮੂਵ ਹੋ ਜਾਵਾਂਗੇ? ਗੁੱਡ ਲੱਕ ਕੋਈ ਹੈਗਾ ਵਿੱਚ? ਤਾਂ ਬਾਕੀ ਫੈਮਿਲੀ ਦਾ ਵੀ ਵਿੱਚ ਹੀ ਸਾਰਾ ਕੁਛ ਏਦਾਂ ਹੀ ਆ, ਕੋਈ ਅੱਛੀਆਂ ਚੀਜ਼ਾਂ ਨਹੀਂ ਹੋ ਰਹੀਆਂ। ਮੈਂ ਹੁਣ ਹੀ ਥੱਲੇ ਦੇਖਦੀ ਹਾਂ। ਤੇ ਜਿਹੜਾ ਘਰ ਤੁਸੀਂ ਕੋਈ ਪਸੰਦ ਕੀਤਾ ਹੋਇਆ ਹੈ ਜਿੱਥੇ ਤੁਸੀਂ ਮੂਵ ਹੋਣਾ ਚਾਹੁੰਦੇ ਆ? ਹੈਲੋ ਜੀ, ਹੈਲੋ, ਮੈਨੂੰ ਲੱਗਦਾ ਸ਼ਾਇਦ ਆਵਾਜ਼ ਨੀ ਮੇਰੀ ਆ ਰਹੀ ਉਹਨਾਂ ਨੂੰ। ਤੁਸੀਂ ਦੇਖੋ ਟੀਵੀ ਦਾ ਵੋਲਿਊਮ ਆਪਣਾ ਬੰਦ ਕਰ ਦੋ, ਫੋਨ ਦੇ ਉੱਤੇ ਧਿਆਨ ਦਿਓ, ਫਿਰ ਤੁਹਾਨੂੰ ਮੇਰੀ ਆਵਾਜ਼ ਆ ਜਾਊਗੀ। ਹਾਂਜੀ ਹਾਂਜੀ, ਤੇ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕੋਈ ਘਰ ਤੁਸੀਂ ਪਸੰਦ ਕੀਤਾ ਹੋਇਆ ਜਾਂ ਕਿ ਜਿਹੜਾ ਤੁਹਾਨੂੰ ਪਸੰਦ ਆ, ਜਿਹੜਾ ਤੁਸੀਂ ਲੈਣਾ ਚਾਹੁੰਦੇ ਆ, ਆਫਰ ਪਾਈ ਆ? ਨਹੀਂ, ਅਸੀਂ ਨਾ ਘਰ ਦੇਖ ਰਹੇ ਆ, ਦੋ ਚਾਰ ਦੇਖੇ ਆ। ਹਾਂ ਹਾਂ, ਜਿੱਦਾਂ ਇਹਨੇ ਮਨ ਨੂੰ ਪਾਏ ਨੇ।
हाँ ओके ओके ਅਸੀਂ ਹੁਣ ਸੋਚਦੇ ਹਾਂ ਕਿ ਇੱਕ ਦੋ ਹੋਰ ਦੇਖ ਲਈਏ ਕਿ ਅਸੀਂ ਅੱਜ ਨਾ ਸਾਡਾ ਘਰ ਦੇਖਣ ਆਏ ਸੀ ਚਾਰ ਪੰਜ ਜਣੇ ਹਲੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਓਕੇ ਤੁਸੀਂ ਇਹ ਤਾਂ ਕਹਿੰਦਾ ਇਹੀ ਗੱਲ ਤੁਸੀਂ ਆਪਣੇ ਮਨ ਚ ਰੱਖਣਾ ਦਿਲ ਚ ਰੱਖਣਾ ਮੈਨੂੰ ਸਟਾਪ ਕਹਿ ਦੇਣਾ ਮੈਂ ਕਾਰਡਸ ਦੇ ਕਿਸੇ ਨੂੰ ਹੁਣੀ ਦੱਸ ਦਿੰਦੀ ਕਾਰਡਸ ਵਿੱਚ ਕੀ ਨਜ਼ਰ ਆਉਂਦਾ ਆ ਮੈਂ ਸ਼ੁਰੂ ਕਰਦੀ ਹਾਂ ਤੁਸੀਂ ਮੈਨੂੰ ਸਟਾਪ ਕਹਿ ਦੇਣਾ ਤੇ ਮੈਂ ਉਸੇ ਕਾਰਡ ਦੇ ਉੱਤੇ ਰੁਕ ਜਾਊਂਗੀ ਮੈਂ ਸ਼ੁਰੂ ਕਰਦੀ ਹਾਂ ਜੀ ਹਾਂਜੀ अच्छा जी आ हो गया अपना पहला कार्ड एक बारी होर कह देना प्लीज तो अच्छा जी ते एक बारी होर कह देना जी शुरू कर दी है तो अच्छा जी आ हो गया अपने तीन कार्ड मैं तो कर दी कुछ एक्स्ट्रा कार्ड्स भी कर दी कि थोड़ा सा डिटेल्स दस सका देखो जिस हिसाब ना थोड़े कार्ड्स आए है गया ना सब तो पहली चीज था यह कि यह पता लग रहा है कि जो तुम इस वे अपना घर बेचोगे या बेचन की कोशिश भी करांगे ना ऐदा तो नहीं है कि जिदा बिकूगा ही नहीं पर इहदी कीमत तुहानूं इन्नी वधिया नहीं मिलनी जिदा तुम चाहते हैं चाहे अगले साल जो मेनू पता शायद मन इस वे बिलकुल नहीं करता कि असि इथे रहिए थोड़े मन के बहुत ज्यादा ऐदा है कि जिदा मैं किसी डिफरेंट घर होवा या असि किसी डिफरेंट जगह ते हुई है चांस मिल रहा है कि तुसी अगे नू स्टेप ले सको पर तामी इस घर दी तुहानू ओह कीमत नहीं मिलनी हैगी वधिया जिहड़ी मिलनी चाहीदी आ सो आ रिस्क आ जे असीं चाहुंदे कि इहदी सानू ज्यादा जिदा कुछ थोड़ी जी सेंसिबल इहदी सानू प्राइस दा बिके इह ਤੇ ਫਿਰ ਉਹਦੇ ਲਈ ਤੁਹਾਨੂੰ ਘੱਟ ਤੋਂ ਘੱਟ 6 ਕੁ ਮਹੀਨੇ ਵੇਟ ਕਰਨਾ ਪੈਣਾ ਜੋ ਸਾਡੇ ਕੋਲ ਉਹ ਟਾਈਮ ਹੈ ਨਹੀਂ ਐਕਚੁਅਲੀ ਹਨਾ ਸੋ ਇਹ ਚੀਜ਼ ਆ ਦੂਸਰੀ ਚੀਜ਼ ਇਹ ਕਿ ਜਿਹੜਾ ਤੁਸੀਂ ਆਪਣਾ ਨਵਾਂ ਘਰ ਕੋਈ ਲੱਭ ਰਹੇ ਹੈਗੇ ਆ ਲੱਭਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤੁਹਾਨੂੰ ਮਿਲੂਗਾ ਤਾਂ ਜ਼ਰੂਰ ਕਿਉਂਕਿ ਜਿਸ ਹਿਸਾਬ ਨਾਲ ਤੁਹਾਡੀ ਲੱਕ ਆ ਤੁਹਾਡੀ ਐਨਰਜੀ ਹੈ ਡੈਫੀਨੇਟਲੀ ਤੁਹਾਡੀ ਲਾਈਫ ਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਜਦੋਂ ਕੋਈ ਨਵੀਂ ਪ੍ਰੋਪਰਟੀ ਆਉਣੀ ਚਾਹੀਦੀ ਹੈਗੀ ਆ ਤੇ ਸੋਹਣੀ ਪ੍ਰੋਪਰਟੀ ਆਉਣੀ ਚਾਹੀਦੀ ਹੈਗੀ ਆ ਪਰ ਇਹ ਮੈਨੂੰ ਇਹ ਐਨਰਜੀ ਦੇ ਵਿੱਚ ਇਹ ਚੀਜ਼ ਨਜ਼ਰ ਆ ਰਹੀ ਹੈਗੀ ਆ ਕਿ ਜੋ ਤੁਹਾਡੀ ਲੱਕ ਆ ਜਾਂ ਤੁਹਾਡੀ ਐਨਰਜੀ ਆ ਉਹਦੇ ਵਿੱਚ ਕਾਫੀ ਦੇਰ ਤੋਂ ਬੰਦਿਸ਼ਾਂ ਰਹੀਆਂ ਹੈਗੀਆਂ ਆ ਜਿੱਦਾਂ ਕਾਫੀ ਸਾਲਾਂ ਤੋਂ ਬਹੁਤ ਜ਼ਿਆਦਾ ਨਾ ਰੁਕਾਵਟਾਂ ਤੁਹਾਡੀ ਲਾਈਫ ਦੇ ਵਿੱਚ ਰਹੀਆਂ ਹੈਗੀਆਂ ਆ ਉਹ ਰੁਕਾਵਟਾਂ ਹਜੇ ਵੀ ਹੈਗੀਆਂ ਆ ਜੇ ਤੇ ਉਹ ਰੁਕਾਵਟਾਂ ਦੇ ਸ਼ਾਇਦ ਜਿਹੜਾ ਕਨੈਕਸ਼ਨ ਆ ਇਸ ਘਰ ਦੇ ਨਾਲ ਵੀ ਆ ਜਿੱਥੇ ਤੁਸੀਂ ਹੈਗੇ ਆ ਤਾਂ ਹੀ ਇਹ ਘਰ ਨੂੰ ਚਾਹੇ ਤੁਸੀਂ ਜੇ ਘੱਟ ਕੀਮਤ ਤੇ ਵੀ ਵੇਚੋ ਨਾ ਤਾਂ ਵੀ ਇਹ ਤੋਂ ਪਿੱਛਾ ਛੁਰਾਉਣਾ ਬਹੁਤ ਮੁਸ਼ਕਿਲ ਹੋਊਗਾ ਤਿੰਨ ਮਹੀਨਿਆਂ ਬਾਅਦ ਉਹ ਪ੍ਰੋਬਲਮ ਫੇਰ ਨਵੇਂ ਘਰ ਦੇ ਵਿੱਚ ਫੇਰ ਸ਼ੁਰੂ ਹੋ ਜਾਣੀ ਹੈਗੀ ਆ ਸੋ ਉਹ ਚੀਜ਼ ਨੀ ਹੋਣੀ ਚਾਹੀਦੀ ਉਹਦੇ ਲਈ ਮੈਂ ਤੁਹਾਨੂੰ ਡੈਫੀਨੇਟਲੀ ਰੈਕਮੈਂਡ ਕਰੂੰਗੀ ਕਿ ਚਾਹੇ ਤੁਸੀਂ ਹੁਣੀ ਮੈਨੂੰ ਆਹ ਜਿਹੜਾ 0208 ਨੰਬਰ ਆ ਇਸ ਨੰਬਰ ਤੇ ਤੁਸੀਂ ਮੈਨੂੰ ਮਿਸਡ ਕਾਲ ਦੇ ਦਿਓ ਤੇ ਕੱਲ ਸਵੇਰ ਨੂੰ ਮੇਰੀ ਟੀਮ ਚੋਂ ਕੋਈ ਵਾਪਸ ਤੁਹਾਨੂੰ ਵਾਪਸ ਫੋਨ ਕਰ ਲੂਗਾ ਜਿਹੜੀ ਰੀਡਿੰਗ ਮੈਂ ਤੁਹਾਡੇ ਲਈ ਰੈਕਮੈਂਡ ਕਰੂੰਗੀ ਉਹਨੂੰ ਅਸੀਂ ਕਹਿੰਦੇ ਹਾਂ ਸਪਿਰਚੁਅਲ ਐਨਰਜੀ ਰੀਡਿੰਗ ਉਹ ਰੀਡਿੰਗ ਕਰਕੇ ਫਿਰ ਅਸੀਂ ਦੇਖ ਸਕਦੇ ਕਿ ਤੁਹਾਡੇ ਲਈ ਬੈਸਟ ਸਟੈਪ ਕੀ ਆ ਨਹੀਂ ਤਾਂ ਉਪਾਅ ਤਾਂ ਮੈਂ ਤੁਹਾਨੂੰ ਦੇ ਦੇਵਾਂ ਕਿ ਜਿਹਦੇ ਨਾਲ ਤੁਸੀਂ ਇਹ ਘਰ ਵੇਚ ਦਿਓ ਪਰ ਇਸ ਵੇਲੇ ਉਹ ਉਪਾਅ ਦੇਣਾ ਰੋਂਗ ਹੋਊਗਾ ਕਿਉਂਕਿ ਜੇ ਤੁਸੀਂ ਕੱਲਾ ਉਹ ਉਪਾਅ ਕੀਤਾ ਤੇ ਸੇਮ ਪ੍ਰੋਬਲਮਾਂ ਨੇ ਤੁਹਾਨੂੰ ਫੋਲੋ ਕੀਤਾ ਫਿਰ ਤਾਂ ਮੀਨੂੰ ਏਦਾਂ ਆ ਕਿ ਜਿੱਦਾਂ ਅਸੀਂ ਨਾ ਕਹਿੰਦੇ ਕਹਿੰਦੇ ਖੂਹ ਚੋਂ ਨਿਕਲ ਕੇ ਖਾਈ ਚ ਤੁਸੀਂ ਗਿਰ ਗਏ ਏਦਾਂ ਆ ਜਦੋਂ ਸਟੱਕ ਹੋਰ ਵੀ ਸਟੱਕ ਹੋ ਜਾਣਾ ਫਿਰ ਕੀ ਫਾਇਦਾ ਉਹਦਾ ਬੈਟਰ ਇਹ ਆ ਕਿ ਅਸੀਂ ਪ੍ਰੋਬਲਮਾਂ ਤੋਂ ਦੂਰ ਹੀ ਹੋ ਜਾਈਏ ਸੋ ਮੈਂ ਚਾਹੁੰਦੀ ਪਤਾ ਕੀ ਸਾਡੇ ਜਿੱਦਾਂ ਫੈਮਿਲੀ ਚ ਅਸੀਂ ਜਿੱਦਾਂ ਮੈਂ ਤਾਂ ਸ਼ੁਰੂ ਤੋਂ ਹੀ ਏਦਾਂ ਹੀ ਆ ਦੁਖੀ ਆ ਹਾਂ ਤਾਂ ਬੱਚਿਆਂ ਵੱਲੋਂ ਤਾਂ ਜਿੱਦਾਂ ਮੈਂ ਚਾਹੁੰਦੀ ਹਾਂ ਕਿ ਮੈਂ ਮੈਨੂੰ ਗਾਇਕੀ ਵੀ ਬਹੁਤ ਹੋ ਹਟੀ ਆ ਹੁਣ ਵੀ ਹੁੰਦੀ ਮੈਂ ਜਿੱਦਾਂ ਕਈ ਵਾਰੀ ਸੋਚਦੀ ਸੀ ਮੈਂ ਕੱਲੀ ਰਹਿ ਲ ਮਜਾ ਕੇ ਤਾਂ ਪਤਾ ਨੀ ਮੈਂ ਇਹ ਸੋਚਦੀ ਕਿ ਹੁਣ ਕੋਈ ਚੰਗਾ ਜਿਹਾ ਉਪਾਅ ਦੱਸੋ ਕਿ ਅਸੀਂ ਇਹ ਘਰ ਛੱਡ ਦਈਏ ਮੈਂ ਤਾਂ ਮੇਰੇ ਹਸਬੈਂਡ ਅਸੀਂ ਕੱਲੇ ਰਹਿਣਾ ਚਾਹੁੰਦੇ ਹਾਂ ਤੁਸੀਂ ਰਹੋਗੇ ਤਾਂ ਤੁਸੀਂ ਕੱਲੇ ਹੋਈ ਮੈਂ ਸੱਚੀ ਤੁਹਾਨੂੰ ਦੱਸਾਂ ਬੱਚਿਆਂ ਨੇ ਨਾਲ ਨੀ ਹੋਣਾ ਹੈਗਾ ਹਨਾ ਰਹੋਗੇ ਤਾਂ ਤੁਸੀਂ ਇਕੱਲੇ ਹੋਈ ਪਰ ਇਹ ਦੇਖਣਾ ਹੈ ਕਿ ਉਹ ਜਿਹੜੀਆਂ ਪ੍ਰੋਬਲਮ ਆ ਉਹ ਤੁਹਾਨੂੰ ਫੋਲੋ ਨਾ ਕਿਤੇ ਕਰਨ ਪਰ ਉਹਦੇ ਲਈ ਹਾਂ ਉਹਦੇ ਲਈ ਮੈਂ ਤੁਹਾਨੂੰ ਇਹ ਕਹੂੰਗੀ ਕਿ ਆ ਜਿਹੜਾ 0208 ਨੰਬਰ ਹੈ ਨਾ ਇਸ ਨੰਬਰ ਤੇ ਤੁਸੀਂ ਫੋਨ ਕਰ ਲਓ ਤੇ ਮਿਸਡ ਕਾਲ ਦੇ ਦਿਓ ਤੇ ਕੱਲ ਮੇਰੀ ਟੀਮ ਚ ਕੋਈ ਨਾ ਕੋਈ ਤੁਹਾਨੂੰ ਵਾਪਸ ਫੋਨ ਕਰ ਲੂਗਾ ਤੇ ਫਿਰ ਮੈਂ ਤੇਰੀ ਡਿਟੇਲ ਰੀਡਿੰਗ ਕਰਕੇ ਨਾ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਕਿ ਬੈਸਟ ਸਟੈਪ ਕਿਹੜਾ ਹੋਊਗਾ
चलो ठीक है ना, ओके जी, थैंक यू सो मच फोन करने के लिए, गॉड ब्लेस, ओके जी, बाय। ते हां जी, आज दे शो दे मेरे को इतना टाइम से जिन्ने दी कॉल्स मैं नहीं ले सकी, मैं तेरे को माफी मांगती हां। थानू सारन याद दिला दूं कि बहुत इंपोर्टेंट है कि तुसी जल्दी तो जल्दी सही हेल्प ले लो। जदों भी लाइफ दे विच कोई मुसीबत आंदी है या कोई प्रॉब्लम आंदी हैगी आ, ओबवियसली पुछ के तां आंदी नहीं हैगी, पर जे तुसी भी अज दे कॉलेज दी तरह किन्ने सालां तों सफर कर रहे हां, इन्ने चिरां तों तुसी स्ट्रगल कर रहे हां या दुख सह रहे हां या प्रॉब्लम च फसे हुए हां, देन तुसी अपनी लाइफ दीआं मुश्किलां नूं दूर कर सकदे हां। अज दा दिन तुहानूं इह मौका मिल रिहा है, चांस मिल रिहा हैगा आ कि तुसी आ जिहड़ा 0208 नंबर आ, ਇਸ ਨੰਬਰ ਨੂੰ ਜਾਂ ਤਾਂ ਲਿਖ ਲਓ ਆਪਣੇ ਫੋਨ ਦੇ ਉੱਤੇ, ਤੁਸੀਂ ਇਹਨੂੰ ਸੇਵ ਕਰ ਲਓ ਜਲਦੀ ਜਲਦੀ ਕਿਉਂਕਿ ਸ਼ੋਅ ਦੇ ਲਈ ਮੇਰੇ ਕੋਲ ਬਹੁਤ ਘੱਟ ਟਾਈਮ ਰਹਿ ਗਿਆ ਆ, ਜਾਂ ਇਸ ਨੰਬਰ ਦੇ ਉੱਤੇ ਸਾਨੂੰ ਮਿਸਡ ਕਾਲ ਦੇ ਦਿਓ। ਜਦੋਂ ਤੁਸੀਂ 0208 ਨੰਬਰ ਦੇ ਉੱਤੇ ਸਾਨੂੰ ਮਿਸਡ ਕਾਲ ਦਓਗੇ ਤੇ ਮੇਰੀ ਟੀਮ ਦੇ ਵਿੱਚੋਂ ਫਿਰ ਕੱਲ੍ਹ ਸਵੇਰ ਨੂੰ ਤੁਹਾਨੂੰ ਕੋਈ ਨਾ ਕੋਈ ਵਾਪਸ ਫੋਨ ਕਰ ਲਊਗਾ। ਜਿੰਨੀ ਵੀ ਮੇਰੀ ਟੀਮ ਦੇ ਕੋਲ ਹੋ ਸਕੇ ਤੁਹਾਡੀ ਹੈਲਪ ਜ਼ਰੂਰ ਕਰੂਗੀ, ਉਹ ਤੁਹਾਡੇ ਲਈ ਡੇਟ ਟਾਈਮ ਜਗ੍ਹਾ ਅਰੇਂਜ ਕਰ ਦੇਣਗੇ ਤਾਂ ਕਿ ਆਪਾਂ ਮਿਲ ਸਕੀਏ ਜਾਂ ਆਪਾਂ ਫਿਰ ਗੱਲ ਕਰ ਸਕੀਏ। ਤੇ ਫਿਰ ਜਦੋਂ ਮੈਂ ਤੁਹਾਡੀ ਡਿਟੇਲ ਰੀਡਿੰਗ ਕਰ ਲੂੰਗੀ, ਡਿਟੇਲ ਰੀਡਿੰਗ ਕਰਕੇ ਹੀ ਫਿਰ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਤੁਹਾਡੇ ਲਈ ਸਭ ਤੋਂ ਬੈਸਟ ਸਟੈਪ ਕਿਹੜਾ ਰਹੂਗਾ। ਸੋ ਜਿਹੜਾ 0208 ਨੰਬਰ ਆ, ਤੁਸੀਂ ਉਸ ਨੰਬਰ ਤੇ ਹੁਣੀ ਹੁਣੀ ਫੋਨ ਕਰ ਲਓ, ਸਾਨੂੰ ਮਿਸਡ ਕਾਲ ਦੇ ਦਿਓ, ਡੈਫੀਨੇਟਲੀ ਮੇਰੀ ਟੀਮ ਚੋਂ ਕੋਈ ਨਾ ਕੋਈ ਵਾਪਸ ਤੁਹਾਨੂੰ ਸਵੇਰ ਨੂੰ ਫੋਨ ਕਰੂਗਾ, ਐਂਡ ਵੀ ਵਿਲ ਡੂ ਆਰ ਬੈਸਟ ਟੂ ਹੈਲਪ ਯੂ। ਜਿੰਨੀ ਵੀ ਮੇਰੇ ਕੋਲ ਹੋ ਸਕੇ ਮੈਂ ਤੁਹਾਡੀ ਮਦਦ ਜਾਂ ਤੁਹਾਡੀ ਹੈਲਪ ਮੈਂ ਜ਼ਰੂਰ ਕਰੂੰਗੀ, ਪਰ ਰਿਮੈਂਬਰ ਵਨ ਥਿੰਗ, ਆਈ ਕੈਨ ਓਨਲੀ ਹੈਲਪ ਯੂ ਇਫ ਯੂ ਕਮਿਊਨੀਕੇਟ ਵਿਦ ਮੀ। ਜਦ ਤੱਕ ਤੁਸੀਂ ਮੈਨੂੰ ਦੱਸਦੇ ਨਹੀਂ ਹੈਗੇ ਜਾਂ ਮੈਨੂੰ ਕਹਿੰਦੇ ਨਹੀਂ ਹੈਗੇ ਕਿ ਆਰਤੀ ਜੀ ਇੱਥੇ ਆਹ ਪ੍ਰੋਬਲਮ ਆ ਜਾਂ ਇੱਥੇ ਆਹ ਉਲਝਣ ਆ, ਉਦੋਂ ਤੱਕ ਕੁਛ ਨਹੀਂ ਹੋ ਸਕਦਾ ਹੈਗਾ। ਸੋ ਇਸ ਚੀਜ਼ ਦਾ ਤੁਸੀਂ ਜ਼ਰੂਰ ਖਿਆਲ ਰੱਖਣਾ ਆ। ਚਲੋ ਅੱਜ ਦੇ ਸ਼ੋਅ ਦੇ ਲਈ ਸਾਰੇ ਕੋਲ ਇੰਨਾ ਹੀ ਟਾਈਮ ਸੀਗਾ, ਜਿਹਨਾਂ ਦੀ ਕੋਲਸ ਨਹੀਂ ਲੈ ਸਕੀ ਤੁਹਾਡੇ ਕੋਲੋਂ ਮਾਫੀ ਮੰਗਦੀ ਹਾਂ। ਆਈਲ ਸੀ ਯੂ ਗਾਇਜ਼ ਵੈਰੀ ਸੂਨ ਔਨ ਦ ਸੇਮ ਚੈਨਲ। ਨਮਸਕਾਰ।